ਸ੍ਰੀ ਅਕਾਲ ਤੇ ਅੱਜ ਦੇ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਜੀ ਆਇਆਂ ਨੂੰ। ਉਮੀਦ ਹੈ ਕਿ ਸਵੇਰ ਤੋਂ ਤੁਸੀਂ SSTV ਤੇ ਪ੍ਰਸਾਰਿਤ ਕੀਤੇ ਜਾਂਦੇ ਵੱਖ-ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਸਵੇਰ ਤੋਂ ਧਾਰਮਿਕ ਪ੍ਰੋਗਰਾਮ ਤੋਂ ਇਲਾਵਾ ਤੁਸੀਂ ਬਹੁਤ ਸਾਰੇ ਵਧੀਆ ਨਾਟਕ ਦੇਖਦੇ ਹੋ, ਕਬੱਡੀ ਤੁਹਾਡੇ ਲਈ ਪੇਸ਼ ਕੀਤੀ ਜਾਂਦੀ ਹੈ, ਔਰ ਨਾਲ ਦੀ ਨਾਲ ਪੰਥਪ੍ਰੀਤ ਸਿੰਘ ਹੋਣੀ ਸਰਬਜੀਤ ਸਿੰਘ ਢੂੰਡਾ ਹੋਰਾਂ ਦੇ ਤੁਸੀਂ ਕਥਾ ਵਿਚਾਰਾਂ ਦੇ ਨਾਲ ਜੁੜਦੇ ਹੋ। ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਜਿਹੜਾ ਇਹ ਲਾਈਵ ਸ਼ੋਅ ਜਿਹੜਾ ਹੈ ਉਹ ਪਹਿਲਾਂ 8 ਵਜੇ ਹੁੰਦਾ ਸੀ, ਕਿਉਂਕਿ ਹੁਣ ਜਿਹੜਾ ਵੈਦਰ ਚੇਂਜ ਹੋ ਗਿਆ, ਘੜੀਆਂ ਕਿਉਂਕਿ ਪਿਛਲੇ ਪਾਸੇ ਨੂੰ ਹੋ ਗਈਆਂ ਨੇ ਅਤੇ ਹਨੇਰਾ ਹੋ ਜਾਂਦਾ ਬਹੁਤ ਆ, ਅਤੇ ਇਸ ਕਰਕੇ ਦਰਸ਼ਕਾਂ ਦੇ ਸੁਝਾਵਾਂ ਨੂੰ ਮੁੱਖ ਰੱਖ ਕੇ ਹੀ ਇਹ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਤਬਦੀਲ ਕੀਤਾ ਗਿਆ। ਸੋ ਤੁਸੀਂ ਭੱਖਦੇ ਮਸਲੇ ਜਿਹੜਾ ਹੈ ਉਹ ਸੇਮ ਟਾਈਮ ਦੇ 8 ਵਜੇ ਤੋਂ ਲੈ ਕੇ 9:30 ਵਜੇ ਤੱਕ ਦੇਖਦੇ ਹੋ, ਅਤੇ ਜਿਹੜੇ ਲਾਈਵ ਸ਼ੋਅ ਨੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਉਹ ਤੁਸੀਂ 7 ਵਜੇ ਤੋਂ ਲੈ ਕੇ ਅਤੇ 8:30 ਵਜੇ ਤੱਕ ਟਾਈਮ ਹੋਏ ਹੋਏਗਾ 1.5 ਘੰਟਾ, ਪਰ ਇਹਦਾ ਟਾਈਮਿੰਗ ਚੇਂਜ ਕੀਤੀ ਗਈ ਹੈ। ਹੁਣ ਤੁਸੀਂ 8 ਵਜੇ ਦੀ ਬਜਾਏ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਇਹ ਪ੍ਰੋਗਰਾਮ ਦੇਖ ਸਕਿਆ ਕਰੋਗੇ। ਜਿਹੜੀਆਂ ਖਬਰਾਂ ਤੁਸੀਂ 7:30 ਦੇਖਦੇ ਸੀ, ਇਹ ਖਬਰਾਂ ਜਿਹੜੀਆਂ ਨੇ ਜੀ ਹੁਣ ਤੁਸੀਂ ਪ੍ਰੋਗਰਾਮ ਤੋਂ ਬਾਅਦ 8:30 ਵਜੇ ਤੋਂ ਲੈ ਕੇ 9 ਵਜੇ ਤੱਕ ਹਿੰਦੀ ਪੰਜਾਬੀ 'ਚ ਖਬਰਾਂ ਹੋਇਆ ਕਰਨਗੀਆਂ। 9 ਵਜੇ ਤੋਂ ਲੈ ਕੇ 9:30 ਵਜੇ ਤੱਕ ਇਨਸਾਈਡ ਸਟੋਰੀ ਬਾਈ ਸੁਰਿੰਦਰ ਸਿੰਘ, ਇਹ ਸਟੋਰੀ ਤੁਸੀਂ 1.5 ਘੰਟੇ ਦਾ, ਇਹ ਬੜਾ ਰੌਚਕ ਪ੍ਰੋਗਰਾਮ ਹੁੰਦਾ ਜੀ, ਔਰ ਇਹ ਤੁਸੀਂ ਦੇਖ ਸਕਿਆ ਕਰੋਗੇ। ਖਾਸ ਕਰਕੇ ਨਵੰਬਰ ਦਾ ਮਹੀਨਾ ਹੈ ਔਰ ਇਹਦੇ ਵਿੱਚ ਜਦੋਂ ਅਕਾਲ ਤਖਤ ਸਾਹਿਬ 'ਤੇ ਜਦੋਂ ਹਮਲਾ ਹੋਇਆ, ਸੋ ਜਿਹੜੇ ਵਿਅਕਤੀ ਉਸ ਵੇਲੇ ਅੰਦਰ ਸਨ ਉਹਨਾਂ ਦੇ ਨਾਲ ਜਿਹੜੀਆਂ ਇੰਟਰਵਿਊਜ਼ ਕੀਤੀਆਂ ਗਈਆਂ ਨੇ ਉਹ ਤੁਸੀਂ ਇਸ ਮਹੀਨੇ ਦੇ ਵਿੱਚ ਦੇਖ ਰਹੇ ਹੋ। ਸੋ ਉਹ ਤਕਰੀਬਨ ਲੜੀਵਾਰ ਉਹ ਅਗਲਾ ਮਹੀਨਾ ਵੀ ਇਸੇ ਢੰਗ ਨਾਲ ਚੱਲਣਗੀਆਂ। ਇਸ ਤੋਂ ਇਲਾਵਾ ਤੁਸੀਂ 9:30 ਵਜੇ ਫਿਰ ਮੂਵੀ ਰਾਤ ਨੂੰ ਦੇਖਦੇ ਹੋ, ਅਤੇ ਸਾਡੇ ਇਸ ਸ਼ੋਅ ਦੇ ਵਿੱਚ ਤੁਹਾਡੇ ਨਾਲ ਅਸੀਂ ਵੱਖ ਵੱਖ ਮਹਿਮਾਨਾਂ ਦੇ ਨਾਲ ਗੱਲਬਾਤ ਕਰਵਾਉਂਦੇ ਰਹਿੰਦੇ ਹਾਂ। ਅੱਜ ਦਾ ਇਹ ਪ੍ਰੋਗਰਾਮ ਹਮੇਸ਼ਾ ਦੀ ਤਰ੍ਹਾਂ ਫਲਾਇੰਗ ਫੈਸ਼ਨ ਦੇ ਸਹਿਯੋਗ ਦੇ ਨਾਲ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ। ਸੋ ਫਲਾਇੰਗ ਫੈਸ਼ਨ 'ਤੇ ਇਸ ਹਫ਼ਤੇ ਬਲੈਕ ਫਰਾਈਡੇ ਸੇਲ ਜਿਹੜੀ ਆ ਉਹ ਲਗਾਈ ਜਾ ਰਹੀ ਆ। ਅੱਜ ਮੈਂ ਹੁਣੇ ਸਟੋਰ ਤੋਂ ਹੋ ਕੇ ਆਇਆ ਔਰ ਤਕਰੀਬਨ ਜਿਹੜਾ ਖੁੱਲ੍ਹਾ ਕੱਪੜਾ ਜੀ ਉਹ ਪਹਿਲਾਂ ਸੂਟ ਜਿਹੜੇ ਕੱਟ ਕੱਟ ਕੇ ਉਹਨਾਂ ਰੱਖ ਲਏ ਨੇ ਔਰ ਕੀਮਤਾਂ ਇੰਨੀਆਂ ਕੁ ਘਟਾ ਦਿੱਤੀਆਂ ਨੇ ਕਿ ਤੁਸੀਂ ਖੁਦ ਹੈਰਾਨ ਰਹਿ ਜਾਓਗੇ। ਚਾਹੇ ਤੁਸੀਂ ਪਾਰਟੀ ਵੀਅਰ ਡਿਜ਼ਾਈਨਰ ਸੂਟ ਲੈਣੇ ਨੇ, ਇਹ 30% ਤੋਂ ਲੈ ਕੇ 70% ਤੱਕ ਔਫ ਕਰ ਦਿੱਤੇ ਨੇ। ਰੈਡੀਮੇਡ ਸੂਟ ਜਿਹੜੇ ਨੇ ਇੱਕ ਖਰੀਦੋਗੇ ਦੂਜਾ ਬਿਲਕੁਲ ਨਾਲ ਮੁਫਤ ਦਿੱਤਾ ਜਾਵੇਗਾ। ਰੈਡੀਮੇਡ ਸੂਟ ਜਿਹੜੇ ਨੇ ਵਿਦ ਦੁਪੱਟਾ 999 ਤੋਂ ਸਟਾਰਟ ਹੁੰਦੇ ਨੇ। 24 ਇੰਚ ਦਾ ਜਿਹੜਾ ਸੂਟ ਕੇਸ ਆ ਉਹ ਵੀ ਸਿਰਫ 999 ਦੇ ਵਿੱਚ ਲਿਆ ਜਾ ਸਕਦਾ। ਮੈਨਸ ਸ਼ਰਟਸ ਤੁਸੀਂ ਲੈਣੀਆਂ ਨੇ, 2 ਲਓਗੇ ਤਾਂ 1 ਨਾਲ ਬਿਲਕੁਲ ਮੁਫਤ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਜਿਹੜੇ ਕੈਰਿੰਗ ਕੇਸ ਨੇ, ਜਿਹੜੇ ਛੋਟੇ ਸੂਟ ਕੇਸ ਹੁੰਦੇ ਜਿਹੜੇ ਜਹਾਜ਼ ਦੇ ਵਿੱਚ ਤੁਸੀਂ ਲੈ ਕੇ ਜਾ ਸਕਦੇ ਹੋ, $5 ਤੋਂ ਸਟਾਰਟ ਹੁੰਦੇ ਨੇ। ਜਾ ਕੇ ਸੁਰਸਾਗਰ ਦਾ ਹਵਾਲਾ ਦਿਓ। ਜਿਹੜੀਆਂ ਜੈਕਟਸ ਨੇ, ਜਿਹੜੀਆਂ ਫਾਲ ਜੈਕਟਸ ਨੇ ਜੀ, ਜਿਹਨੂੰ ਆਪਾਂ ਵਿੰਟਰ ਜੈਕਟ ਵੀ ਕਹਿ ਦਿੰਦੇ ਹਾਂ, ਇਹ ਸਿਰਫ ਅਤੇ ਸਿਰਫ $9.99 ਸਟਾਰਟ ਹੁੰਦੀਆਂ ਨੇ, ਔਰ ਜਿਹੜੀਆਂ ਵਿੰਟਰ ਜੈਕਟ ਨੇ ਮੋਟੀਆਂ ਜਿਹੜੀਆਂ ਨੇ ਉਹ ਤੁਸੀਂ $25 ਤੋਂ ਲੈ ਸਕਦੇ ਹੋ। ਸੋ ਗੱਲ ਕੀ ਕਿ ਹਰ ਤਰ੍ਹਾਂ ਦਾ ਸਮਾਨ ਜਿਹੜਾ ਉਹ ਉੱਥੇ ਸੇਲ 'ਤੇ ਲੱਗਾ ਜੀ, ਔਰ ਤੁਸੀਂ ਗ੍ਰੀਨ ਪਲਾਜ਼ਾ ਦੇ ਵਿੱਚ ਪਹੁੰਚਣਾ, 7071 ਏਅਰਪੋਰਟ ਰੋਡ ਮਾਲਟਨ ਦੇ ਵਿੱਚ। ਜਾਣਕਾਰੀ ਲਈ ਫੋਨ ਨੰਬਰ 905-694-9797 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਰੱਬ ਨਾ ਕਰੇ ਕਿ ਤੁਹਾਡੀ ਕਾਰ ਦਾ ਐਕਸੀਡੈਂਟ ਹੋ ਜਾਏ। ਕੰਮ 'ਤੇ ਤਿਲਕੇ ਡੈਪੋ ਅਤੇ WSIB ਕਲੇਮ ਤੁਸੀਂ ਕਰਨਾ ਚਾਹੁੰਦੇ ਹੋ, ਲੌਂਗ ਟਰਮ ਡਿਸੇਬਿਲਟੀ ਕਲੇਮ ਕਰਨਾ ਚਾਹੁੰਦੇ ਹੋ, ਜਾਂ ਫਿਰ ਕੋਈ ਰੀਅਲ ਸਟੇਟ ਦੀ ਟ੍ਰਾਂਜੈਕਸ਼ਨ ਕਰਵਾਉਣੀ ਹੈ, ਤਾਂ ਜੌਹਲ ਲਾਅ ਆਫਿਸ ਦੇ ਜਸ ਜੌਹਲ ਹੋਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਕੋਟਰਲ ਅਤੇ ਏਅਰਪੋਰਟ ਦੇ ਬਿਲਕੁਲ ਖੂੰਜੇ 'ਤੇ ਉਹਨਾਂ ਦਾ ਆਫਿਸ ਹੈ ਉਸ ਬਿਲਡਿੰਗ ਦੇ ਵਿੱਚ, ਔਰ ਤੁਸੀਂ ਕਿਸੇ ਕਿਸਮ ਦੀ ਜਾਣਕਾਰੀ ਲਈ ਜਸ ਜੌਹਲ ਹੋਰਾਂ ਦੇ ਨਾਲ 905-799-0025 'ਤੇ ਗੱਲਬਾਤ ਕਰ ਸਕਦੇ ਹੋ। ਸੋ ਜਦੋਂ WSIB ਕਲੇਮਸ ਦੀ ਗੱਲ ਚੱਲਦੀ ਹੈ ਤਾਂ ਸਿਰਫ ਅਤੇ ਸਿਰਫ ਇੱਕੋ ਇੱਕ ਨੇ ਜੀ ਜਿਹੜੇ ਪਿਛਲੇ ਤਕਰੀਬਨ 25 ਸਾਲ ਤੋਂ ਸਰਵਿਸਿਜ ਦਿੰਦੇ ਆ ਰਹੇ ਨੇ, ਔਰ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰੋਗੇ ਅਤੇ ਤੁਹਾਡੀ ਡੈਫੀਨੇਟਲੀ ਤੁਹਾਨੂੰ ਫਾਇਦਾ ਹੋਵੇਗਾ। ਕਮਿਊਨਿਟੀ ਦੇ ਵਿੱਚ ਵਿਚਰਨ ਵਾਲੇ ਨੇ ਔਰ ਤੁਹਾਨੂੰ ਕੋਈ ਗੱਪ ਮਾਰਨ ਵਾਲਾ ਕੰਮ ਨਹੀਂ ਕਰਨਗੇ। ਆਮ ਤੌਰ ਦੇ ਉੱਪਰ ਬਹੁਤੇ ਸੱਜਖ ਬੇਹੋ ਜਿਹੇ ਲੋਕ ਨੇ ਕਿ ਜਿਹੜੇ ਲੋਦੇ ਲਾਉਂਦੇ ਰਹਿੰਦੇ ਨੇ ਜੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਨੀ ਆ, ਇਹ ਜਿਹੜਾ ਵਿਸ਼ਾ ਵੀ ਅੱਜ ਦਾ ਹੈਗਾ ਇਹ ਇਸੇ ਕਰਕੇ ਚੁਣਿਆ ਗਿਆ ਕਿ ਬਹੁਤੇ ਜਿਹੜੇ ਫੋਨ ਪਿਛਲੇ ਤਕਰੀਬਨ 1 ਹਫ਼ਤੇ ਤੋਂ ਆਏ ਕਿ ਲੋਦੇ ਲਾਉਣ ਵਾਲਿਆਂ ਦੇ। ਸੋ ਫਿਰ ਮੈਂ ਕਮਿਊਨਿਟੀ ਦੇ ਵਿੱਚ 2 ਜਾਣੇ ਪਛਾਣੇ ਜਿਹੜੇ ਕਿ ਆਪਣੀ ਓਨੈਸਟੀ ਕਰਕੇ ਜਾਣੇ ਜਾਂਦੇ ਨੇ ਉਹਨਾਂ ਨੂੰ ਫੋਨ ਕੀਤੇ। ਸੋ ਮੇਰੇ ਨਾਲ ਬਿਲਕੁਲ ਸੱਜੇ ਪਾਸੇ ਬੈਠੇ ਨੇ ਜੀ ਕੈਨੀ ਧਾਲੀਵਾਲ ਜੀ। ਧਾਲੀਵਾਲ ਸਾਹਿਬ ਜੀ ਆਇਆਂ, ਥੈਂਕ ਯੂ ਜੀ, ਔਰ ਮੇਰੇ ਵੱਲੋਂ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਗੁੱਡ ਈਵਨਿੰਗ। ਅਤੇ ਮੇਰੇ ਉਦੋਂ ਹੋਰ ਸੱਜੇ ਪਾਸੇ ਬੈਠੇ ਨੇ ਜੀ ਡੇਲ ਮੁੰਡੇ ਜੀ, ਜਿਹੜੇ ਕਿ ਮੀਡੀਆ ਦੇ ਵੀ ਸਰਕਰਦਾ ਹਸਤੀ ਰਹੇ ਨੇ ਅਤੇ ਹੁਣ ਰੀਅਲ ਸਟੇਟ ਦੇ ਵਿੱਚ ਪੂਰੀ ਕਾਮਯਾਬੀ ਦੇ ਨਾਲ ਓਨੈਸਟੀ ਦੇ ਨਾਲ
पूरा स्टडी करके प्रोजेक्ट जिहड़े लैके आउंदे ने ते इहनां दे नाल अज गलबात करनी है कि इन्वेस्टमेंट करन लग्गिआं कि चीज़ों का ध्यान रखना चाहिए। बहुत सारिया फॉल्स एडवरटाइजमेंट या फिर जिहड़ियां लोक लुभावने जिहड़ियां चीज़ां हुंदियां ने उहनां नूं देख के ते की करना चाहिए। मुंडी साहब जी स्वागत। बहुत शुक्रिया जी। सारे दर्शकों मेरे वालों बड़े आदर प्यार सत्कार के नाल सत श्री अकाल प्रवान होवे जी। सो जिवें मुंडी साहब आपां गल करदे सी कि इन्वेस्टमेंट जी सर अपनी कम्यूनिटी में तकरीबन कनाडा के आने तो 100 साल हो गए जी। आप सिर्फ ओंटेरियो की गल करिए ओंटेरियो के भी तकरीबन 40 साल के करीब जी हो ही गए ने। सो हुण लोग जिहड़े ने पहला हुंदी सिर्फ जरूरत पई एक घर खरीदना जी अपने वास्ते, हुण जिहड़े ने हुण इस सिचुएशन दे विच ने इस पोजीशन दे विच ने कि इन्वेस्टमेंट वास्ते भी खरीदते हैं या फिर जिहड़ियां अगों जनरेशन जिहड़ियां ने तीजी तीजी चौथी चौथी पीढ़ी आ गई है फिर उन्हां वास्ते भी सानूं जिहड़ी प्रॉपर्टी खरीदनी पैंदी है। जदों तुसीं अपने तो अलावा तुसीं होर कोई प्रॉपर्टी खरीदनी है किहड़ियां किहड़ियां चीज़ों का ध्यान रखना चाहिए? देखो जी डिपेंड, पहली गल जेकर तुम रियल स्टेट के इनवैसट करना, जो तुम मैं स्टॉक की पुछो तो मैं कहूँगा कि वो जो स्पैशलाइज कर देने फील्ड से उन्होंने सदो। रियल स्टेट के जी पहली चीज़ है जी लोकेशन जी, जे तुहाडी प्रॉपर्टी लोकेशन आप चार पिलर की गल कर लें, रियल स्टेट के कि चार पिलर ने जोड़े स्ट्रोंग पिलर ने, सब तो मेन पिलर रियल स्टेट के लोकेशन गिणा जाता जी। दूसरा जो स्ट्रोंग पिलर गिणा जाता रियल स्टेट के डिमांड, लोकेशन के नाल उस प्रोडक्ट की डिमांड कितनी का। तीसरा जिहड़ा स्ट्रोंग पिलर रियल स्टेट के गिणा जाता जिहड़ा बिल्डर या कोई भी जिहड़ा इस प्रोडक्ट नूं बना रहा जी। सो चौथा जिहड़ा रियल स्टेट के स्ट्रोंग पिलर जिहड़ा बनता कि वह जिहड़ी लोकेशन आ कितनी हॉट आ ते उत्थे किहो जिहे लोकी रहिंदे ने ते किहो जिहा प्रोडक्ट मंगदे ने। जे रेजीडेंशियल एरिए दे विच आ ते उत्थे आपां छोटा जिहा प्लाजा खड़ा कर दिंदे कई वारी वह भी फेल हो जांदे ने जी। सो डिपेंड आ कि तुसीं किहड़ा प्रोडक्ट किहड़ी लोकेशन दे उत्ते ते किहड़ी डिमांड दे विच खड़ा कर दिओ। पहली लोकेशन की गल कर लईए जी, हुण आपां टोरंटो डाउनटाउन जां लेक दे उत्ते जाके कोई भी प्रोडक्ट बनाउंदे आ तां बिल्डरां दे पहले ही हुंदा कि महीने दे विच जां 10 दिन दे विच जां 15 दिन दे विच इह सारे दा सारा प्रोडक्ट आ जिहड़ा सोल्ड हो जाणा। उत्ते सब तों वड्डा तब्बा इह लगदा जाके कई वारी कि जे $400 स्केयर फुट प्रोडक्ट बिकने वाला तो जो बिल्डर उन्होंने $800 स्केयर फुट पर बिकता तो वो कंज्यूमर स्टक हो जाता। कई बार असं एक्साइटमेंट के एक्साइटड होए कि बाय कर लिए लेक के उत्ते सारा कुछ, जे वह $400 इस टाइम करंट मार्केट का रेट आ, तुसी $800 पे कर दो तो जिहड़ा $400 का गैप आ वह निकलना बहुत औखा, अप्रोक्सीमेटली 7 to 8 साल लगते हो गैप निकलने। सो ये जी लोकेशन के नाल नाल प्राइस बहुत इंपोर्टेंस रख रही। हुण दूसरा जिहड़ा स्ट्रोंग पिलर आ उन्हूं बना कौन रहा जी? जे हुण तुसीं उत्थे अपार्टमेंट खड़ी कर दिती या घर खड़ा कर दिता या प्लाजा खड़ा कर दिता पर वह बिल्डर की रैपूटेशन नहीं है, वह बनाते अद्धा प्रोडक्ट रास्ते दे विच खड़ गया तो यह भी बहुत इंपोर्टेंस रखता कि जिहड़ा वो पिछले पासे बिहाइंड द सीन जिहड़ा स्ट्रोंग पिलर आ बिहाइंड कौन काम कर रहा। जे चंगा बिल्डर आ डेफिनेटली प्रोडक्ट तुहाडा बिकदा। तो तीसरा जे प्रोडक्ट भी बना लिया प्राइस भी राइट आ तो उत्थे डिमांड ही नहीं है कोई फायदा नहीं, वह भी उत्थे रह जाऊगा क्योंकि साडी तां इनवैसटमेंट प्रॉपर्टी यह हैगी आ। चौथा है जिहड़ा लीजिंग पार्ट आ जांदा जी। सो हरेक बंदा जिहड़ा कोई भी प्रॉपर्टी बाय करके उन्हूं सोचदा कि ओंटारियो दे विच ही ला तुहानूं HST दा जिहड़ा क्रैडिट आ वापस करना पैंदा जां तुसीं रेंटल क्रैडिट लाओ उन्हूं कैरी करना, जदों असीं कैरी करदे कैरिंग कॉस्ट आ जिहड़ी सानूं मंथली पॉकेट 'च तां नहीं पाउणी पैंदी। जेकर तुसीं कोई प्रॉपर्टी लै लई फॉर एग्जाम्पल तुहानूं $1000 पर मंथ जेब 'च पाउणा पै गया ਤੁਹਾਡਾ ਤਾਂ 8-10 ਮਹੀਨਿਆਂ 'ਚ ਧੂੰਆਂ ਨਿਕਲ ਜਾਂਦਾ। ਇੰਨੀ ਕੁ ਮਸੀ ਇਨਕਮ ਹੁੰਦੀ ਆ, ਮਸੀ ਪੈਸੇ ਜੋੜ ਜੋੜ ਕੇ ਡਾਊਨ ਪੇਮੈਂਟ ਦੇ ਕੇ ਅਸੀਂ ਉਹ ਪ੍ਰੋਡਕਟ ਨੂੰ ਲੈਂਦੇ ਹਾਂ। ਸੋ ਇਹ ਮੇਕ ਸ਼ੋਰ ਕਰਨਾ ਬਹੁਤ ਜ਼ਰੂਰੀ ਆ ਕਿ ਜਿਹੜਾ ਪ੍ਰੋਡਕਟ ਹੈਗਾ ਉਹਦੀ ਮੰਥਲੀ ਜਿਹੜੀ ਕੈਰਿੰਗ ਕੋਸਟ ਆ ਤੁਹਾਡੀ ਜੇਬ 'ਚੋਂ ਨਹੀਂ ਜਾਂਦੀ। ਮਿਨੀਮਮ ਜੇ ਤੁਹਾਡੀ $40,000 ਦੀ ਇਨਵੈਸਟਮੈਂਟ ਆ ਤਾਂ $400 ਜਿਹੜਾ ਮੰਥਲੀ ਕੈਸ਼ ਫਲੋ ਤੁਹਾਡੀ ਪਾਕਟ ਦੇ ਵਿੱਚ ਜਾਵੇ। ਅਤੇ ਜੇ ਓਂਟਾਰੀਓ ਦੀ ਗੱਲ ਕਰੀਏ ਜੀ, ਓਂਟਾਰੀਓ ਦੇ ਵਿੱਚ ਐਵਰੇਜ ਜਿਹੜੀ ਪ੍ਰਾਈਸ ਆ 10 to 12 ਸਾਲ 'ਚ ਡਬਲ ਹੁੰਦੀ ਰਹਿਣਾ ਜੀ। ਸੇ ਅੱਜ ਤੁਸੀਂ ਕੋਈ ਪ੍ਰੋਪਰਟੀ ਲੈਂਦੇ ਆ 12 ਸਾਲ ਦੇ ਵਿੱਚ ਉਹ ਡਬਲ ਹੋ ਜਾਂਦੀ ਆ। ਉਹਦੇ ਕਾਰਨ ਕੀ ਨੇ? ਸਭ ਤੋਂ ਵੱਡਾ ਕਾਰਨ ਆ ਡਿਵੈਲਪਮੈਂਟ ਚਾਰਜਸ। ਸੇ ਜਿੱਦਾਂ ਸਿਟੀ ਕਿਸੇ ਵੀ ਸਿਟੀ ਦੇ ਵਿੱਚ ਲਾ ਲਓ, ਪਿਛਲੇ ਸਾਲ ਡਿਵੈਲਪਮੈਂਟ $30,000 ਸੀ, ਆਹ ਸਾਲ ਉਹਦੇ ਡਿਵੈਲਪਮੈਂਟ $60,000 ਹੋ ਗਿਆ, $30,000 ਐਡ ਹੋ ਗਿਆ। ਜਿਹੜੀ ਅੱਜ ਤੋਂ 15 ਸਾਲ ਪਹਿਲਾਂ ਜ਼ਮੀਨ $25,000 ਨੂੰ ਏਕੜ ਵਿਕਦੀ ਸੀਗੀ, ਉਹ ਇਸ ਟਾਈਮ ਵਿਕ ਰਹੀ ਆ ਜੀ ਆਲਮੋਸਟ $500,000 ਨੂੰ। ਜਿਹੜੀ ਸੈਵਰੰਸ ਕਰਨ ਦਾ ਪਹਿਲਾਂ $2,000 ਲੱਗਦਾ ਸੀ, ਹੁਣ $8,000 ਲੱਗਦਾ। ਔਰ ਜਿਹੜੇ ਸੂਅਰ ਜਿੱਦਾਂ ਸਰਵਿਸ ਪਾਉਂਦੇ ਆ ਸਾਰੀਆਂ ਪਾਈਪਾਂ ਵਗੈਰਾ,
ਜਿਹੜੀ ਪਹਿਲਾਂ $30,000 ਪਰ ਏਕੜ ਪੈਂਦੀ ਸੀ ਹੁਣ ਉਹਨੂੰ $1.5 lakh ਲੱਗ ਰਿਹਾ ਪਰ ਜਿਹੜੀ ਲੇਬਰ ਪਹਿਲਾਂ ਸੀਗੀ ਰਾਣਾ ਜੀ ਕੋਈ $13-14 ਘੰਟੇ ਦੇ ਉਹ ਇਸ ਟਾਈਮ $30-35 ਘੰਟੇ ਦੇ ਆ ਔਰ ਇਸ ਤੋਂ ਇਲਾਵਾ ਜਿਹੜਾ ਮਟੀਰੀਅਲ ਯੂਜ਼ ਕੀਤਾ ਜਾਂਦਾ ਪਹਿਲਾਂ ਡਰਾਈਵਲ $1.5 ਦਾ ਮਿਲਦਾ ਸੀ ਹੁਣ ਉਹ ਡਰਾਈਵਲ $7 ਬਿਲਡਰ ਨੂੰ ਕੋਸਟ ਕਰ ਰਿਹਾ ਸੋ ਜਿਹੜੀ ਅੰਟਾਰੀਓ ਦੀ ਮਾਰਕੀਟ ਆ ਸਟੱਡੀ ਆ ਹਰੇਕ ਸਾਲ 10-12% ਜਿਹੜੀ ਉੱਪਰ ਜਾ ਰਹੀ ਆ ਇਸ ਦੇ ਨਾਲ ਨਾਲ ਜਿਹੜੀ ਜ਼ਮੀਨ ਦੀ ਕੋਸਟ ਉੱਪਰ ਜਾ ਰਹੀ ਆ ਸੋ ਜਿਹੜੀ ਨਵੀਂ ਕੰਸਟਰਕਸ਼ਨ ਆ ਜੇ ਕੋਈ ਅੱਜ ਭੈਣ ਭਰਾ ਪ੍ਰੋਪਰਟੀ ਬਾਏ ਕਰਦਾ ਤਾਂ 10 ਸਾਲ 'ਚ ਉਹਦੇ ਡਬਲ ਹੋਣ ਦੇ ਪੂਰੇ ਆਸਾਰ ਆ हाँ क्योंकि जी प्रॉपर्टी जी हमेशा ही एको प्रिंसीपल जो लागू किया जाता भी तुम कदे भी महंगी बाय नहीं करते जे अज तो जे अज की मार्केट तो 6 महीने गांह वाले पैसे भी लाते हैं उन्हें अपनी 6 महीनों के जी कवर कर ही जाना और प्रॉपर्टी तुम लूज़ नहीं करते पर हाँ उन्होंने हालातों के कि जिथे जिमें तुम पहला जिक्र किया भी आ कि जी 400 वाली चीज़ जो पहले 800 की ली है साढ़े इतने एग्जाम्पल्स है जी बड़े व्डे व्डे ने जी उन्होंने एडवरटाइजमेंट बहुत चल रही ने टोरंटो डाउनटाउन के उन्होंने अज तो तकरीबन 5 साल पहला जी 5 साल पहला 5 तो लैके 4-3 साल पहले तक भी वह बड़ा रौला रप्पा पाया जी उन्होंने बसा भर भर के हुल जाते होंगे सी उन्होंने टूर लैके जी दिखाउण जिहड़े कोंडो ने जी उत्थे जिहड़े ने वह 5-5 लाख के 6-6 लाख के वेचे ने मुड़ के गुआंढ दे विच मुड़ के ਤੁਸੀਂ ਆ ਕੇ ਮੇਰੇ ਖਿਆਲ 3-3 ਲੱਖ ਦੇ ਉਹ ਵੇਚਦੇ ਸੋ ਹੁਣ ਰਾਣਾ ਜੀ ਮਿਸ ਸਾਗਾ ਦੀ ਰੀਅਲ ਸਟੇਟ ਦੀ ਮਾਰਕੀਟ ਦੱਸਿਆ ਜਿਹੜੀ ਮਿਸ ਸਾਗਾ ਦੀ ਪਹਿਲੀ ਗੱਲ ਤਾਂ ਥੋੜ੍ਹੇ ਹੀ ਸਿਟੀ ਨੇ ਜਿੱਥੇ ਕਾਂਡੋ ਮਾਰਕੀਟ ਆ ਜੇ ਟੋਰਾਂਟੋ 'ਚ ਜਾ ਕੇ ਤੁਸੀਂ ਕਹੋ ਡਾਊਨਟਾਊਨ 'ਚ ਘਰ ਲੈਣਾ ਮੈਂ ਕਹਿੰਦਾ ਕਿ ਉਹ ਸਾਡਾ ਸਭ ਤੋਂ ਗਲਤ ਫੈਸਲਾ ਹੋਊਗਾ ਜੀ ਜੇ ਤੁਸੀਂ ਬ੍ਰਾਂਟਨ ਦੇ ਵਿੱਚ ਆ ਕੇ ਕਾਂਡੋ ਲੈਣਾ ਮੈਂ ਕਹਿੰਦਾ ਉਦੋਂ ਵੀ ਜ਼ਿਆਦਾ ਗਲਤ ਫੈਸਲਾ ਹੋਊਗਾ ਸੋ ਜਿਹੜੀ ਕੋਈ ਸਿਟੀ ਹੈਗੀ ਉਹ ਕਾਂਡੋ ਮਾਰਕੀਟ ਆ ਕੋਈ ਜਿਹੜੀ ਆ ਹਾਊਸਿੰਗ ਮਾਰਕੀਟ ਆ ਸੋ ਜੇ ਟੋਰਾਂਟੋ ਦੇ ਵਿੱਚ ਜਾਂਦੇ ਡੈਫੀਨੇਟਲੀ ਟੋਰਾਂਟੋ ਡਾਊਨਟਾਊਨ ਜਾਂ ਲੇਕ ਦੇ ਸਿਰਫ ਕਾਂਡੋ ਦੀ ਮਾਰਕੀਟ ਆ ਉੱਥੇ ਕਾਂਡੋ ਹੀ ਜ਼ਿਆਦਾ ਵਿਕਦੇ ਨੇ ਕਿਉਂਕਿ ਜਿਹੜੇ ਲੋਕੀ ਨੇ ਅੰਡਰ 1 ਰੂਫ ਸਾਰੀਆਂ ਫੈਸਿਲਿਟੀਜ਼ ਮੰਗਦੇ ਨੇ ਜੀ ਸੋ ਇਸੇ ਹੀ ਤਰ੍ਹਾਂ ਜਿਹੜੀ ਮਿਸਾਗਾ ਦੀ ਮਾਰਕੀਟ ਆ ਬਹੁਤ ਸਾਰੇ ਪਹਿਲੋਂ $700 ਨੂੰ ਪਰ ਸਕੁਅਰ ਫੁੱਟ ਵਿਕ ਚੁੱਕੇ ਜਿਹੜੀ ਉੱਥੇ ਦੀ ਐਕਚੁਅਲ ਮਾਰਕੀਟ ਆ $450 ਪਰ ਸਕੁਅਰ ਫੁੱਟ ਆ $500 ਪਰ ਸਕੁਅਰ ਫੁੱਟ ਆ ਹੁਣ ਜਦੋਂ ਰੀਸੇਲ 'ਚ ਵਾਪਸ ਆਏ ਲੋਕੀ ਕੰਪੈਰੀਜ਼ਨ ਕਰਨਾ ਸ਼ੁਰੂ ਕਰ ਦਿੱਤਾ ਦੂਸਰੀ ਬਿਲਡਿੰਗ ਦੇ ਨਾਲ ਜਾਂ ਫਿਰ ਦੂਸਰੇ ਪ੍ਰੋਡਕਟ ਦੇ ਨਾਲ ਹੁਣ ਉਹਨਾਂ ਨੂੰ ਉਹ ਵੈਲਿਊ ਨਹੀਂ ਮਿਲ ਰਹੀ ਸੋ ਇਹ ਬਹੁਤ ਧਿਆਨ ਦੇ ਵਿੱਚ ਰੱਖਣ ਦੀ ਲੋੜ ਆ ਕਿ ਜਿਹੜਾ ਵੀ ਪ੍ਰੋਡਕਟ ਤੁਸੀਂ ਬਾਏ ਕਰਦੇ ਹੋ ਕੀ ਮਾਰਕੀਟ ਦਾ ਰੇਟ ਉੱਥੇ ਉਹੋ ਹੀ ਆ ਔਰ ਤੁਸੀਂ ਜੇ 3-4 ਸਾਲ ਬਾਅਦ ਵੇਚਣਾ ਤਾਂ ਉੱਥੇ ਕੀ ਰੇਟ ਹੋਊਗਾ ਲੋਕੇਸ਼ਨ ਬਿਲਡਰ ਤੇ ਰਾਈਟ ਡਿਮਾਂਡ ਤੇ ਰਾਈਟ ਪ੍ਰਾਈਸ ਜਿਹੜੀ ਬਹੁਤ ਇਹਦੇ ਵਿੱਚ ਇੰਪੋਰਟੈਂਸ ਰੱਖਦੀ ਹੈ ਸੋ ਜਿਹੜਾ ਦੂਜਾ ਇਸ਼ੂ ਹੈ ਚਲੋ ਇਹਦੇ ਤਾਂ ਆਪਾਂ ਅੱਗੇ ਜਾ ਕੇ ਹੋਰ ਡਿਸਕਸ਼ਨ ਜਿਹੜੀ ਹੈ ਇਸ ਵਿਸ਼ੇ ਬਾਰੇ ਗੱਲਬਾਤ ਕਰਨੀ ਹੈ ਜਿਹੜਾ ਅਗਲਾ ਇਸ਼ੂ ਆਉਂਦਾ ਮੋਰਗੇਜਸ ਦਾ ਸੋ ਮੋਰਗੇਜ ਦੇ ਵਿੱਚ ਅੱਜ ਕੱਲ੍ਹ ਚਲੋ ਜਿੰਨੇ ਰੀਅਲ ਸਟੇਟ ਏਜੰਟ ਨੇ ਉਦੋਂ ਵੱਧ ਗਿਣਤੀ ਜਿਹੜੀ ਉਹ ਮੋਰਗੇਜ ਏਜੰਟਸ ਦੀ ਹੈ ਕਿਉਂਕਿ ਮੋਰਗੇਜ ਦਾ ਲਾਇਸੈਂਸ ਲੈਣਾ ਥੋੜ੍ਹਾ ਜਿਹਾ ਸੌਖਾ ਆ ਅਤੇ ਰੀਅਲ ਸਟੇਟ ਵਾਸਤੇ ਜਿਹੜਾ ਅੱਜ ਕੱਲ੍ਹ ਟਾਈਮ ਵਾਹਵਾ ਲੱਗਦਾ ਔਰ ਅੱਜ ਕੱਲ੍ਹ ਹਰ ਬੰਦਾ ਜਿਹੜਾ ਜੀ ਉਹ ਆਪਣੀ ਸੱਜੀ ਜੇਬ ਦੇ ਵਿੱਚ ਪਾਈ ਫਿਰਦਾ ਜੀ ਰੀਅਲ ਸਟੇਟ ਦਾ ਲਾਇਸੈਂਸ ਅਤੇ ਖੱਬੀ ਜੇਬ ਦੇ ਵਿੱਚ ਉਹ ਮੋਰਗੇਜ ਦਾ ਵੀ ਨਾਲ ਕਰੀ ਜਾਂਦਾ ਅਤੇ ਫਿਰ ਜਿਸ ਢੰਗ ਦੇ ਨਾਲ ਖਾਸ ਕਰਕੇ ਮੋਰਗੇਜ ਵਾਲੇ ਘੁਆੜਾ ਫੇਰਦੇ ਨੇ ਨਾ ਉਹ ਬੜਾ ਨਿਰਦਈ ਤਰੀਕੇ ਦੇ ਨਾਲ ਫੇਰਦੇ ਨੇ ਮੈਂ ਕੈਨੀ ਹੋਰਾਂ ਨਾਲ ਗੱਲਬਾਤ ਸ਼ੁਰੂ ਕਰਨੀ ਚਾਹੁੰਦਾ ਕਿਉਂਕਿ ਇਹਨਾਂ ਨਾਲ ਸਾਡੀ ਅਕਸਰ ਹੀ ਗੱਲਬਾਤ ਹੁੰਦੀ ਰਹਿੰਦੀ ਹੈ ਜਦੋਂ ਫਿਰ ਜਿਹੜੇ ਪੀੜਿਤ ਲੋਕ ਸਾਨੂੰ ਫੋਨ ਕਰਦੇ ਨੇ ਉਹ ਫਿਰ ਕਹੀਦਾ ਵੀ ਤੁਸੀਂ ਕੈਨੀ ਹੋਰਾਂ ਕੋਲ ਜਾਓ ਇਹ ਫਿਰ ਜਾ ਕੇ ਜਦੋਂ ਫਿਰ ਦੁਬਾਰਾ ਉਹਨਾਂ ਦਾ ਫੋਨ ਆਉਂਦਾ ਕਿ ਭਾਈ ਅਸੀਂ ਤਾਂ ਬਹੁਤ ਵੱਡੀ ਗਲਤੀ ਕੀਤੀ ਵੀ ਜੇ ਪਹਿਲੇ ਇਹਨਾਂ ਕੋਲ ਚਲ ਜਾਂਦੇ ਤਾਂ ਚੰਗੀ ਗੱਲ ਹੋਣੀ ਸੀ ਮਾਰਕੀਟ ਦੇ ਵਿੱਚ ਜਿਹੜੀ ਮੈਂ ਖਾਸ ਕਰਕੇ ਅੱਜ ਕੱਲ੍ਹ ਸੈਕਿੰਡ ਮੋਰਗੇਜ ਦਾ ਹਾਂਜੀ ਚੱਲ ਰਿਹਾ ਸੈਕਿੰਡ ਮੋਰਗੇਜ ਦਾ ਜਨਰਲੀ ਵਿਆਜ ਜਿਹੜਾ ਉਹ ਕਿੰਨਾ ਕੁ ਹੁੰਦਾ ਅੱਜ ਕੱਲ੍ਹ ਦੇਖੋ ਰਾਣਾ ਜੀ ਇਹ ਡਿਪੈਂਡ ਕਰਦਾ ਹੈਗਾ ਕਿ ਲੈਂਡਰ ਜੀ ਅਤੇ ਜਿਹੜੀ ਬੋਰੋਅਰ ਦੀ ਕਿੰਨੀ ਕੁ ਉਹਨੂੰ ਲੋੜ ਆ ਜੀ ਯੂਜ਼ਲੀ ਜੇ ਆਪਾਂ ਗੱਲ ਕਰੀਏ ਰੇਟ ਸ਼ੁੱਡ ਬੀ ਰੀਜ਼ਨੇਬਲ ਰੀਜ਼ਨੇਬਲ ਦਾ ਵਿੱਚ ਇਹ ਆ ਜਾਂਦਾ ਕਿ ਜਿਹੜਾ ਸੈਕਿੰਡ ਮੋਰਗੇਜ ਦਾ ਰੇਟ ਆ ਜੀ ਜੇ ਤਾਂ ਆਪਾਂ ਸਕਿਓਰ ਲਾਈਨ ਆਫ ਕ੍ਰੈਡਿਟ ਦੀ ਗੱਲ ਕਰੀਏ ਸਕਿਓਰ ਲਾਈਨ ਆਫ ਕ੍ਰੈਡਿਟ ਤਾਂ ਆ ਜਾਂਦੀ ਆ 3.5 ਤੋਂ ਲੈ ਕੇ 11.5-12% ਤੱਕ ਜੀ ਸੋ ਉਸ ਤੋਂ ਬਾਅਦ ਜਦੋਂ ਕੋਈ ਸਕਿਓਰ ਲਾਈਨ ਆਫ ਕ੍ਰੈਡਿਟ ਦੇ ਵਿੱਚ ਫਿੱਟ ਨਹੀਂ ਪੈਂਦਾ ਫਿਰ ਆ ਜਾਂਦੀ ਆ ਸੈਕਿੰਡ ਮੋਰਗੇਜ ਜੀ ਹੁਣ ਸੈਕਿੰਡ ਮੋਰਗੇਜ ਦੇ ਵਿੱਚ ਜਿਹੜਾ ਰੇਟ ਆ ਉਹ 10% ਵੀ ਹੋ ਸਕਦਾ ਉਹ 14 ਵੀ ਹੋ ਸਕਦਾ ਉਹ 19 ਵੀ ਹੋ ਸਕਦਾ ਅਤੇ ਕਈ ਵਾਰ ਰੇਟ ਆ ਜਿਹੜੇ ਮੈਂ ਦੇਖੇ ਨੇ ਉਹ 21% ਵੀ ਚਲੇ ਜਾਂਦੇ ਨੇ ਸੋ ਇਨਕਲੂਡ ਜਿਹੜੇ ਆ ਕੋਸਟ ਆਫ ਬੋਰਿੰਗ ਕਈ ਵਾਰੀ ਆਪਾਂ ਇਹ ਦੇਖ ਲੈਂਦੇ ਵੀ ਸੰਤਾਂ ਦੀ ਰੇਟ 13% ਮਿਲ ਗਿਆ ਜਾਂ 12% ਮਿਲ ਗਿਆ ਪਰ ਜਿਹੜੀ ਨਾਲ ਬ੍ਰੋਕਰ ਫੀਸ ਜਾਂ ਲੈਂਡਰ ਫੀਸ ਸੋਰੀ ਲੱਗਦੀ ਹੈਗੀ ਆ ਠੀਕ ਹੈ ਉਹ ਲੈਂਡਰ ਫੀਸ ਹੀ ਇੰਨੀ ਜ਼ਿਆਦਾ ਹੋ ਜਾਂਦੀ ਆ ਕਿ ਜੋ ਤੁਸੀਂ ਉਹਨੂੰ ਕੋਸਟ ਆਫ ਬੋਰਿੰਗ ਕਰਦੇ ਆ ਤਾਂ ਉਹ ਕਈ ਵਾਰੀ 30% ਤੱਕ ਚਲੀ ਜਾਂਦੀ ਹੈ ਗੱਲ ਥੋੜ੍ਹਾ ਜਿਹਾ ਬੰਦਾ ਕਿੰਨਾ ਫੀਸ ਦੱਸ ਦਿਓ ਕਿ ਇਹ ਜਿਹੜੀ ਇੰਡਸਟਰੀ ਆ ਬਹੁਤ ਸਾਰੇ ਭੈਣ ਭਰਾਵਾਂ ਨੂੰ ਲੈਂਡਰ ਫੀਸ ਪਤਾ ਨਹੀਂ ਆ ਕਿ ਲੈਂਡਰ ਫੀਸ ਕੀ ਆ ਅਤੇ ਕਿਵੇਂ ਲੱਗਦੀ ਆ ਲੈਂਡਰ ਫੀਸ ਮੁੰਡੀ ਸਾਹਿਬ ਜਿਹੜੀ ਜਿਹੜਾ ਵੀ ਲੈਂਡਿੰਗ ਕੰਪਨੀ ਜਾਂ ਕੋਈ ਇੰਡੀਵਿਜੁਅਲ ਲੈਂਡਰ ਆ ਉਹ ਜਦੋਂ ਤੁਹਾਨੂੰ ਮਨੀ ਲੈਂਡ ਕਰਦਾ ਤੇ ਉਹਦੀ ਆਪਣੀ ਫੀਸ ਹੁੰਦੀ ਆ ਠੀਕ ਹੈ
वह लैंडर फीस जी है 5% भी हो सकती है, ये लैंडर फीस 10% भी हो सकती है। उस तो बाद आ जाता ब्रोकर, फिर कई जड़ी कंपनियां होंगे उन्होंने लैंडर फीस के बिल्ट नहीं ब्रोकर फीस होंगी है जिहड़ा सानू हिस्सा मिलता है। जो मॉर्गेज ब्रोकर या मॉर्गेज एजेंट करवा के दिता है। सो जदों कई बार जो कई लैंडर कंपनियां या कई लैंडर इंडिविजुअल लैंडर जोड़े होंगे ने कहते नहीं साड़ी तो आह फीस है जी फीस चार्ज करनी है वो कर सकते हैं, पर उत्थे फिर ब्रोकर का ज मॉर्गेज एजेंट का एथिक्स आ जाते हैं। एथिक्स तुहाडा कहिंदा कि तुसीं 2% भी चार्ज कर सकते हो, कई एथिक्स कहते हैं जी तुसीं 10% भी चार्ज कर सकते हो। जो तुसीं 10% जी फीस चार्ज करते हो उस अनएथिकल हो जाता है, खासकर जिहड़े लैंडर भी ने वह भी जदों ज़्यादा फीस चार्ज करते हैं वह भी अनएथिकल हो जाता। और मैं इत्थे यह भी दस दें कि ओंटारियो दे विच 60% तो उपर जदों भी तुसीं एनुअल रेट चार्ज करते हो एस इट बिकम्स क्रिमिनल। सो जदों क्रिमिनल हो जाता ਤਾਂ ਤੁਹਾਨੂੰ ਜਿਹੜਾ ਤੁਸੀਂ ਚਾਰਜ ਵੀ ਹੋ ਸਕਦੇ ਹੋ ਔਰ ਤੁਹਾਨੂੰ 5 ਸਾਲ ਦੀ ਜੇਲ੍ਹ ਵੀ ਹੋ ਸਕਦੀ ਹੈਗੀ। ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਆਪਾਂ ਦੇਖਦੇ ਹੁੰਦੇ ਸੀ ਕਿ ਭਾਈ ਜਿਹੜੇ ਸ਼ਾਹੂਕਾਰ ਹੁੰਦੇ ਸੀ ਨਾ, ਹਾਂਜੀ, ਸ਼ਾਹੂਕਾਰਾਂ ਦੇ ਕੋਲ ਜੇ ਕਿਸੇ ਨੇ ਕਰਜ਼ਾ ਲੈਣ ਜਾਣਾ ਤਾਂ ਉਹ ਕਹਿੰਦਾ ਸੀ ਹਾਂ ਵੀ ਕਿੰਨੇ ਪੈਸੇ ਲੈਣੇ, ਜੇ 5000 ਮੰਨ ਲਓ ਲਿਆ ਅਤੇ 5000 ਦੇ ਵਿੱਚ ਉਹ ਸਾਲ ਦਾ ਵਿਆਜ ਲਾ ਕੇ ਅਤੇ ਜਿੰਨੀ ਉਹਦੀ ਕਿਸ਼ਤ ਹੋਣੀ 5000 'ਚੋਂ ਉਹ ਕੱਟ ਲੈਣਾ, ਉਹ ਕੱਟ ਕੇ ਬਾਕੀ ਰਹਿ ਜਾਣਾ 4000, ਫਿਰ ਬਾਅਦ ਵਿੱਚ ਹੋਰ ਲੱਲਾ ਭਾਬਾ ਕਰਕੇ ਨਾ ਜੀ, ਅਤੇ ਫਿਰ ਪੱਲੇ ਜਿਹੜਾ ਬੰਦੇ ਨੂੰ 3000 ਫੜਾਉਣਾ ਵੀ ਆਹ ਤੂੰ ਲੈ ਜਾ, ਅਤੇ ਪ੍ਰਨੋਟ ਜਿਹੜਾ ਸੀ ਉਹ 5000 ਦੇ ਵਹੀ ਦੇ ਉੱਪਰ ਜਿਹੜਾ ਅੰਗੂਠਾ ਜਿਹੜਾ ਉਹ 5000 'ਤੇ ਲਵਾਇਆ ਹੋਣਾ। ਸੇਮ ਇਸੇ ਢੰਗ ਦੇ ਨਾਲ ਅੱਜ ਕੱਲ੍ਹ ਇੱਥੇ ਇਹੋ ਜਿਹੇ ਐਡਵਾਂਸ ਮੁਲਕ ਦੇ ਵਿੱਚ ਹੋ ਰਿਹਾ। ਪਿਛਲੇ ਹਫ਼ਤੇ ਫੋਨ ਆਇਆ ਉਸ ਬੰਦੇ ਦੀ ਵੀ ਵਾਹਵਾ ਐਡ ਚੱਲਦੀ ਹੈ ਬਾਹਰ, $44,000 ਬੰਦੇ ਨੂੰ ਚਾਹੀਦਾ ਸੀਗੀ ਸੈਕਿੰਡ ਮੋਰਗੇਜ। आम तौर के उपर जे घर एक्यूटी हैगी तो फिर तो सारे जिहड़े आ सियाणा बंदा कहिंदा वी भाई तुसीं सिक्योर्ड लाइन ऑफ क्रैडिट वच्चल जाओ, हो सकदा उह मजबूर होणगे। क्योंकि अजकल साढ़े समाज के फितरती यह चली है भी जिहड़ा बंदा मजबूर आ जिहड़ा बंदा फसिया आ चम उहदी उन्नी ज़्यादा उस बंदे दी लैंदी आ, जिहड़ा बंदा मजबूर नहीं उहदी मजबूरी का कोई फायदा उठाउंदा नहीं। इत्थे सिर्फ तो सिर्फ चाहे तुसीं हथ देखण वाले लै लो जिहड़े मर्जी खिते देख लो जी, मजबूरी का फायदा ही उठाया जाता। उस बंदे ने जी 44,000 दी मुड़ी साहब सैकंड मॉर्गेज सी, उहदे व्याज पता किन्ना 33%। और जिहड़ी पेपर वर्क होया जी एक साल लई $1,00,000 लिया ते $33,000 नूं ब्याज देना पऊगा जी, $33,000 नूं ब्याज देना पऊगा। सो जिहड़ी और आम तौर दे उपर आ के उह एडवरटाइजमेंट जदों करदे ने फिर कहिंदे ने जी कि सानूं सेवा दा मौका दिओ, इह तां फिर उह बादलां वाली सेवा ही होगी जी। ਰਾਣਾ ਜੀ ਕਈ ਬਹੁਤ ਸਾਰੇ ਮਿੱਠੇ ਨੇ ਜੀ, ਆਪਾਂ ਨੂੰ ਕੋਈ ਗੱਲ ਕਹੇ ਆਪਾਂ ਛੇਤੀ ਪੜ ਕੇ ਜਾਂਦੇ ਹਾਂ, ਪਰ ਮੈਨੂੰ ਕਹੇ ਮੇਰਾ ਵੀ ਇਹ ਸਵਾਲ ਆ ਕਿਉਂਕਿ ਅਸੀਂ ਸੱਚੇ ਹਾਂ, ਕਿਸੇ ਨਾਲ ਅਸੀਂ ਧੱਕਾ ਹੋਣ ਨਹੀਂ ਦਿੰਦੇ, ਆਪ ਕਿਸੇ ਨਾਲ ਅਸੀਂ ਧੱਕਾ ਕਰਦੇ ਨਹੀਂ ਜੀ। ਮੇਰੇ ਕੋਲ ਵੀ ਬਹੁਤ ਸਾਰੇ ਆਉਂਦੇ ਸੀ ਸਾਨੂੰ $20,000 ਦਿਓ ਅਤੇ ਅਸੀਂ ਤੁਹਾਨੂੰ ਇਹਦਾ $3,000 ਆ ਜਿਹੜਾ ਵਿਆਜ ਮਹੀਨੇ ਦੇ ਵਿੱਚ ਦੇ ਦਿੰਦੇ ਜੀ, ਕਮਾਉਣ ਜਿਹਨੂੰ ਤੁਸੀਂ ਮੇਰਾ $20,000 ਦੇਣਾ, ਜੇ ਉਹਦੇ ਕੋਲ ਮੇਰੇ 12 ਮਹੀਨੇ ਪੈਸੇ ਰਹਿ ਗਏ ਉਹ ਤਾਂ ਮੈਨੂੰ $36,000 ਵਾਪਸ ਦਊਗਾ ਜੀ। ਸੋ ਬਹੁਤ ਸਾਰੇ ਭੈਣ ਭਰਾ ਇਹੋ ਜਿਹੇ ਵੀ ਨੇ ਜਿਹੜੇ ਤੁਸੀਂ ਕਹਿੰਦੇ ਵੀ ਤੁਹਾਡੇ ਪੈਸੇ ਛੇਤੀ ਬਣਾ ਲੈਣਗੇ, ਤੁਸੀਂ ਬਚੋ। ਜਿਹੜੇ ਪਰਿਵਾਰ ਨੂੰ ਉਹ ਪੈਸੇ ਜਾਣੇ ਨੇ ਉਹਨਾਂ ਦਾ ਖੂਨ ਚੂਸ ਕੇ ਉਹ ਪੈਸੇ ਨਿਕਲਣੇ ਨੇ, ਸੋ ਇਹੋ ਜਿਹੀਆਂ ਐਡਾਂ ਤੋਂ ਵੀ ਤੁਸੀਂ ਬਚੋ। ਤੁਹਾਡੀ ਗੱਲ ਰਾਈਟ ਆ, ਕਿਉਂਕਿ ਮੈਂ ਕਈ ਵਾਰੀ ਇਹ ਕਹਿ ਰਿਹਾ ਹੁੰਦਾ ਵੀ ਜਿਹੜਾ ਕੋਈ ਬ੍ਰੋਕਰ ਜਾਂ ਇੰਡੀਵਿਜੁਅਲ ਇਸ ਤਰ੍ਹਾਂ ਦੀ ਜਿਹੜੀ ਲੁੱਟ ਖਸੁੱਟ ਕਰਦਾ ਜੀ, ਉਹ ਤੁਸੀਂ ਆਪਦੇ ਆਪ ਨੂੰ ਉਸ ਕਲਾਇੰਟ ਦੇ ਸ਼ੂ ਵਿੱਚ ਰੱਖ ਕੇ ਦੇਖੋ ਜੀ, ਕਿ ਤੁਸੀਂ ਕਲਾਇੰਟ ਦੀ ਜਗ੍ਹਾ 'ਤੇ ਹੋਵੋ ਅਤੇ ਤੁਸੀਂ ਕੀ ਫੀਲ ਕਰੋ। ਬਿਲਕੁਲ ਬਿਲਕੁਲ। ਸੋ ਮੈਂ ਇੱਕ ਵਾਰੀ ਪਿਛਲੇ 2 ਕੁ ਵੀਕਾਂ ਦੀ ਗੱਲ ਆ, ਅਤੇ ਮੇਰੇ ਕੋਲ ਕੋਈ ਸੱਜਣ ਆਏ, ਮੈਨੂੰ ਕਹਿੰਦੇ ਕੈਨੀ ਸਾਹਿਬ ਅਸੀਂ ਫਸੇ ਹੋਏ ਹਾਂ, ਸਾਡੀ ਇਹ ਗੱਲਬਾਤ ਜਿਹੜਾ ਸਾਡਾ ਜਿਹੜਾ ਛਡਾਓ ਉਹਨਾਂ ਦੀ 30 ਜਨਵਰੀ ਨੂੰ ਉਹਨਾਂ ਦੀ ਜਿਹੜੀ ਸੈਕਿੰਡ ਮੋਰਗੇਜ ਆ ਉਹ ਐਕਸਪਾਇਰ ਹੋ ਰਹੀ ਹੈ। ਸੋ ਉਹਨਾਂ ਨੂੰ ਰਣਧੀਰ ਸਾਹਿਬ ਜਿਹੜਾ ਬ੍ਰੋਕਰ ਨੇ ਮੋਰਗੇਜ ਦਿੱਤੀ ਸੀ ਲੈ ਕੇ ਜੀ, ਔਰ ਉਹਦੇ ਵਿੱਚ ਉਹਨਾਂ ਨੇ ਜਿਹੜਾ ਰੇਟ ਆ ਉਹ 15% ਰੇਟ ਸੀਗਾ ਜੀ, ਔਰ ਮੇਰੇ ਖਿਆਲ ਆ ਵੀ 20% ਤੋਂ ਉਹਨਾਂ ਨੇ ਫੀਸ ਲਾਈ ਹੋਣੀ ਹੈ। ਅੱਛਾ। ਤੋ ਉਹ ਕਹਿੰਦੇ ਸਾਨੂੰ $70,000 'ਤੇ ਸਾਈਨ ਕਰਾਏ ਸੀਗੇ, ਮਿਲਿਆ ਸਾਨੂੰ $54,000 ਸਿਰਫ, $54,000 ਅਤੇ ਔਰ ਉਸ ਤੋਂ ਬਾਅਦ ਫਿਰ ਜਿਹੜੀ ਸਾਲ ਤੋਂ ਬਾਅਦ ਰਿਨਿਊਲ ਫੀਸ ਸੀਗੀ, ਰਿਨਿਊਲ ਫੀਸ ਵੀ ਉਸ ਲੈਂਡਰ ਨੇ $3,000 ਚਾਰਜ ਕਰਨੀ ਸੀ, ਪਲੱਸ 6% ਇੰਟਰਸਟ ਵਧਾ ਦੇਣਾ ਸੀਗਾ। ਸੋ ਦੈਟ ਮੀਨ 15+6 21% ਇੰਟਰਸਟ ਉਹਨੂੰ ਚਾਰਜ ਉਹਨੂੰ ਫਿਰ ਅਗਲੇ ਸਾਲ ਲਈ ਚਾਰਜ ਕਰਨਾ ਸੀ। ਜੇ ਉਹ ਉਦੋਂ ਅਗਲੇ ਸਾਲ ਵੀ ਰੱਖ ਜਾਂਦਾ ਤਾਂ 3,000 ਫੇਰ ਫੀਸ ਅਤੇ ਪਲੱਸ 6% ਫਿਰ ਇੰਟਰਸਟ ਚਾਰਜ ਕਰਨਾ ਸੀਗਾ ਉਹਨਾਂ ਨੇ, ਦੈਟ ਮੀਨ 21 ਅਤੇ ਪਲੱਸ 6% ਜਿਹੜਾ ਇੰਟਰਸਟ ਆ ਉਹ ਬਣ ਜਾਣਾ ਸੀਗਾ। ਉਹ ਕਹਿੰਦਾ ਜੀ ਮੇਰਾ ਤੁਸੀਂ ਜੇ ਖਹਿੜਾ ਛਡਾ ਦਿਉ ਤਾਂ ਤੁਹਾਡੀ ਬੜੀ ਮਿਹਰਬਾਨੀ, ਅਤੇ ਹੁਣ ਅਸੀਂ ਉਹਦਾ ਜੋ ਵੀ ਕਿਸੇ ਹੋਰ ਲੈਂਡਰ ਤੋਂ
ਉਹਦੀ ਜਿਹੜੀ ਆ ਸਾਰਾ ਕੁਝ ਇਕੱਠਾ ਕਰਵਾਤਾ ਪਹਿਲੀ ਤੇ ਸੈਕੰਡ ਮੌਰਗੇਜ ਸੌਰੀ ਫਸਟ ਮੌਰਗੇਜ ਸੈਕੰਡ ਮੌਰਗੇਜ ਤੇ ਉਹਦੀ ਜਿਹੜੀ ਜਾਨ ਆ ਉਹ ਸੌਖੀ ਹੋਈ ਹੈ। ਇੱਕ ਦਰਸ਼ਨ ਮੈਂ ਤੁਹਾਡੇ ਤੋਂ ਦੋਨੇ ਭਰਾ ਤੁਸੀਂ ਕਾਫੀ ਜ਼ਿਆਦਾ ਇਸ ਫੀਲਡ ਦੇ ਵਿੱਚ ਮੰਝੇ ਹੋਏ ਹੋ। ਇੱਕ ਸਾਡੇ ਬਜ਼ੁਰਗਾਂ ਦਾ ਫੋਨ ਆਇਆ, ਮੈਂ ਤੁਹਾਨੂੰ ਉਦਾਹਰਨ ਨਹੀਂ ਦਿੰਦਾ ਜੀ, ਕਿ ਇੱਥੇ ਇੱਕ ਫਾਈਨੈਂਸ਼ੀਅਲ ਕੰਪਨੀ ਸੀ, ਉਹਨਾਂ ਨੇ ਵੀ ਟੀ ਵੀ 'ਤੇ ਸੁਣਿਆ ਜੀ ਵੀ ਤੁਸੀਂ ਸਾਨੂੰ $20,000 ਦਿਓ ਅਤੇ ਤੁਸੀਂ ਸਾਡੇ ਕੋਲੋਂ ਇੰਨਾ ਵਿਆਜ ਲਈ ਜਾਓ, ਅਤੇ ਬਿਲਕੁਲ ਜੀ ਸਾਰਾ ਕੁਛ ਲੀਗਲੀ ਹੋਏਗਾ, ਵਕੀਲਾਂ ਦੇ ਥਰੂ ਸਾਰਾ ਪੇਪਰ ਵਰਕ ਹੋਏਗਾ, ਤੁਹਾਡੇ ਪੈਸੇ ਕਿਤੇ ਜਾਂਦੇ ਨਹੀਂ ਜੀ। ਉਹਨਾਂ ਨੇ ਜੀ ਬਜ਼ੁਰਗਾਂ ਨੇ $20,000 ਦਿੱਤਾ ਜੀ, ਉਹ $20,000 ਕਹਿੰਦੇ ਵੀ ਮੈਂ ਇੰਡੀਆ ਤੋਂ ਲਿਆਂਦਾ ਸੀਗਾ ਕੁਛ ਇੱਥੋਂ ਜੋੜੇ ਜਿਹੜੇ ਸੀ, $20,000 ਜਿਹੜਾ ਸੀ ਉਹਨਾਂ ਨੂੰ ਦਿੱਤਾ। ਤੋ ਜਿਹੜੇ ਘਰ ਪਹਿਲਾਂ ਹੀ 3.5-3 ਲੱਖ ਦਾ ਸੀ, ਹਾਂਜੀ, ਉਹਦੀਆਂ ਸਾਰੀਆਂ ਜਿਹੜੀਆਂ ਕਿਸ਼ਤਾਂ ਕੁਸ਼ਤਾਂ ਟੁੱਟ ਚੁੱਕੀਆਂ ਸੀਗੀਆਂ, ਉਹਦੇ ਉੱਪਰ ਜਿਹੜਾ ਹੁਣ ਜਿਹੜੀ ਉਹਦੀ ਸਾਰੀ ਜਿਹੜੀ ਜਿਹੜੀ ਅਪਰੇਜ਼ਲ ਸੀਗੀ ਉਹ 3.40 ਦੇ ਲਾਗੇ ਛਾਗੇ ਤੋਂ ਵੱਧ ਆਉਂਦੀ ਨਹੀਂ ਸੀ, ਅਤੇ ਜਿਹੜੀ ਮੌਰਗੇਜ ਸੀਗੀ ਉਹ ਪਹਿਲਾਂ 3.5 ਤੋਂ ਉੱਪਰ ਹੋ ਚੁੱਕੀ ਸੀ। ਉੱਥੇ ਜਾ ਕੇ ਜੀ ਕਿ ਉਹ ਜਿਹੜਾ $20,000 ਉਹਨਾਂ ਦਾ ਵਿੱਚ ਪਵਾਤਾ ਅਤੇ ਪੇਪਰ ਬਣਾ ਕੇ ਦਿੱਤੇ, ਅਗਲਾ ਕਹਿੰਦਾ ਲੈ ਵੀ ਜਦੋਂ ਘਰ ਵਿਕਣਾ ਤਾਂ ਸਾਡੇ ਪੈਸੇ ਤਾਂ ਕਿਤੇ ਗਏ ਹੀ ਨਹੀਂ, ਬਾਕੀ ਪੈਸੇ ਦੇ ਖਵਾਈ ਜਾਂਦੇ ਆ। ਐਂਡ 'ਤੇ ਆ ਕੇ ਜਦੋਂ ਉਹ ਘਰ ਜਿਹੜਾ ਸੀਗਾ ਉਹ ਫੋਰਕਲੋਜ਼ਰ 'ਤੇ ਲੱਗ ਗਿਆ, ਅਤੇ ਜੇ ਉੱਪਰਲੇ ਪਾਸੇ ਪੈਸੇ ਹੁੰਦੇ ਤਾਂ ਫਿਰ ਹੀ ਮਿਲਣੇ ਸੀ। ਫਿਰ ਮੈਨੂੰ ਫੋਨ ਆਇਆ ਜੀ ਕਿ ਕੁਛ ਕਰੋ, ਹਾਂਜੀ, ਉਦੋਂ ਫਿਰ ਸਾਡੇ ਹੱਥ ਖੜ੍ਹ ਜਾਂਦੇ ਆ ਜੀ ਕਿ ਕਰੀਏ ਕੀ। ਜਦੋਂ ਇਹੋ ਜਿਹੀਆਂ ਜਿਹੜੀਆਂ ਵੱਧ ਵਿਆਜ ਮਿਲਣ ਵਾਲੀਆਂ ਜਿਹੜੀਆਂ ਔਫਰਸ ਨੇ, ਕੀ ਉਹਨਾਂ ਦੇ ਵਿੱਚ ਫਸਣਾ ਚਾਹੀਦਾ? ਦੇਖੋ ਮੈਂ ਇੱਥੇ ਕਈ ਵਾਰੀ ਇਹ ਵੀ ਕਹਿਣਾ ਹੁੰਦਾ ਕਿਉਂਕਿ ਲੈਂਡਰ ਤਾਂ ਆਲਵੇਜ਼ ਗ੍ਰੀਡੀ ਹੁੰਦੇ ਹੀ ਹੁੰਦੇ ਨੇ ਮੋਸਟ ਆਫ ਦੈਮ, ਪਰ ਇੱਥੇ ਜਿਹੜਾ ਬੋਰੋਅਰ ਆ ਉਹਦਾ ਵੀ ਕੁਛ ਫਰਜ਼ ਬਣਦਾ ਕਿ ਮੈਂ ਕੋਈ ਸੈਕਿੰਡ ਓਪੀਨੀਅਨ ਲੈ ਲਾਂ, ਕਿਸੇ ਹੋਰ ਬ੍ਰੋਕਰ ਨੂੰ ਪੁੱਛ ਲਾਂ, ਜਾਂ ਕਿਸੇ ਮੈਂ ਲੋਅਰ ਦਾ ਸੈਕਿੰਡ ਓਪੀਨੀਅਨ ਲੈ ਲਾਂ। ਸੋ ਮੈਂ ਕਈ ਵਾਰੀ ਇੱਥੇ ਬ੍ਰੋਕਰ ਜਿਹੜਾ ਬੋਰੋਅਰ ਆ ਉਹਨੂੰ ਵੀ ਥੋੜ੍ਹਾ ਜਿਹਾ ਦੋਸ਼ੀ ਇਹ ਠਹਿਰਾਉਣਾ, ਕਿਉਂਕਿ ਉਹ ਕਾਹਲੀ 'ਚ ਹੁੰਦੇ ਨੇ, ਉਹਨਾਂ ਨੂੰ ਇਹ ਹੁੰਦਾ ਵੀ, ਕਿਉਂਕਿ ਕਈ ਵਾਰੀ ਆਪਾਂ ਕਰਦੇ ਹਾਂ ਕਿ ਜੀ ਫੋਨ ਦੇ ਉੱਤੇ ਹਰ ਚੀਜ਼ ਪੁੱਛ ਲਈ ਜੀ, ਸਾਨੂੰ ਇੰਨਾ ਪੈਸਾ ਮਿਲ ਜਾਏਗਾ ਤੁਹਾਨੂੰ, ਤੁਸੀਂ ਚੰਗਾ ਜੀ ਫਿਰ ਹੁਣ ਲੋਅਰ ਦੇ ਚਲੇ ਜਾਓ, ਕੋਈ ਡਾਕੂਮੈਂਟ ਨਹੀਂ ਸਾਈਨ ਹੁੰਦਾ। ਜਦੋਂ ਤੁਸੀਂ ਲੋਅਰ ਦੇ ਜਾਂਦੇ ਆ ਉਦੋਂ ਫਿਰ ਤੁਹਾਨੂੰ ਕਈ ਵਾਰ ਪਤਾ ਲੱਗਦਾ ਵੀ ਸਾਡੇ ਤਾਂ ਜੀ $10,000 ਬ੍ਰੋਕਰ ਫੀਸ ਲੱਗੀ ਹੈ, ਸਾਡੀ ਇੰਨੀ ਜੀ ਲੈਂਡਰ ਫੀਸ ਲੱਗੀ ਹੋਈ ਹੈ, ਸੋ ਸਾਨੂੰ ਜੀ ਸਿਰਫ ਜਿਵੇਂ ਹੁਣ ਪਹਿਲਾਂ ਐਗਜ਼ਾਮਪਲ ਦਿੱਤੀ ਸੀ, ਸਾਨੂੰ ਇੰਨੇ ਪੈਸੇ ਅਸੀਂ ਲਏ ਸੀਗੇ ਅਤੇ ਇੰਨੇ ਪੈਸੇ ਸਾਨੂੰ ਮਿਲਣੇ ਆ, ਉਦੋਂ ਫਿਰ ਤੁਸੀਂ ਨਾ ਅੱਗੇ ਜਾਣ ਜੋਗੇ ਹੁੰਦੇ ਹੋ ਨਾ ਪਿੱਛੇ ਜਾਣ ਜੋਗੇ ਹੁੰਦੇ ਹੋ, ਕਿਉਂਕਿ ਤੁਹਾਡੀ ਕਲੋਜ਼ਿੰਗ ਉਸ ਦਿਨ ਦੀ ਹੁੰਦੀ ਹੈ ਜਾਂ ਉਦੋਂ ਨੈਕਸਟ ਡੇ ਦੀ ਕਲੋਜ਼ਿੰਗ ਹੁੰਦੀ ਹੈ। ਸੋ ਇਸੇ ਮੈਂ ਇਹ ਕਹਿ ਰਿਹਾ ਹੈਗਾ ਕਿ ਜਦੋਂ ਵੀ ਤੁਸੀਂ ਕੋਈ ਵੀ ਟ੍ਰਾਂਜੈਕਸ਼ਨ ਜਿਹੜਾ ਕੋਈ ਵੀ ਟ੍ਰਾਂਜੈਕਸ਼ਨ ਸਾਈਨ ਕਰਨ ਲੱਗੋ ਤਾਂ ਜਿਹੜਾ ਤੁਹਾਨੂੰ ਕੋਈ ਸੈਕਿੰਡ ਓਪੀਨੀਅਨ ਲੈ ਲੈਣਾ ਚਾਹੀਦਾ, ਪਹਿਲਾਂ ਲੋਅਰ ਦੇ ਜਾਣ ਤੋਂ ਪਹਿਲਾਂ ਬ੍ਰੋਕਰ ਦੇ ਆਫਿਸ ਦੇ ਵਿੱਚ ਪ੍ਰੋਪਰਲੀ ਡਾਕੂਮੈਂਟ ਚੈੱਕ ਕਰੋ ਕਿ ਕੋਈ ਰਿਨਿਊਅਲ ਫੀਸ ਤਾਂ ਨਹੀਂ ਲੱਗੀ ਹੋਈ, ਜਦੋਂ ਮੌਰਗੇਜ ਰਿਨਿਊ ਹੋਣੀ ਆ, ਜੇ ਲੱਗਣੀ ਆ ਤਾਂ ਕਿੰਨੀ ਲੱਗਣੀ ਆ, ਅਤੇ ਜੇ ਲੱਗਣੀ ਆ ਰਿਨਿਊਅਲ ਫੀਸ ਤਾਂ ਕਿੰਨਾ ਇੰਟਰਸਟ ਵਿੱਚ ਹੋਰ ਐਡ ਹੋ ਜੂ, ਕਿਤੇ ਐਡ ਹੋਊਗਾ ਤਾਂ ਨਹੀਂ ਜਾਂ ਓਨਾ ਹੀ ਇੰਟਰਸਟ ਰਹੇਗਾ। ਸੋ ਇਹ ਚੀਜ਼ਾਂ ਸਾਰੀਆਂ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈਗਾ, ਤਾਂ ਫਿਰ ਤੁਸੀਂ, ਮੈਂ ਇਹ ਚਾਹੁੰਦਾ ਹੁੰਦਾ ਕਿ ਪਹਿਲਾਂ ਜਿਹੜਾ ਬ੍ਰੋਕਰ ਦੇ ਆਫਿਸ ਦੇ ਵਿੱਚ ਜਾਂ ਮੌਰਗੇਜ ਏਜੰਟ ਦੇ ਆਫਿਸ ਦੇ ਵਿੱਚ ਜਾ ਕੇ ਪ੍ਰੋਪਰਲੀ ਪੇਪਰ ਪੜ੍ਹ ਕੇ ਸਾਈਨ ਕਰੋ, ਜੇ ਤੁਹਾਨੂੰ ਕੋਈ ਨਈ ਚੀਜ਼ ਪਤਾ ਲੱਗਦੀ ਡੋਂਟ ਸਾਈਨ ਇਟ, ਸੋ ਜਸਟ ਟੇਕ ਏ ਸੈਕਿੰਡ ਓਪੀਨੀਅਨ, ਜਿਹੜੇ ਡਾਕੂਮੈਂਟਸ ਚੁੱਕ ਕੇ ਲੈ ਜਾਓ, ਅਤੇ ਜੇ ਕੋਈ ਨਹੀਂ ਚੱਕਣ ਦਿੰਦਾ ਤਾਂ ਉੱਥੇ ਕਿਸੇ ਨਾਲ ਦੇ ਨੂੰ ਦੂਸਰੇ ਦਿਨ ਸੱਦ ਲਿਓ, ਅਤੇ ਤਾਂ ਕਿ ਪ੍ਰੋਪਰਲੀ ਤੁਹਾਨੂੰ ਪਤਾ ਲੱਗ ਜਾਵੇ ਕੀ ਟਰਮਸ ਐਂਡ ਕੰਡੀਸ਼ਨਸ ਨੇ, ਕਿਉਂਕਿ ਜਦੋਂ ਟਰਮਸ ਐਂਡ ਕੰਡੀਸ਼ਨ ਸਾਈਨ ਕਰ ਦਿੰਦੇ ਹਾਂ ਫਿਰ ਇੰਨੇ ਕਸੂਤੇ ਫਸਦੇ ਹਾਂ ਅਤੇ ਬਾਅਦ ਦੇ ਵਿੱਚ ਕਈ ਵਾਰ ਨਿਕਲਣ ਦਾ ਰਸਤਾ ਨਹੀਂ ਮਿਲਦਾ। ਦੋਸਤੋ ਇਸ ਦੇ ਉੱਪਰ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ, ਤੁਹਾਡਾ ਵੀ ਕੋਈ ਤਲਖ ਤਜਰਬਾ ਹੈ, ਤੁਸੀਂ ਕਿਸੇ ਦਾ ਨਾਂ ਨਹੀਂ ਲੈਣਾ, ਆਪਣਾ ਤਜਰਬਾ ਕੌੜਾ ਮਿੱਠਾ ਤੁਸੀਂ ਦੱਸ ਸਕਦੇ ਹੋ, ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਆ, ਕਿਉਂਕਿ ਇੱਥੇ ਸਾਰੇ ਆਪਾਂ ਜੀ ਕਿਸੇ ਨਾ ਕਿਸੇ ਲੋਨ ਲਿਆ ਆ, ਸਾਰੇ ਆਪਾਂ ਮੌਰਗੇਜਸ ਵਗੈਰਾ ਪੇ ਕਰ ਰਹੇ ਹਾਂ, ਸਾਰੇ ਕਈ ਵਾਰੀ ਆਪਾਂ ਨੂੰ ਪੈਸੇ ਚਾਹੀਦੇ ਹੋ ਸਕਦੇ ਆ। ਅਸੀਂ ਅੱਗੇ ਜਾ ਕੇ ਸੌਖੇ ਤਰੀਕੇ ਵੀ ਦੱਸਾਂਗੇ ਕਿ ਪੈਸੇ ਜਿਹੜੇ ਇਨਵੈਸਟ ਕਰਨੇ ਨੇ ਉਹ ਪੈਸੇ ਆਉਣੇ ਕਿੱਥੋਂ ਨੇ, ਔਰ ਤੁਸੀਂ ਜਿਹੜੇ ਤੁਹਾਡੇ ਘਰ ਦੇ ਵਿੱਚ ਐਕੁਇਟੀ ਆ ਉਸ ਤੋਂ ਤੁਸੀਂ ਕਿਵੇਂ ਕੰਮ ਲੈ ਸਕਦੇ ਹੋ, ਇਹ ਸਾਰੀਆਂ ਗੱਲਾਂ ਬਾਤਾਂ ਅੱਗੇ ਆਪਾਂ ਕਰਨਾ ਜੀ। ਜੀ ਇੱਥੇ ਮੈਂ ਥੋੜ੍ਹਾ ਜਿਹਾ ਐਡ ਆਨ ਕਰਦਾ, ਜਦੋਂ ਕੋਈ ਵੀ ਐਡ ਆਉਂਦੀ ਕਿ ਜਿਹੜਾ ਕੰਮ ਆ ਸਾਰਾ ਲੋਅਰ ਦੇ ਥਰੂ ਹੋਣਾ ਜੀ, ਤੁਸੀਂ ਇੱਥੇ ਇੱਕ ਚੀਜ਼ ਮੇਕ ਸ਼ੁਰ ਕਰੋ ਜਿਹੜਾ ਲੋਅਰ ਆ ਤੁਹਾਡਾ ਆਪਣਾ ਹੋਵੇ ਜੀ। ਲੋਅਰ ਬਹੁਤ ਭੱਜਦੇ ਆ ਜੀ ਅੱਜ ਕੱਲ੍ਹ, ਦੇਖੋ ਜੀ ਇੱਕ ਮੈਂ ਕਹਿੰਦਾ ਠੱਗੀ ਚੱਲ ਰਹੀ ਆ, ਉਹਦੇ ਵਿੱਚ ਲੋਅਰ ਵੀ ਇਨਵੋਲਵ ਹੋਏ ਨੇ, ਇਹਦੇ ਵਿੱਚ ਸਾਨੂੰ ਪਤਾ ਵੀ ਲੱਗਿਆ ਪਿੱਛੇ ਇਨਵੈਸਟੀਗੇਸ਼ਨ ਵੀ ਚੱਲ ਰਹੀ ਆ, ਵਿੱਚ ਮੌਰਗੇਜ ਬ੍ਰੋਕਰ ਵੀ ਇਨਵੋਲਵ ਆ, ਵਿੱਚ ਰੀਅਲ ਸਟੇਟ ਬ੍ਰੋਕਰ ਵੀ ਇਨਵੋਲਵ ਆ, ਅਤੇ ਲੋਅਰਸ ਦਾ ਸਭ ਤੋਂ ਵੱਡਾ ਰੋਲ ਆ। ਸੋ ਮੇਕ ਸ਼ੋਰ ਕਰੋ ਜੇ ਤੁਸੀਂ ਪਾਸ ਦੇ ਵਿੱਚ ਕਿਸੇ ਲੋਅਰ ਦੇ ਨਾਲ ਡੀਲ ਕੀਤੀ ਹੋਈ ਆ ਜਾਂ ਤੁਹਾਨੂੰ ਕੋਈ ਲੋਅਰ ਜਾਣਦਾ, ਤੁਸੀਂ ਕਹੋ ਕਿ ਜਿਹੜਾ ਪੇਪਰ ਵਰਕ ਆ ਮੇਰੇ ਆਪਣੇ ਲੋਅਰ ਦੇ ਥਰੂ ਹੋਣਾ ਚਾਹੀਦਾ, ਤਾਂ ਜੋ ਤੁਹਾਨੂੰ ਪਤਾ ਹੋਵੇ ਹਰੇਕ ਡਾਕੂਮੈਂਟ ਜਿਹੜਾ ਤੁਸੀਂ ਸਾਈਨ ਕਰਨਾ। ਅੱਜ ਕੱਲ੍ਹ ਲੋਅਰਾਂ 'ਤੇ ਯਕੀਨ ਹੋਰ ਚੱਕਿਆ ਗਿਆ ਜੀ। ਬਿਲਕੁਲ ਜੀ, ਐਗਜ਼ਾਮਪਲ ਮੈਂ ਦੇਣੀ ਚਾਹਾਂਗਾ ਇੱਥੋਂ ਆਪਣੇ ਮਾਲਟਨ ਦੇ ਵਿੱਚ ਜਿਹੜਾ ਹੈਗਾ ਸੀਗਾ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ, ਉੱਥੇ ਰੀਟਾ ਗਰੇਵਾਲ ਨਾਂ ਦੀ ਬੀਬੀ ਸੀ ਲੋਇਰ,
और वह कैलगरी तो इतने आके तो उन्हें अपनी हट्टी खोली है और तकरीबन वह थोड़े अरसे तकरीबन 3.5 मिलियन डॉलर जिहड़ा लोकां दा 3.5 मिलियन डॉलर लैके तो वह फरार हो गई है जी। और क्योंकि जी हूँ इन्वेस्टिगेशन जी हाँ पहले तो सिर्फ ला सोसाइटी ऑफ अपर कैनेडा को ही इन्वेस्टिगेशन सी ते मैं उन्होंने लाइसेंस वह सस्पेंड करता और तकरीबन लख डॉलर के आले दुआले अकाउंट के मिले बाकी सारे बीबी चटम कर गई पर एक बड़ी वड्डी चेन निकलनी है जी। सो आरसीएमपी जी राणा जी ये एक पूरा ग्रुप इनवॉल्व है जी। सो असी रेडियो के उत्ते या टीवी के उत्ते ना तो नहीं ला सकते क्योंकि जब तक मोहरे नहीं आते जी पर एक पूरे का पूरा ग्रुप इनवॉल्व है और तुसीं मैं ये कहना कि विद इन 4 to 5 मंथ कम्यूनिटी के सामने आ जाए। बिल्कुल जी और सारे मेरे ख्याल जितों तक मैनू पता जी सारे तकरीबन बीबे चेहरे वो सामने आने ने जी और मेरे को रह नहीं हों और ये गल जी ये पिछले जी जो बीबी वह इतों गई भी है जी और यह सिर्फ कनसोवा आदियाँ फिर जो असं फिर उदा दिए गल आप रेडियो से करते हैं ना कई जड़े कहें जी ये प्रीमच्योर गल कर जाते हैं या फिर कहें जी इन्हों तो सिर्फ मीडिया वाले ने तो गल करनी और मीडिया वाले ने कहा भी मूंगी बीजी है जी करनिया तो गल्ला होंगे पर जी सज्जे खबों खबर आँदी है तो अवेयरनैस क्रिएट करने की पूरी कोशिश करते हैं कि भाई बच जाओ असं सिर्फ होका दे सकते हैं बच जाओ आप गलबात ये अपनी जारी रहनगियाँ। सो गल की कि वो जी आरसीएमपी की इन्वेस्टिगेशन है ना ये बहुत कुछ निकलना असी उदों भी दसांगे पर हाल की घड़ी जो कुछ हो रहा साढ़े प्रोग्राम करने का मकसद यह है कि ठगे ना जायो एक निकी जी कमर्शियल ब्रेक लेनी है उस तो बाद वापस आवेंगे और मुंडी साहब नाल भी बड़िया गलबात हो जे तुसी फोन पर गलबात करनी है तुहाडे मन दे विच कोई सवाल है मैं फोन नंबर पहला दस दिया 416-640-0200 उम्मीद है कि हुण तक का प्रोग्राम तुहानूं जरूर चंगा लगा होगा तो मैं फोन नंबर दस दिया जे तुहाडे मन दे विच कोई सवाल आ तुसी फोन करना चाहते हो तो 416-640-0200 या फिर 647-7726 ते गलबात कर सकते हो। अज का यह प्रोग्राम फ्लाइंग फैशन के सहयोग नाल तुहाडे तक पहुँचदा किया जा रहा फ्लाइंग फैशन से ब्लैक फ्राइडे शुक्रवार शनिचरवार तो ऐतवार 3 दिन जी सेल लगन जा रही है और इन्होंने 3 दिनों के कीमत इनिया घट हो कि तुम हैरान रह जाओगे। रेडीमेड सूट जोड़े ने विद दुपट्टा तुम इतों सिर्फ 999 तो लै सकोगे इस अलावा जोड़े बाकी पार्टीवेयर ने वो तो 30 तो लैके 70% ऑफ दिए जा रहे हैं और नाल दी नाल जो सूटकेस ने 24 इंच का सूटकेस सिर्फ 999 तो जिहड़ियां मैनज शर्ट्स ने वह सिर्फ तुसी जे 3 खरीदोगे तो माफ करना 2 खरीदोगे तो नाल तीजी बिल्कुल मुफ्त दी जाएगी और ये जिहड़े बाय वन गैट वन फ्री जिहड़े ने वह भी रेडीमेड सूट लाए ने खुला कपड़ा जिहड़ा जी उत्ते बहुत वड्डी छोट जिहड़ी दित्ती जा रही है। सो तुहानू आप चक्कर मारना पवेगा ग्रीन प्लाजा माल्टन दे विच 905-694-9797 उत्थों दा फोन नंबर है और जिहड़ियां फाल जैकेट्स ने जी वह सिर्फ 999 तो बड़ा वधिया कपड़ा उहनां दा तुसी एक वारी आप जाके देखोगे तो फिर ही गल पता लगनी है जी। सो डेल मुंडी होरी अपने नाल ने ते कैनी धालीवाल होरी ने सो जिहड़ियां अजकल बाहर ठगियां ठोरियां वज रही ने जी उन्हां दे लई अवेयर करन दे लई अज दा इह प्रोग्राम तुहाडे लई उलीकिया गया और नाल दी नाल डेल मुंडी होरां दे कोल एक बहुत ही वधिया प्रोजैक्ट नियागरा फाल दे विच आया और उहदे बारे भी दसांगे प्रोग्राम दे तीजे भाग दे विच। तुसीं गलबात करनी आ ते फोन कर लो 416-640-0200 जां फिर 647-7726 मुंडी साहब जिवें आपां ब्रेक तो पहलां गल करदे सी कि वकील क्योंकि अपना सारा कुछ जिहड़ा इस मुल्क दे विच इको एक सिफत वड्डी इह आ भी इत्थे कानून दा राज चलदा जी कानून दे राखे कौण ने जी साडे वकील जी आम तौर दे उपर वकीलां दे ट्रस्ट अकाउंट हुंदे आ ते सानू विश्वास ट्रस्ट दा मतलब ही विश्वास आ जी असीं उत्ते विश्वास करदे आ ते जे मन लो वकील भज जावे असी मान लो 20,000 डॉलर जिहड़ा जी वो डिपोजिट दिता कोई चीज़ बुक कराई है वो ट्रस्ट अकाउंट चल गया वकील भजवे या कल बिल्डर भजा कि माँ को मासी कहे। देखो जी तुहाडा बहुत वधिया क्वेश्चन है तुसी जिहड़ी नेल आ है ना एनू बिल्कुल मिडल दे विच लिया के ठोकी आ जी और इहदा मैं तुहानू जवाब एक दसदा जी पहली गल तो यह तुहाडी बड़ी वधिया गल आ कि जिहड़ा कानून वाले आ जे उही हेराफेरी कर जाण कानून बनाने वाले ही कानून भन्नण जी उत्थे कोई बाला पब्लिक का जिहड़ा उहदे ते यकीन नहीं रहना होया पिछले समय दे विच डाउनटाउन दे विच इक लोअर भज्जी और रीसेंटली तुसीं हुणे रीटा दा नां लिया उह इत्थों भज्जे ने जिहड़े
मैं तुहानू अपनी गल दस्सदा जी, असी आईकॉन का प्रोडक्ट बेचिया, न्यूज़ आई, असी बिल्डर नू जाके पहली गल तो इन्हां दी एरर एंड मिशन इंश्योरेंस है जी। एक कंपनी है, ये कमीशन प्रोटैक्शन इंश्योरेंस है, इस तों बाद डिपोजिट जी प्रोटैक्शन आ उहदी इंश्योरेंस आ। जिन्ना भी कंज्यूमर का डिपोजिट आ वह लोअर के ट्रस्ट अकाउंट के पिया, जिहड़ा लोअर का ट्रस्ट अकाउंट आ उहदे विच तुसीं एक सेंट भी गांह पछाह नहीं करते, अनलैस बायर साइन करे उदों सैलर साइन करे, दोवां दे लोअर साइन करके एग्री हुंदे आ तां उह ट्रस्ट अकाउंट के पैसा कढ़ा सकते हैं। पर जिहड़ा ट्रस्ट अकाउंट आ जे उही भज्ज है फिर की कीता जावे जी। हुण जिहड़ी आपां कह लो कि से आप घर एक डॉग रखा राखी ले, जे डॉग ही सारा कुछ खा जाए तो फिर कह लो कि राखी कौन करूँगा जी। उहदे लई इंश्योरेंस है। कई बार जिहड़ी वड्डे बिल्डर ने जिदा उन्हों का 400 का यूनिट का प्रोडक्ट हैगा जां 600 यूनिट का प्रोडक्ट हैगा, वो अपनी एरन मिशन की इंश्योरेंस के उत्ते रिलाई करते हैं, और इन की कोई बिलियंस डॉलर के इंश्योरेंस होंगी है, कंज्यूमर को पैसा तो मिल जाता पर समटाइम्स इट टेक्स रियली लोंग टाइम जी। उहदे लई की आ हुण एक प्राइवेट इंश्योरेंस आ, से जे तुसीं कुछ भी नवा प्रोडक्ट बाय करते हो $20,000 तक, एक टेरियन ओंटारियो गवर्नमेंट की थर्ड बॉडी आ, वो $20,000 तक तुहाडा जिहड़ा डिपोजिट आ उहनूं प्रोटैक्ट करदी आ। हुण जे तुसीं उत्थे $1,00,000 दिता तो $80,000 की प्रोटैक्शन कौन करूगा जी। उहदे विच एक ट्रैवल लॉ ट्रैवल समथिंग करके कंपनियां जी, वो सिर्फ इक्को ही कंपनी इंश्योरेंस करती उहदी। सो जदों आह लोअर दा रौला पिया सी, आईकॉन प्रोडक्ट बेचिया सीगा, असीं एक्सट्रा जिहड़ी इंश्योरेंस आ सैपरेट जिन्ना भी साडा बायर सी उहनां नूं लै के दित्ती कि इन केस किते ना किते कुछ हो जावे तां एटलीस्ट इहनां दा पैसा तीन जगह दे उत्ते प्रोटेक्टेड पिया। दो इंश्योरेंस कंपनियां बैठियां कि जिहड़ी उहनां दे पैसे की प्रोटेक्शन करन, एक इह काम रह गया। बाकी जिहड़ी गवर्नमेंट आ साडी इहदे उत्ते बहुत स्ट्रिक्टली जिहड़ी इस टाइम वर्क कर रही आ कि इह जिहड़ा फ्रॉड आ इहनूं किसे ना किसे तरह रोकिया जावे, जां किसे ना किसे जिहड़ा ट्रस्ट अकाउंट दे विच पैसा पिया आ उहनूं गवर्नमेंट अपने कब्जे दे विच करके रखे, तां जिहड़ी इह इंडस्ट्री आ जिहड़ा लोकां दा फेथ आ इहदे विच बणिया रहे जी। आम तौर दे उप्पर क्योंकि जिहड़े बंदे जिन्हां ने टेढ़ा काम करना ना, उन्हां दी जिद्दां सियाणे कहिंदे वी अकरागी वध आउंदी आ जी, ਉਹ ਉਹਨਾਂ ਦਾ ਦਿਮਾਗ ਹੀ ਜਿਹੜਾ ਆ ਉਹ ਪੁੱਠੇ ਪਾਸੇ ਜ਼ਿਆਦਾ ਚੱਲਦਾ। ਜਿੰਨੇ ਮਰਜ਼ੀ ਕਾਨੂੰਨ ਬਣ ਜਾਣ, ਉਹ ਕੋਈ ਨਾ ਕੋਈ ਜਿਹੜੀ ਆ ਉਹ ਸਿਰਫ ਜਿਹੜੀਆਂ ਚੋਰ ਮੋਰੀਆਂ ਲੱਭਦੇ ਨੇ। ਤੁਹਾਡੀ ਜਾਂਚ 'ਚ ਕਿਹੜੇ ਕਿਹੜੇ ਢੰਗ ਦੇ ਨਾਲ ਜਿਹੜੇ ਫਰੋਡ ਹੋ ਰਹੇ ਨੇ, ਜਾਂ ਫਿਰ ਕਿਹੜੇ ਕਿਹੜੇ ਢੰਗ ਦੇ ਨਾਲ ਲੋਕਾਂ ਦਾ ਪੈਸਾ ਜਿਹੜਾ ਜੀ ਉਹਨੂੰ ਚੂਨਾ ਲੱਗ ਰਿਹਾ? ਪਹਿਲੀ ਤਾਂ ਫਰੋਡ ਇਹ ਹੋ ਰਿਹਾ ਜੀ, ਜੇ ਕਿਸੇ ਦੇ ਘਰ ਦੀ ਪ੍ਰੋਪਰਟੀ ਦੀ ਵੈਲਿਊ 3,00,000 ਆ ਜੀ, ਹੁਣ ਮੇਰੇ ਵਰਗੇ ਸਿਆਣੇ ਬੰਦੇ ਇਕੱਠੇ ਹੋਏ ਆ, ਚਾਰ ਠੱਗ ਕਹਿ ਲਓ ਜੀ, ਠੀਕ ਹੈ ਨਾ ਜੀ, ਉਹ ਕੀ ਕਰਦੇ ਤੁਹਾਡੇ ਘਰ ਦੀ ਵੈਲਿਊ 5 ਜਾਂ 6 ਲੱਖ ਕਰ ਦਿੰਦੇ ਆ। ਸੋ ਉਹ ਕੀ ਤੁਹਾਡੇ ਕੋਲ ਆ ਗਿਆ ਜੀ, ਤੁਹਾਡੇ ਪੈਸੇ ਦੇ ਉੱਤੇ ਅਸੀਂ 30% ਤੁਹਾਨੂੰ ਵਿਆਜ ਦਿੰਦੇ ਹਾਂ ਜੀ। ਹੁਣ ਭਲਿਆ ਮਾਨਸਾ ਜਿਹੜੀਆਂ ਬੈਂਕਾਂ 2% ਕਿਉਂ ਦਿੰਦੀਆਂ ਨੇ? ਵੱਧ ਤੋਂ ਵੱਧ 10% ਦੇ ਦੇਣਗੀਆਂ, ਚਲ 12% ਹੱਦ ਹੋ ਗਈ ਰਿਟਰਨ। ਜਿਹੜਾ ਬੰਦਾ 30% ਤੁਹਾਨੂੰ ਕਹਿ ਰਿਹਾ, ਦੈਟ ਮੀਨਸ ਸਮਥਿੰਗ ਉਹਦੇ ਵਿੱਚ ਫਿਸ਼ੀ ਹੈਗਾ ਜੀ। ਜੇ ਤੁਸੀਂ ਬੜੇ ਖੁਸ਼ ਹੋ ਜਾਂਦੇ ਹੋ, ਅਸੀਂ ਤਾਂ ਘਰ ਦੇ ਉੱਤੇ ਪੈਸੇ ਦਿੱਤੇ, ਕੋਈ ਗੱਲਬਾਤ ਹੋ ਗਈ ਘਰ ਲੈ ਲਓ, ਭਾਈ ਘਰ ਤਾਂ ਤੁਹਾਡਾ 3,00,000 ਦਾ, 3,50,000 ਦੀ ਫਸਟ ਮੌੜਗੇ ਲੈ ਕੇ ਖਾ ਚੁੱਕਿਆ ਹੋ, 2,50,000 ਜਿਹੜਾ ਉੱਪਰ ਹੈ ਉਹ ਜਿਹੜੇ ਇੱਦਾਂ ਮੇਰੇ ਭਰਾ 30% 40% ਬਣਾਉਣਾ ਚਾਹੁੰਦੇ ਨੇ, ਉਹ ਉਹਨਾਂ ਦਾ ਹੀ ਪੈਸਾ ਜਾਂਦਾ। ਸੋ ਪਹਿਲੀ ਤਾਂ ਵੱਡੀ ਠੱਗੀ ਜਿਹੜੀ ਰੀਅਲ ਸਟੇਟ ਦੇ ਵਿੱਚ ਇਹ ਬਚਦੀ ਆ ਜੀ। ਦੂਸਰੀ ਜਿਹੜੀ ਠੱਗੀ ਆ ਵੀ ਮਾੜੀ ਮੋਟੀ ਲੈਵਲ ਦੇ ਉੱਤੇ ਕੋਈ ਪ੍ਰਾਈਸ ਗਾਂਹ ਪਿਛਾਂ ਕਰਕੇ ਉਹਦੇ ਵਿੱਚੋਂ ਪੈਸੇ ਕੱਢ ਲੈਂਦੇ ਨੇ। ਤੀਸਰੀ ਜਿਹੜੀ ਠੱਗੀ ਆ ਜਦੋਂ ਲੋਅਰ ਭੱਜਦੇ ਆ। ਸਭ ਤੋਂ ਜ਼ਿਆਦਾ ਰਿਸਕ ਹੈਗਾ ਪ੍ਰੀ ਕੰਸਟਰਕਸ਼ਨ ਦੇ ਵਿੱਚ, ਸੇ ਐਂਡ ਆਫ ਦਾ ਡੇ ਜਿਹੜਾ ਬਿਲਡਰ ਆ ਉਹਨੇ ਕੀ ਕੀਤਾ ਕਿ ਬੈਂਕ ਦੇ ਕੋਲੋਂ ਲੋਨ ਲੈਣਾ, ਐਂਡ 'ਤੇ ਬੈਂਕ ਆ ਕੇ ਕਹਿੰਦੀ ਪ੍ਰੋਡਕਟ ਆ ਜਿਹੜਾ ਅੰਡਰ ਕੰਸਟਰਕਸ਼ਨ ਆ, ਅੱਜ ਅਸੀਂ ਪੈਸਾ ਵਾਪਸ ਲੈ ਲਿਆ, ਤੁਹਾਨੂੰ ਨਹੀਂ ਦੇਣਾ। ਸੋ ਜੇ ਤੁਹਾਡਾ ਪੈਸਾ ਟਰੱਸਟ ਅਕਾਊਂਟ ਦੇ ਵਿੱਚੋਂ ਟੱਚ ਹੋ ਗਿਆ ਤਾਂ ਤੁਹਾਡੇ ਪੈਸੇ ਜਿਹੜੇ ਆ ਇਹਦਾ ਮਤਲਬ ਬਿਲਡਰ ਦੇ ਅਕਾਊਂਟ ਦੇ ਵਿੱਚ ਚਲੇ ਗਿਆ, ਉੱਥੇ ਤੁਹਾਨੂੰ ਇੱਕ ਸਟਰੋਂਗ ਲੋਅਰ ਚਾਹੀਦਾ ਜਿਹੜਾ ਪੂਰਾ ਕੰਟਰੈਕਟ ਪ੍ਰੋਪਰ ਪਲੇਸ 'ਤੇ ਹੋਵੇ ਕਿ ਸਾਡਾ ਜਿਹੜਾ ਪੈਸਾ ਆ ਜਿੰਨਾ ਚਿਰ ਤੁਹਾਡੀ ਆਕੂਪੈਂਸੀ ਨਹੀਂ ਹੁੰਦੀ। ਆਕੂਪੈਂਸੀ ਹੁੰਦੀ ਕਿ ਜਿੱਦਣ ਤੁਹਾਡਾ ਪ੍ਰੋਡਕਟ ਬਣ ਗਿਆ ਉਹ ਤੁਹਾਨੂੰ ਚਾਬੀ ਦੇ ਦਿੰਦੇ ਆ, ਲਓ ਭਾਈ ਮੂਵ ਇਨ ਹੋ ਜਾਓ, ਪਰ ਉਹਦੀ ਕਲੋਜ਼ਿੰਗ ਆ ਜਿਹੜੀ ਉਹ ਰਾਣਾ ਸਾਹਿਬ ਜਦੋਂ ਕੰਡੋਮੀਨੀਅਮ ਕਾਰਪੋਰੇਸ਼ਨ ਰਜਿਸਟਰ ਹੁੰਦੀ ਆ ਉਦੋਂ ਵਾਅਦਾ ਦਿੰਦੇ ਆ, ਕਿਉਂਕਿ ਜਿਹੜਾ ਬਿਲਡਰ ਆ ਇਹ ਵੀ ਕੰਜ਼ੂਮਰ ਦੀ ਪ੍ਰੋਟੈਕਸ਼ਨ ਲਈ ਆ। ਗੱਲ ਥੋੜ੍ਹੀ ਜਿਹੀ ਲੰਬੀ ਚੱਲ ਜਾਣੀ, ਮੈਂ ਐਕਸਪਲੇਨ ਕਰਦਾ। ਪਹਿਲਾਂ ਕੀ ਹੁੰਦਾ ਸੀ, ਇੱਕ ਅਪਾਰਟਮੈਂਟ ਬਿਲਡਿੰਗ ਬਣੀ, ਉਹਦੇ ਵਿੱਚ 100 ਯੂਨਿਟ ਸੀ, ਜਿਹੜੇ 20 ਬੰਦਿਆਂ ਨੂੰ ਚਾਬੀ ਮਿਲ ਗਈ ਬਿਲਡਰ ਕੰਡੋਮੀਨੀਅਮ ਕਾਰਪੋਰੇਸ਼ਨ ਰਜਿਸਟਰ ਕਰਕੇ ਲਾਂਭ ਹੋ ਜਾਂਦਾ ਸੀ। ਫਿਰ ਲੋਕਾਂ ਨੇ ਕੰਪਲੇਂਟ ਕੀਤੀ, ਜਿਹੜੇ 20% ਲੋਕ ਸੀ ਉਹਨਾਂ ਨੂੰ ਸਾਰੇ ਕਾਮਨ ਐਲੀਮੈਂਟ ਪੇ ਕਰਨੇ ਪੈਂਦੇ ਸੀ, ਸਵਿਮਿੰਗ ਪੂਲ ਦਾ, ਸਾਰੀ ਮੇਨਟੇਨੈਂਸ ਵੀ, ਜਿੱਥੇ 26 ਸੈਂਟ ਆ ਤੁਹਾਡੀ $2 ਬਣ ਜਾਂਦੀ ਸੀ ਜੀ, ਕਿਉਂਕਿ ਤੁਸੀਂ ਸਾਰਿਆਂ ਲਈ ਪੇ ਕਰ ਸਕਦੇ ਹੋ। ਫਿਰ ਇਹਨਾਂ ਨੇ 1995 ਦੇ ਵਿੱਚ ਕਾਨੂੰਨ ਦੇ ਵਿੱਚ ਅਮੈਂਡਮੈਂਟ ਕੀਤੀ, ਉਹਨਾਂ ਨੇ ਕਾਨੂੰਨ ਬਣਾਤਾ ਕਿ ਜਦ ਤੱਕ 80% ਆਕੂਪਾਈਡ ਨਹੀਂ ਹੁੰਦੇ ਯੂਨਿਟ, 100 ਯੂਨਿਟ ਆ, 80 ਬੰਦਿਆਂ ਨੂੰ ਚਾਬੀ ਨਹੀਂ ਮਿਲਦੀ, ਉਦੋਂ ਤੱਕ ਆ ਜਿਹੜਾ ਕੋਈ ਵੀ ਬਿਲਡਰ ਆ ਕੰਡੋਮੀਨੀਅਮ ਕਾਰਪੋਰੇਸ਼ਨ ਰਜਿਸਟਰ ਨਹੀਂ ਕਰ ਸਕਦਾ। ਸੋ ਇੱਥੇ
ਤੁਹਾਡਾ ਜਿਹੜਾ ਲੋਅਰ ਆ ਉਹ ਇਹ ਕੰਟਰੈਕਟ ਦੇ ਵਿੱਚ ਜ਼ਰੂਰ ਪਾਵੇ ਕਿ ਜਿਹੜਾ ਉਹਨਾਂ ਦਾ ਪੈਸਾ ਟਰੱਸਟ ਅਕਾਊਂਟ 'ਚ ਉੱਦਣ ਹੀ ਹਿੱਲੇ ਜਿੱਦਣ ਉਹਦੀ ਆਕੂਪੈਂਸੀ ਜੀ ਉੱਥੇ ਤੁਸੀਂ ਇਹਦੇ ਵਿੱਚ ਵੱਸ ਸਕਦੇ ਹੋ। ਸੋ ਬਾਕੀ ਜਿਹੜਾ ਕਈ ਕਿਸੇ ਤਰੀਕੇ ਦੇ ਨਾਲ ਫਰੋਡ ਕਰਦੇ ਕੋਈ ਕਿਸੇ ਤਰ੍ਹਾਂ ਨਾਲ, ਅਸੀਂ ਤਾਂ ਜੇ ਸੋਚ ਵੀ ਨਹੀਂ ਸਕਦੇ ਉਹ ਤਰੀਕੇ ਉੱਥੋਂ ਲੱਭ ਲਿਆਉਂਦੇ ਸੀ। ਕਈ ਵਾਰੀ ਆਕੂਪੈਂਸੀ ਜਿਹੜੀ ਉਹ ਪਹਿਲਾਂ ਮਿਲ ਜਾਂਦੀ ਆ ਅਤੇ ਕਲੋਜ਼ਿੰਗ ਜਿਹੜੀ ਬਾਅਦ ਵਿੱਚ ਹੁੰਦੀ ਆ, ਉਹਦਾ ਕੀ ਚੱਕਰ ਹੁੰਦਾ? ਓਕੇ, ਆਕੂਪੈਂਸੀ ਸੇ ਤੁਸੀਂ ਤੀਜੀ ਫਲੋਰ 'ਤੇ ਜਿਹਨਾਂ ਨੂੰ ਲਿਆ, ਮੈਂ ਚੌਥੀ ਫਲੋਰ 'ਤੇ ਲਿਆ, ਟੋਟਲ 50 ਸਟੋਰੀ ਆ, ਉੱਪਰਲੀ ਜਿਹੜੀ ਸਟੋਰੀ ਉਹਨੂੰ ਬਣਨ ਨੂੰ ਅਜੇ 6 ਮਹੀਨੇ ਲੱਗਣੇ ਆ। ਸੋ ਉੱਥੇ ਅੰਟਾਰੀਓ ਗਵਰਨਮੈਂਟ ਦਾ ਕਾਨੂੰਨ ਆ ਕਿ ਜਦ ਤੱਕ 80% ਲੋਕਾਂ ਨੂੰ ਚਾਬੀ ਨਹੀਂ ਦਿੰਦੇ ਤੁਸੀਂ ਕੰਡੋਮੀਨੀਅਮ ਕਾਰਪੋਰੇਸ਼ਨ ਰਜਿਸਟਰ ਨਹੀਂ ਹੋਣੀ। ਹੁਣ ਆਹ ਬਿਲਡਿੰਗ ਇਹਦੇ ਵਿੱਚ 100 ਯੂਨਿਟ ਆ, 100 ਵੱਖਰੇ ਵੱਖਰੇ ਘਰ ਆ, ਪਰ ਜਦ ਤੱਕ ਕੰਡੋਮੀਨੀਅਮ ਕਾਰਪੋਰੇਸ਼ਨ ਰਜਿਸਟਰ ਨਹੀਂ ਹੁੰਦੀ, ਆਹ ਇੱਕੋ ਹੀ ਆ ਜੀ, ਉਹਦੇ ਟੋਟੇ ਉਦੋਂ ਹੁੰਦੇ ਜਦੋਂ ਕੰਡੋਮੀਨੀਅਮ ਕਾਰਪੋਰੇਸ਼ਨ ਰਜਿਸਟਰ ਹੁੰਦੀ ਆ। ਠੀਕ ਹੈ, ਉਹਦੇ ਸਾਰੇ ਜਿਹੜੇ ਕੰਡੋਮੀਨੀਅਮ ਕਾਰਪੋਰੇਸ਼ਨ ਦਾ ਕਾਨੂੰਨ ਆ ਉਹਦੇ 'ਤੇ ਲਾਗੂ ਹੁੰਦਾ, ਤਾਂ ਹੀ ਜਿਹੜਾ ਬਿਲਡਰ ਆ ਤੁਹਾਡੇ ਨਾਂ 'ਤੇ ਯੂਨਿਟ ਟ੍ਰਾਂਸਫਰ ਕਰ ਸਕਦਾ ਜੀ। ਅਦਰਵਾਈਜ਼ ਇੱਕੋ ਹੀ ਬਿਲਡਿੰਗ ਆ, ਇੱਕੋ ਹੀ ਸਾਰਿਆਂ ਦੇ ਨਾਂ 'ਤੇ ਨਹੀਂ ਟ੍ਰਾਂਸਫਰ ਕਰਦਾ, ਉਹ ਕੰਜ਼ੂਮਰ ਦੀ ਪ੍ਰੋਟੈਕਸ਼ਨ ਆ। ਠੀਕ ਹੈ, ਉਹਦੇ 6 ਮਹੀਨੇ ਤੋਂ ਲੈ ਕੇ ਸਾਲ ਤੱਕ ਲੱਗ ਜਾਂਦਾ, ਡਿਪੈਂਡ ਆ ਬਿਲਡਿੰਗ ਕਿੰਨੀ ਸਟੋਰੀ ਆ ਜਾਂ ਜਿਹੜਾ ਪਲਾਜ਼ਾ ਉਹਦੇ ਵਿੱਚ ਟੋਟਲ ਕਿੰਨੇ ਯੂਨਿਟ ਆ। ਸੋ ਇਹ ਜਿਹੜੀ ਆਕੂਪੈਂਸੀ ਤੋਂ ਕਲੋਜ਼ਿੰਗ ਦਾ ਟਾਈਮ ਆ, ਇਹ ਕੰਜ਼ੂਮਰ ਦੀ ਪ੍ਰੋਟੈਕਸ਼ਨ ਵਾਸਤੇ ਜੀ। ਹੁਣ ਆਪਾਂ ਮੁਰਗੇ ਦੀ ਗੱਲ ਕਰਦੇ ਹਾਂ, ਆਮ ਤੌਰ ਦੇ ਉੱਪਰ ਇੱਦਾਂ ਹੁੰਦਾ ਕਿ ਉਹ ਪੰਜਾਬੀ ਦੀ ਕਹਾਵਤ ਆ ਵੀ ਵਿਹੜੇ ਆਈ ਜਾਨ ਤਾਂ ਵਿਹਨੋ ਕੁੜੀ ਦੇ ਕੰਨ। ਕਈ ਵਾਰੀ ਤਾਂ ਸਾਡੇ ਜਿਹੜੇ ਆਮ ਲੋਕ ਨੇ ਉਹ ਵੀ ਥੋੜ੍ਹਾ ਜਿਹਾ ਕੰਨਾ ਘਿਸਲ ਮਾਰ ਰੱਖਦੇ ਨੇ, ਕੋਈ ਚੀਜ਼ ਜਿਹੜੀ ਆ ਉਹ ਪਹਿਲੋਂ ਘਰ ਲੈ ਲਿਆ, ਘਰ ਲੈ ਕੇ ਆ ਕੇ ਅਤੇ ਮੁੜ ਕੇ ਬਾਅਦ ਦੇ ਵਿੱਚ ਫੋਨ ਕੀਤਾ ਵੀ ਭਾਈ ਆਪਾਂ ਘਰ ਲੈ ਲਿਆ ਅਤੇ ਮੁਰਗੇ ਚਾਹੀਦੇ ਆ, ਅਤੇ ਮੁਰੇ ਬੰਦਾ ਕਹਿੰਦਾ ਗੱਲ ਹੀ ਕੋਈ ਨਹੀਂ, ਚੱਕ ਦਾਂਗੇ ਫਟੇ ਆਪਾਂ, ਤੁਸੀਂ ਆਓ ਪੇਪਰ ਲਿਆਓ ਅਤੇ ਫਿਕਰ ਨਾ ਕਰੋ ਤੁਸੀਂ। ਉਹ ਤੋਂ ਬਾਅਦ ਜੀ ਹਾਂ ਜਿਹੜੀ ਉਹਨਾਂ ਨੇ ਮੰਗਵਾ ਲਿਆ ਪੇਪਰ, ਜਿਹੜਾ ਜੋਬ ਲੈਟਰ ਸਾਰਿਆਂ ਦੇ ਮੰਗਵਾ ਲਿਆ ਜੀ, ਫਿਰ ਨੋਟਸ ਆਫ ਅਸੈਸਮੈਂਟ ਮੰਗਵਾ ਲਿਆ ਜਾਂ ਫਿਰ ਪੇ ਸਟੱਬਾਂ ਜਿਹੜੀਆਂ ਉਹ ਮੰਗਵਾ ਲਈਆਂ ਅਤੇ ਪੇਪਰ 'ਤੇ ਸਾਈਨ ਕਰਾ ਲਿਆ, ਅਤੇ ਕੋਈ ਗੱਲ ਨਹੀਂ ਜੀ। ਉਸ ਤੋਂ ਬਾਅਦ ਤੁਸੀਂ ਜਿੱਦਣ ਖਾਸ ਕਰਕੇ ਜਿੱਦਣ ਚਾਬੀ ਮਿਲਣੀ ਹੁੰਦੀ ਆ ਉਦੋਂ ਬੰਦੇ ਨੂੰ ਬੜਾ ਚਾਅ ਹੁੰਦਾ, ਅਤੇ ਉੱਥੋਂ ਫੋਨ ਆਉਂਦਾ ਵੀ ਅੱਜ ਕਲੋਜ਼ਿੰਗ ਨਹੀਂ ਹੋਣੀ, ਬੈਂਕ ਨੇ ਪੇਪਰ ਮੰਗ ਲਿਆ ਜਾਂ ਬੈਂਕ ਨੇ ਜਵਾਬ ਹੀ ਦੇ ਦਿੱਤਾ, ਇਹ ਕਿਉਂ ਹੁੰਦਾ ਅਤੇ ਇਹ ਤੋਂ ਬਚਣ ਦੇ ਤਰੀਕੇ ਕਿਹੜੇ ਨੇ? ਦੇਖੋ, ਪਹਿਲ ਤਾਂ ਗੱਲ ਇਹ ਹੈ ਕਿ ਕਈ ਵਾਰ ਜਦੋਂ ਆਪਾਂ ਕਹਿੰਦੇ ਜੀ ਕੋਈ ਗੱਲ ਨਹੀਂ ਮੋਰਗੇਜ ਲੈ ਲਾਂਗੇ ਬਾਅਦ ਦੇ ਵਿੱਚ ਲੈ ਲਾਂਗੇ ਜੀ, ਪਰ ਕਈ ਵਾਰੀ ਉਦੋਂ ਨਾ ਅਸੀਂ ਓਵਰ ਕੌਨਫੀਡੈਂਟ ਹੋ ਜਾਂਦੇ ਹਾਂ। ਸੋ ਪਹਿਲਾ ਤਾਂ ਸਟੈਪ ਇਹ ਆ ਕਿ ਜਦੋਂ ਵੀ ਤੁਸੀਂ ਘਰ ਦੀ ਕੋਈ ਵੀ ਗੱਲਬਾਤ ਕਰਦੇ ਹੋ ਜਾਂ ਤੁਹਾਨੂੰ ਕੋਈ ਤੁਹਾਡਾ ਰੀਅਲਟਰ ਘਰ ਦਿਖਾਉਂਦਾ ਹੈਗਾ ਅਤੇ ਪਹਿਲਾਂ ਤੁਹਾਨੂੰ ਪ੍ਰੀ ਅਪਰੂਵਲ ਕਰ ਲੈਣੀ ਚਾਹੀਦੀ ਆ। ਠੀਕ ਹੈ, ਉਹ ਕਿੰਨੇ ਚਿਰ ਪਹਿਲਾਂ ਕਰ ਸਕਦੇ ਆ? 120 ਦਿਨ ਪਹਿਲਾਂ। ਠੀਕ, 120 ਦਿਨ ਪਹਿਲਾਂ ਕਰ ਸਕਦੇ ਹਾਂ, 4 ਮਹੀਨੇ। ਸੋ ਜੇ ਤੁਸੀਂ ਪ੍ਰੀ ਅਪਰੂਵਲ ਨਹੀਂ ਕਰਵਾਈ ਤਾਂ ਫਿਰ ਜਦੋਂ ਤੁਸੀਂ ਘਰ ਦੀ ਆਫਰ ਪਾ ਦਿੰਦੇ ਹੋ ਉਦੋਂ ਯੂ ਸ਼ੁੱਡ ਹੈਵ 3 or 5 days ਫਾਈਨੈਂਸਿੰਗ ਕੰਡੀਸ਼ਨ। ਉਹਨਾਂ 5 ਦਿਨਾਂ ਦੇ ਵਿੱਚ ਵਿੱਚ ਉਹ ਸਾਡਾ ਮੋਰਗੇਜ ਬ੍ਰੋਕਰ ਦਾ ਕੰਮ ਹੁੰਦਾ ਕਿ ਅਸੀਂ ਤੁਹਾਨੂੰ ਜਿਹੜੀ ਆ ਅਪਰੂਵਲ ਲੈ ਕੇ ਦਈਏ ਬੇਸਡ ਔਨ ਯੂਅਰ ਇਨਕਮ ਐਂਡ ਸਿਚੁਏਸ਼ਨ। ਅਤੇ ਉਦੋਂ ਕੀ ਹੁੰਦਾ, ਕਿਉਂਕਿ ਕਈ ਵਾਰੀ ਇੱਥੇ ਵੀ ਅਸੀਂ ਕਹਿ ਜਾਂਦੇ ਹਾਂ ਸਾਡਾ ਜਿਹੜਾ ਕਈ ਵਾਰੀ ਮੋਰਗੇਜ ਬ੍ਰੋਕਰ ਤੁਹਾਡੇ ਨਾਲ ਕੰਮ ਕਰਦਾ ਉਹ ਕਹਿੰਦਾ ਕੋਈ ਨਹੀਂ ਜੀ ਤੁਸੀਂ ਕੰਡੀਸ਼ਨ ਵੇਵ ਕਰਦੇ ਹੋ ਇਹ ਤਾਂ ਹੋ ਹੀ ਪਈ ਹੈ। ਨੋ, ਕਦੇ ਵੀ ਵਰਬਲ 'ਤੇ ਬਿਲੀਵ ਨਾ ਕਰੋ। ਠੀਕ, ਤੁਹਾਡੇ ਹੱਥ ਦੇ ਵਿੱਚ ਕੁਛ ਨਾ ਕੁਛ ਹੋਣਾ ਚਾਹੀਦਾ। ਜੇ ਸਾਨੂੰ ਰਾਣਾ ਜੀ ਜਦੋਂ ਵੀ ਅਸੀਂ ਮੋਰਗੇਜ ਦੀ ਐਪਲੀਕੇਸ਼ਨ ਕਰਦੇ ਹਾਂ ਜੀ ਤਾਂ ਜਿਹੜੇ ਵੀ ਬੈਂਕ ਨੂੰ ਅਸੀਂ ਕਰਦੇ ਹਾਂ ਉਹਦਾ ਸਾਨੂੰ ਆਂਸਰ ਆਉਂਦਾ ਕਿ ਹਾਂਜੀ ਅਸੀਂ ਮੋਰਗੇਜ ਅਪਰੂਵ ਕਰਤੀ ਹੈ। ਸਾਡੇ 4-5 ਪੇਜ ਹੁੰਦੇ ਨੇ ਉਹ, ਉਹਦੇ ਵਿੱਚ ਸਾਰੀਆਂ ਕੰਡੀਸ਼ਨ ਲਿਖੀਆਂ ਹੁੰਦੀਆਂ ਨੇ। ਸੋ ਜਦੋਂ ਜੇ ਸਾਨੂੰ ਕੋਈ ਬੈਂਕ ਨਾ ਵੀ ਕਰ ਦਿੰਦੀ ਹੈ ਤਾਂ ਵੀ ਉਹਦਾ ਰੀਜ਼ਨ ਹੁੰਦਾ ਸਾਡੇ ਕੋਲ, ਸਾਨੂੰ ਆਂਸਰ ਆਉਂਦਾ ਪ੍ਰੋਪਰ ਕਿ ਅਸੀਂ ਇਹਦੀ ਮੋਰਗੇਜ ਇਹਨਾਂ ਇਹਨਾਂ ਰੀਜ਼ਨ ਕਰਕੇ ਨਹੀਂ ਕਰ ਰਹੇ। ਅਤੇ ਉਸ ਤੋਂ ਬਾਅਦ ਕੀ ਉਹਦਾ, ਫੋਰ ਐਗਜ਼ਾਮਪਲ ਥੋੜ੍ਹੀ ਮੋਰਗੇਜ ਅਪਰੂਵ ਹੋ ਗਈ ਹੈ, ਸੋ ਜਿਹੜਾ ਫਿਰ ਉਹਦੇ ਵਿੱਚ ਹੀ ਕੰਡੀਸ਼ਨਸ ਲਿਖੀਆਂ ਹੁੰਦੀਆਂ ਨੇ ਕਿ ਜੀ ਵੈਰੀਫਿਕੇਸ਼ਨ ਆਫ ਇਨਕਮ, ਕ੍ਰੈਡਿਟ, ਸੋਰੀ ਕ੍ਰੈਡਿਟ ਤਾਂ ਪਹਿਲਾਂ ਚੈੱਕ ਹੋ ਜਾਂਦਾ, ਅਤੇ ਤੁਹਾਡੇ ਲੋਅਰ ਦੀ ਇਨਫੋਰਮੇਸ਼ਨ ਚਾਹੀਦੀ ਆ, ਵੈਰੀਫਿਕੇਸ਼ਨ ਆਫ ਡਾਊਨ ਪੇਮੈਂਟ। ਅਤੇ ਜਦੋਂ ਇਹ ਸਾਰੀਆਂ ਕੰਡੀਸ਼ਨਸ ਅਸੀਂ ਕਲਾਇੰਟ ਨਾਲ ਡਿਸਕਸ ਕਰਦੇ ਹਾਂ ਤਾਂ ਉਦੋਂ ਸਾਨੂੰ ਤੁਹਾਨੂੰ ਜਿਹੜੀਆਂ ਨੇ ਇਹ ਸਮਝਣਾ ਚਾਹੀਦਾ ਕਿ ਹਾਂਜੀ ਇਹ ਕੰਡੀਸ਼ਨਾਂ ਅਸੀਂ ਪੂਰੀਆਂ ਕਰਦੇ ਹਾਂ, ਫਿਰ ਤੁਹਾਨੂੰ ਤੁਹਾਡੇ ਰੀਅਲਟਰ ਨੂੰ ਦੱਸਣਾ ਚਾਹੀਦਾ ਕਿ ਹਾਂਜੀ ਹੁਣ ਜਿਹੜੀ ਕੰਡੀਸ਼ਨ ਆ ਉਹ ਵੇਵ ਕਰ ਦਿਓ। ਅਤੇ ਜਦੋਂ ਕੰਡੀਸ਼ਨ ਵੇਵ ਹੋ ਜਾਂਦੀ ਆ ਉਸ ਤੋਂ ਬਾਅਦ ਤੁਸੀਂ ਸਾਨੂੰ ਜਿਹੜੇ ਇਹ ਡਾਕੂਮੈਂਟ ਨੇ ਜਦੋਂ ਤੁਸੀਂ ਸਾਈਨ ਕਰਨ ਆਉਂਦੇ ਹੋ ਈਵਨ ਦੀਜ਼ 5 ਡੇਜ਼ ਦੇ ਵਿੱਚ ਵਿੱਚ ਹੀ ਕਿ ਉਦੋਂ ਸਾਨੂੰ ਜਿਹੜੀਆਂ ਕੰਡੀਸ਼ਨ ਤੁਸੀਂ ਲਿਆ ਕੇ ਦੇਣੀਆਂ ਹੁੰਦੀਆਂ ਨੇ। ਜੇ ਨਹੀਂ ਵੀ ਲਿਆ ਕੇ ਦੇ ਸਕਦੇ ਤਾਂ ਬਾਅਦ ਦੇ ਵਿੱਚ ਤੁਸੀਂ ਜਿਹੜੀ ਜੋਬ ਲੈਟਰ ਆ ਜਾਂ ਕੋਈ ਹੋਰ ਡਾਕੂਮੈਂਟਸ ਜਿਹੜੇ ਮੰਗੇ ਨੇ ਬੈਂਕ ਨੇ ਉਹ ਬਾਅਦ ਦੇ ਵਿੱਚ ਵੀ ਲਿਆ ਕੇ ਦੇ ਸਕਦੇ ਹੋ, ਬਟ ਕਲੋਜ਼ਿੰਗ ਤੋਂ 10 ਦਿਨ ਪਹਿਲਾਂ, 5-10 ਬਿਜ਼ਨਸ ਡੇਜ਼ ਪਹਿਲਾਂ। ਸੋ
ਜਦੋਂ ਤੁਸੀਂ ਉਹ ਡਾਕੂਮੈਂਟ ਲਿਆ ਕੇ ਦੇ ਦਿੰਦੇ ਹਾਂ ਤਾਂ ਉਦੋਂ ਫਿਰ ਅਸੀਂ ਜਿਹੜਾ ਬੈਂਕ ਨੂੰ ਸਾਰਾ ਭੇਜਦੇ ਹਾਂ, ਫਿਰ ਬੈਂਕ ਵੱਲੋਂ ਸਾਨੂੰ ਆਉਂਦਾ ਕਿ ਹਾਂਜੀ ਨਾਓ ਦਾ ਫਾਈਲ ਇਜ਼ ਕੰਪਲੀਟ, ਆਲ ਦਾ ਕੰਡੀਸ਼ਨ ਹੈਵ ਬੀਨ ਮੈਟ, ਨਾਓ ਦਿਸ ਫਾਈਲ ਇਜ਼ ਰੈਡੀ ਫਾਰ ਫੰਡਿੰਗ। ਉਦੋਂ ਫਿਰ ਜਿਹੜੇ ਡਾਕੂਮੈਂਟ ਨੇ ਉਹ ਲੋਅਰ ਹੋ ਜਾਂਦੇ ਨੇ। ਕਈ ਵਾਰ ਲੋਅਰ ਦੇ ਡਾਕੂਮੈਂਟ ਪਹਿਲਾਂ ਚਲੇ ਜਾਂਦੇ ਪਰ ਬੈਂਕ ਦੀ ਕੰਡੀਸ਼ਨ ਬਾਅਦ ਦੇ ਵਿੱਚ ਡਨ ਹੁੰਦੀਆਂ ਨੇ। ਪਰ ਜੇ ਕੋਈ ਬੈਂਕ ਦੀ ਕੰਡੀਸ਼ਨ ਨਾ ਵੀ ਡਨ ਹੋਵੇ ਅਤੇ ਤੁਸੀਂ ਲੋਅਰ ਦੇ ਪਹਿਲਾਂ ਵੀ ਸਾਈਨ ਕਰਿਓ, ਤਾਂ ਜਿਹੜਾ ਬੈਂਕ ਆ ਉਹ ਲੋਅਰ ਨੂੰ ਇਹ ਕਹਿੰਦਾ ਵੀ ਪਲੀਜ਼ ਹੋਲਡ ਦਾ ਫੰਡਸ ਅਨਟਿਲ ਦੀਜ਼ ਕੰਡੀਸ਼ਨਸ ਹੈਵ ਬੀਨ ਮੈਟ। ਤਾਂ ਇਹ ਜਿਹੜਾ ਪ੍ਰੋਸੀਜਰ ਆ ਇਹ ਫਿਰ ਆ ਜਾਂਦਾ ਕਿ ਤੁਸੀਂ ਜਿਹੜਾ ਪੁੱਛਿਆ ਸੀਗਾ ਜੀ ਮੌੜਗੇ ਜੋਦਣ, ਤੁਸੀਂ ਤਾਂ ਲੋਅਰ ਸਾਈਨ ਵੀ ਕਰਤੇ ਸੀਗੇ, ਲੋਅਰ ਦੀ ਵੀ ਕਰਤੇ, ਬ੍ਰੋਕਰ ਨੇ ਵੀ ਸਾਰਾ ਕੁਛ ਲੈ ਲਿਆ, ਪਰ ਸਾਡੀ ਮੌੜਗੇ ਅੱਜ ਫਿਰ ਬੈਂਕ ਨੇ ਨਾ ਕਰਤੀ ਹੈਗੀ ਆ, ਉਹਦੇ ਵਿੱਚ ਕਈ ਵਾਰੀ ਫਰੋਡ ਇਨਵੋਲਵ ਹੋ ਜਾਂਦਾ। ਅੱਛਾ, ਜਾਂ ਤਾਂ ਤੁਹਾਡੀ ਜਾਂ ਤੁਸੀਂ ਲੇਟ ਹੋ ਜਾਂਦੇ ਹੋ ਕੋਈ ਡਾਕੂਮੈਂਟ ਦੇਣ ਤੋਂ, ਅਤੇ ਜਾਂ ਫਿਰ ਤੁਸੀਂ ਸਾਰੇ ਡਾਕੂਮੈਂਟ ਦੇ ਦਿੰਦੇ ਹੋ, ਠੀਕ ਹੈ, ਤਾਂ ਕਈ ਵਾਰ ਤੁਹਾਡੇ ਜਿਹੜਾ ਰੈਪ੍ਰਜੈਂਟੇਟਿਵ ਆ ਕੋਈ ਮੌਰਗੇਜ ਏਜੰਟ ਆ ਜਾਂ ਮੌਰਗੇਜ ਬ੍ਰੋਕਰ ਆ, ਉਹ ਫਿਰ ਕਈ ਵਾਰੀ ਕੋਈ ਫਰੋਡ ਇਨਵੋਲਵ ਵੀ ਹੋ ਜਾਂਦਾ, ਜਾਂ ਫਿਰ ਉਹ ਇਹ ਸੋਚਦਾ ਰਹਿੰਦਾ ਵੀ ਮੈਨੂੰ ਇਸ ਇੰਸਟੀਟਿਊਟ ਤੋਂ ਜ਼ਿਆਦਾ ਕਮਿਸ਼ਨ ਬਣਨਾ ਜੀ। ਪਹਿਲੀ ਗੱਲ ਤਾਂ ਮੈਂ ਦੇਖਿਆ ਕਈ ਵਾਰੀ ਤਾਂ ਉਹ ਐਪਲੀਕੇਸ਼ਨਾਂ ਜਿਹੜੀਆਂ, ਕਿਉਂਕਿ ਤੁਸੀਂ ਜਿੰਨੀ ਵਾਰੀ ਐਪਲੀਕੇਸ਼ਨ ਕਰਦੇ ਹੋ ਉਹ ਤੁਹਾਡਾ ਕ੍ਰੈਡਿਟ ਪੁੱਲ ਕਰਦੇ ਨੇ, ਜਿੰਨੀ ਵਾਰੀ ਉਹ ਤੁਹਾਡਾ ਕ੍ਰੈਡਿਟ ਪੁੱਲ ਕਰਦੇ ਨੇ ਤੁਹਾਡਾ ਉਹ ਬੀਕਨ ਸਕੋਰ ਮੇਰੇ ਖਿਆਲ 'ਚ ਬਾਈ 20 ਪੁਆਇੰਟ ਤੁਹਾਡਾ ਥੱਲੇ ਜਾਂਦਾ। ਨਹੀਂ, ਜੇ ਤੁਸੀਂ ਆਪਣੇ ਆਪ ਜਾਂਦੇ ਹੋ ਜੀ, ਕਿਸੇ ਅੱਜ ਇੱਕ ਬੈਂਕ ਕੋਲ ਚਲੇ ਗਏ, ਕੱਲ੍ਹ ਦੂਜੇ ਕੋਲ ਚਲੇ ਗਏ, ਪਰਸੋਂ ਤੀਜੀ ਕੋਲ, ਉਦੋਂ ਫਿਰ ਕਿਸੇ ਬ੍ਰੋਕਰ ਕੋਲ ਚਲੇ ਗਏ, ਦੈਨ ਡੈਫੀਨੇਟਲੀ ਯੋਰ ਕ੍ਰੈਡਿਟ ਗੋਜ਼ ਡਾਊਨ। ਪਰ ਜੇ ਬ੍ਰੋਕਰ ਹੀ ਜਿਹੜਾ ਉਹ ਅੱਜ ਟੀ ਡੀ ਨੂੰ ਭੇਜ ਦਿੱਤੀ ਆ, ਨਾਲ ਆਰ ਬੀ ਸੀ ਨੂੰ ਭੇਜ ਦਿੱਤੀ ਆ, ਫਿਰ ਅਗਾਂ ਮੈਪਲ ਟਰੱਸਟ ਨੂੰ ਭੇਜ ਦਿੱਤੀ ਆ, ਤਾਂ ਕੱਲ੍ਹ ਉਹ ਕਿਸੇ ਹੋਰ ਟਰੱਸਟ ਨੂੰ ਭੇਜ ਦਿੱਤੀ ਆ। ਨਹੀਂ ਨਹੀਂ ਨਹੀਂ, ਫਾਰ ਐਗਜ਼ਾਮਪਲ ਮੈਂ ਬ੍ਰੋਕਰ ਹਾਂ ਜੀ, ਕਲਾਇੰਟ ਮੇਰੇ ਕੋਲ ਆਉਂਦਾ, ਮੈਂ ਉਹਦਾ ਕ੍ਰੈਡਿਟ ਪੁੱਲ ਕਰਦਾ ਜੀ, ਉਹ ਉਹੀ ਕ੍ਰੈਡਿਟ ਮੈਂ ਪੁੱਲ ਕੀਤਾ ਟੀ ਡੀ ਬੈਂਕ ਨੂੰ ਭੇਜਦਾ, ਉਹੀ ਮੈਂ ਸਕੋਸ਼ੀਆ ਬੈਂਕ ਨੂੰ ਭੇਜਦਾ ਜੇ ਮੈਨੂੰ ਲੋੜ ਪਵੇ, ਜੇ ਮੈਨੂੰ ਟੀ ਡੀ ਨਾ ਕਰ ਦਿੰਦੀ ਹੈ ਉਹੀ ਮੈਂ ਸਕੋਸ਼ੀਆ ਨੂੰ ਭੇਜਦਾ, ਜੇ ਸਕੋਸ਼ੀਆ ਨਾ ਕਰ ਦਿੰਦੀ ਉਹੀ ਮੈਂ ਨੈਸ਼ਨਲ ਬੈਂਕ ਨੂੰ ਭੇਜਦਾ। ਪਰ ਜੇ ਮੰਨ ਲਓ ਕੋਈ ਜਿਹੜਾ ਬ੍ਰੋਕਰ ਆ ਉਹ ਹਰ ਵਾਰੀ ਜਿਹੜਾ ਉਹ ਨਵੇਂ ਇੰਸਟੀਟਿਊਟ ਨੂੰ ਭੇਜਦਾ ਅਤੇ ਉਹ ਕ੍ਰੈਡਿਟ ਪੁੱਲ ਕਰਕੇ ਖੁਦ ਦੇਖਦਾ, ਇਹਦਾ ਮਤਲਬ ਹੈ ਵੀ ਉਹ ਜਿਹੜਾ ਬ੍ਰੋਕਰ ਆ ਉਹ ਨਲਾਇਕ ਆ। ਹਾਂ, ਜੇ ਤੁਹਾਡਾ ਕੋਈ ਬ੍ਰੋਕਰ ਹੀ ਇਸ ਤਰ੍ਹਾਂ ਦਾ, ਸੋ ਕਈ ਬ੍ਰੋਕਰ ਜਿਹੜੇ ਹੁੰਦੇ ਨੇ ਉਹ ਕਈਆਂ ਬੈਂਕਾਂ ਨਾਲੋਂ ਕੱਟੇ ਹੁੰਦੇ ਨੇ, ਇਹ ਜ਼ਰੂਰੀ ਨਹੀਂ ਵੀ ਸਾਰੀਆਂ ਬੈਂਕਾਂ ਸਾਰੇ ਬ੍ਰੋਕਰਸ ਨੂੰ ਮੌਰਗੇਜ ਦੇ ਦਿੰਦੀਆਂ ਨੇ, ਕਿਉਂਕਿ ਬ੍ਰੋਕਰਸ ਦੀ ਕਈ ਵਾਰ ਨਲਾਇਕੀ ਕਰਕੇ ਉਹ ਫਿਰ ਜਦੋਂ ਕਈ ਵਾਰ ਬ੍ਰੋਕਰ ਫਰੋਡ ਕਰਦੇ ਨੇ ਉਹ ਫਿਰ ਜਿਹੜੀਆਂ ਬੈਂਕਾਂ ਨੇ ਉਹਨਾਂ ਨੂੰ ਕੱਟ ਦਿੰਦੀਆਂ, ਬਲੈਕਲਿਸਟ ਕਰ ਦਿੰਦੀਆਂ ਨੇ। ਸੋ ਕਈ ਵਾਰੀ ਫਾਰ ਐਗਜ਼ਾਮਪਲ ਮੈਂ ਟੀ ਡੀ ਨਾਲੋਂ ਲੈਸੇ ਬਲੈਕਲਿਸਟ ਹੋਇਆ, ਫਾਰ ਐਗਜ਼ਾਮਪਲ ਆਈ ਐਮ ਵਨ ਆਫ ਦਾ ਟੀ ਡੀ ਟੋਪ ਬ੍ਰੋਕਰ, ਪਰ ਜੇ ਮੈਂ ਕਿਸੇ ਬ੍ਰੋਕਰ ਮੈਂ ਬੈਂਕ ਨਾਲੋਂ ਬਲੈਕਲਿਸਟ ਹੋਇਆ ਤਾਂ ਮੈਂ ਉਸ ਬੈਂਕ ਨੂੰ ਨਹੀਂ ਭੇਜ ਸਕਦਾ। ਹਾਂ, ਮੇਰਾ ਕੋਈ ਆੜੀ ਬੈਂਕ ਦੇ ਵਿੱਚ ਲੱਗਿਆ ਹੋਇਆ, ਫਿਰ ਮੈਂ ਉਹਦੇ ਕੋਲ ਲੈ ਜਾਵਾਂ, ਫਿਰ ਉਸ ਆੜੀ ਨੇ ਮੇਰੇ ਨੇ ਜਿਹੜਾ ਕ੍ਰੈਡਿਟ ਆ ਦੁਬਾਰਾ ਪੁੱਲ ਕਰਨਾ, ਇੱਕ ਵਾਰ ਤਾਂ ਮੈਂ ਕਰ ਲਿਆ, ਇੱਕ ਵਾਰ ਫਿਰ ਬ੍ਰਾਂਚ ਵਾਲੇ ਨੇ ਕਰ ਲਿਆ, ਅਤੇ ਉਸ ਬ੍ਰਾਂਚ ਵਾਲੇ ਤੋਂ ਨਾ ਬਣੀ ਫਿਰ ਮੈਂ ਕਿਸੇ ਹੋਰ ਬੈਂਕ ਦੇ ਨਾਲ ਚਲਾ ਜਾਂਦਾ, ਮੈਂ ਐਕਚੁਲੀ ਉਸ ਬੈਂਕ ਨਾਲ ਕੱਟਿਆ ਹੋਇਆ ਪਰ ਮੈਂ ਮੇਰਾ ਆੜੀ ਉੱਥੇ ਹੈ ਉਸ ਬ੍ਰਾਂਚ ਦੇ ਵਿੱਚ, ਫਿਰ ਮੈਂ ਉਸ ਆੜੀ ਕੋਲ ਚਲਾ ਜਾਂਦਾ, ਜਦੋਂ ਉਹ ਮੇਰੀ ਕ੍ਰੈਡਿਟ ਪੁੱਲ ਕਰਦਾ ਉਦੋਂ ਫਿਰ ਕ੍ਰੈਡਿਟ ਡਾਊਨ ਹੋ ਜਾਂਦਾ ਹੈਗਾ। ਸੋ ਇਹ ਤੁਹਾਨੂੰ ਦੇਖਣਾ ਚਾਹੀਦਾ ਕਿ ਤੁਹਾਡਾ ਬ੍ਰੋਕਰ ਕਿੰਨਾ ਕੁ ਕੈਪੇਬਲ ਆ, ਕਿੰਨਾ ਕੁ ਐਥੀਕਲ ਆ, ਕਿੰਨਾ ਕੁ ਮਾਰਕੀਟ ਪਲੇਸ ਦੇ ਵਿੱਚ ਉਹਦਾ ਜਿਹੜਾ ਹੈਗਾ ਇੱਜ਼ਤ ਆ। ਸੋ ਇਹ ਚੀਜ਼ਾਂ ਨੂੰ ਦੇਖਦੇ ਹੋਏ ਦਰਅਸਲ ਮੈਂ, ਹਾਂਜੀ, ਇਹ ਜਿਹੜੀਆਂ ਅਸੀਂ ਗੱਲਾਂ ਜਿਹੜੀਆਂ ਨੇ ਨਾ ਇਹ ਖੁੱਲ੍ਹ ਕੇ ਅੱਜ ਇਸ ਕਰਕੇ ਕਰ ਰਹੇ ਹਾਂ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਇਹਦੇ ਪਿੱਛੇ ਬਿਹਾਇੰਡ ਦਾ ਸੀਨ ਕੀ ਚੱਲਦਾ। ਕਈ ਵਾਰੀ ਇੱਦਾਂ ਹੁੰਦਾ ਕਿ ਹੁੰਦੀ ਤਾਂ ਲੈ ਕੇ ਆਪਣੀ ਆ, ਮੈਨੂੰ ਟੀ ਡੀ ਵਾਲੇ ਲਾਗੇ ਲੱਗਣ ਨਹੀਂ ਦਿੰਦੇ, ਮੈਂ ਆ ਕੇ ਉਹਨਾਂ ਨੂੰ ਕਹਿੰਦਾ ਨਹੀਂ ਜੀ ਟੀ ਡੀ ਨੇ ਨਾ ਕਰ, ਟੀ ਡੀ ਨੇ ਨਾ ਕਰਦੇ, ਮੈਂ ਕਿਸੇ ਹੋਰ ਪਾਸੇ ਕੋਈ ਨਹੀਂ ਟਰਾਈ ਕਰਦੇ, ਆਪਾਂ ਗੱਲ ਹੀ ਕੋਈ ਨਹੀਂ, ਆਪਣਾ ਚੰਗਾ ਹੋ ਜਾਣਾ। ਮੁੰਡੀ ਸਾਹਿਬ ਤੁਸੀਂ ਇੱਥੇ ਮੈਂ ਥੋੜ੍ਹਾ ਜਿਹਾ ਐਡ ਆਨ ਕਰਦਾ, ਥੋੜ੍ਹਾ ਜਿਹਾ ਮੈਂ ਵੀਰ ਜੀ ਨਾਲ ਡਿਸਐਗਰੀ ਨਹੀਂ ਹਾਂ। 80% ਜਿਹੜੀਆਂ ਮੌਰਗੇ ਡ੍ਰੌਪ ਹੁੰਦੀਆਂ ਨੇ ਜੀ, ਉਹ ਜਿਹੜਾ ਮੌਰਗੇ ਬ੍ਰੋਕਰ ਉਹਦੇ ਕਰਕੇ ਹੁੰਦੀਆਂ ਨੇ। ਮੈਂ ਤੁਹਾਨੂੰ ਉਹਦਾ ਕਾਰਨ ਦੱਸਦਾ, ਦੋ ਕਾਰਨ ਨੇ ਉਹਦੇ ਵਿੱਚ। ਜਦੋਂ ਮੌਰਗੇ ਬ੍ਰੋਕਰ ਦੇ ਕੋਲ ਈਮੇਲ ਆ ਜਾਂਦੀ ਆ ਉਹਦੇ ਜਿਹੜਾ ਅੰਡਰਰਾਈਟਰ ਆ, ਮੌਰਗੇ ਬ੍ਰੋਕਰ ਫੋਨ ਚੱਕ ਕੇ ਕਹਿੰਦਾ ਕੰਡੀਸ਼ਨਾਂ ਵੇਵ ਕਰ ਦਿਓ ਤੁਹਾਡੀ ਮੌਰਗੇ ਹੋ ਗਈ। ਜਦੋਂ ਫਰਮ ਕਮਿਟਮੈਂਟ ਆਉਂਦੀ ਆ, ਕਮਿਟਮੈਂਟ ਦੇ ਵਿੱਚ ਬੈਂਕ ਨੇ ਕੰਡੀਸ਼ਨਸ ਪਾਈਆਂ ਹੋਈਆਂ ਨੇ, ਇਹਨਾਂ ਦੀ ਜੋਬ ਵੈਰੀਫਿਕੇਸ਼ਨ ਹੋਣੀ ਆ, ਇਹਨਾਂ ਦੀ ਡਾਊਨ ਪੇਮੈਂਟ ਦਾ ਪ੍ਰੂਫ ਚਾਹੀਦਾ, ਇਹਨਾਂ ਦੇ ਪੇ ਸਟੱਬ ਚਾਹੀਦੇ ਆ, ਇਹਨਾਂ ਦੇ NOI ਚਾਹੀਦੇ ਆ, ਅਤੇ ਕਈ ਵਾਰੀ ਇੱਦਾਂ ਹੁੰਦਾ ਕਿ ਜਿਹੜਾ ਇਹਨਾਂ ਦਾ ਕਈ ਸੈਲਫ ਇੰਪਲੋਇਡ ਨੇ ਭੈਣ ਭਰਾ, ਉਹਨਾਂ ਦਾ ਪੇਪਰ ਵਰਕ ਆ ਜਿਹੜਾ ਕਿਤੇ ਨਾ ਕਿਤੇ ਗਾਂਹ ਪਿਛਾਂ ਕੀਤਾ ਹੁੰਦਾ, ਠੀਕ ਹੈ ਨਾ। ਉੱਥੇ ਜਿਹੜਾ ਰੀਅਲ ਸਟੇਟ ਏਜੰਟ ਆ ਉਹ ਡਿਪੈਂਡ ਕਰਦਾ ਮੌਰਗੇ ਬ੍ਰੋਕਰ ਦੇ ਉੱਤੇ, ਮੋਸਟਲੀ ਜਿਹੜੇ ਰੀਅਲ ਸਟੇਟ ਏਜੰਟ ਆ ਉਹ ਕਰਦੇ ਕਿ ਜਿਹੜਾ ਉਹਨਾਂ ਨੂੰ ਆਪਣਾ ਮੌਰਗੇ ਬ੍ਰੋਕਰ ਉਹਦੇ ਕੋਲ ਲੈ ਕੇ ਜਾਣ ਕਿ ਡੀਲ ਟੁੱਟੇ ਨਾ। ਮੇਰੇ ਨਾਲ ਇਹ ਚੀਜ਼ਾਂ ਹੋਈਆਂ ਨੇ, ਮੈਂ ਪੰਗਾ ਕਮਿਸ਼ਨ ਦਾ ਨਾ ਆਪਣਾ ਐਕਸਪੀਰੀਅੰਸ ਦੱਸਦਾ ਮੈਂ। ਪਰ ਕਈ ਵਾਰੀ ਕੀ ਹੁੰਦਾ ਕਿ ਮੌਰਗੇ ਬ੍ਰੋਕਰ ਐਂਡ ਤੱਕ ਕਲਾਇੰਟ ਨੂੰ ਵੀ ਝੂਠ ਬੋਲਦੇ ਨੇ ਅਤੇ ਰੀਅਲਟਰ ਨੂੰ ਵੀ ਝੂਠ ਬੋਲਦੇ ਨੇ। ਰੀਅਲਟਰ ਵਿਚਾਰਾ ਫਸਿਆ ਫਸਾਇਆ ਇੱਥੋਂ ਫਾਈਲ ਚੱਕਦਾ ਕਿਸੇ ਦੇ ਕੋਲ, ਇੱਕ ਤੋਂ ਚੱਕਦਾ ਦੂਸਰੇ ਦੇ ਕੋਲ, ਐਂਡ 'ਤੇ ਕੀ ਕਰਦੇ ਜਿਹੜੇ ਮੌੜਗੇ ਬ੍ਰੋਕਰ ਨੇ, ਤੁਹਾਨੂੰ
नकली कमिटमेंट दे के तो कह देंगे जी थोड़े आह प्रॉब्लम आ गई है थोड़े पेपर पूरे नहीं हूँ थोड़ा रेट 4.99 होगा या 5.9 होगा वो अप्रूवल पहले लैके रखी होंगी है किसी बी लैंडर के कोलो उत्थे की होंगे मेरे अगर रियल्टर फस जाता वो जाके कहिंदा यार मेरा कमीशन भी लै लो ये बंदे नूं वध पैसे ना लगन इतों तो मसी अगे पैसे दे के मेरे नाल होया जी मैं अपनी जेब चो पे किया हो 12,000 डॉलर पर एट एट द एंड साडी प्रायोरिटी आ कि जिहड़ा साडा क्लाइंट आ उहदी डील क्लोज होवे वो अपने घर जाए तो खुश रहे कमीशन इतों नहीं तो अगली डील तो बन जूगा पर 80% जिहड़ा आ 20% कसूर हैगा जिहड़ा मॉर्गेज लैंदा वो टैक्स नहीं पे कर रहा क्लीयर कट वो टैक्स बंदा पे नहीं कर रहा जां उन्हें वीजे दे बिल पे लेट किए हुए जां उन्होंने किसी ना किसी इंस्टीट्यूट दे पैसे देने जिहड़े नहीं दिते गए तो जिहड़ा अंडररायटर आ उन्होंने बर्बली जरूर कह दिंदा भई डन आ डील पर जिसले पेपर से आँदी आ अंडररायटर की अपनी जॉब से पैंदा अंडररायटर मुकर जाता मॉर्गेज ब्रोकर तुहाडा फोन चकनों हट जाता रियल्टर के गल से पूरा गुठू आ जाता तो रियल्टर बेचारा कभी फाइल इतों चक के फायदा करिए उतों चक के फायदा करिए इतों सो कई बार असी इनफॉर्मेशन देंदे भी गलती करते हैं भी आ साडी इन्ना कि साडे कोल हैगा भाई ए बेस से तुसीं करके दिओ सो साहब तुहाडी गल भी ठीक है बट कई बार जदों तुसीं एप्लीकेशन करते हो क्लाइंट की सो उदों सानू तो सानू कई बार जो मैं एप्लीकेशन करदा तो मैं तो उदों ही पता लग जाता एप्लीकेशन करने वेले ये क्लाइंट किन्ने क पानी च भी की यह टी डी बैंक तो अप्रूव होने वाला कि होम ट्रस्ट तो अप्रूव होने वाला जां किसी होर कंपनी तो वो फिर कई ब्रोकर की करते हैं वो उन्होंने आपदा पाला हुंदा भी जे मैं इहनूं पहले ही कहता भी तू तो 4.99 ते होगा भी ये मेरे को भजूगा मेरे को भजना जाए कि फिर ब्रोकर की करते हैं वह डेल होना भी कहते कोई नहीं जी होगी 2.99 हो जाए कोई गल नहीं डेल होनी ब्रोकर से रेंदे ने तो वह ब्रोकर क्लाइंट नूं दसदा नहीं हाँ जी कोई नहीं बस होगी जी बस होने वाले पेपर जी कल होने वाले जी सो मेनली है भी आप जो हम टीवी मूहरे बैठे जो क्लाइंट ने हाँ जी उन्होंने की सलाह देिए कि वह की कर वो किहड़ियां किहड़ियां चीज़ां जिहड़ियां ने किहड़े डॉकूमेंट मंगण जां फिर वो ब्रोकर नूं की कहण जां अखां मीट के विश्वास कर लैण जां फिर वहमी बन जाण कई वारी हुंदा वी क्लाइंट ही जिहड़ा आ उह जिन्ना चिर हर निक्की निक्की गल ते फोन करके मोहरे बंदा इक हुंदा जदों 10 फोन चल गए अगला फोन चक्कर उड़ जांदा व्यू दिंदा फिर आपां वीर जी दे व्यू लवांगे पहली गल है कि तुसीं जाके मॉर्गेज ब्रोकर नूं अपने रियल्टर नूं सच दसो भाई असीं 10,000 डॉलर ते टैक्स दित्ता आ साडे कैडर दे विच प्रॉब्लम आ जे जॉब वेरीफिकेशन होई सातों होणी नहीं ठीक है वो जिहड़ा मॉर्गेज ब्रोकर आ उस हिसाब दे नाल ट्राई करे चाहे तुहानू इंटरस्ट रेट आ 50 सेंट महंगा ही मिले पर एंड ऑफ द डे क्लोजिंग डे दे उत्ते तुहाडी जिहड़ी आ मॉर्गेज होवेगी दूसरी गल आ जदों तुहानू कमिटमेंट मिलदी आ जिहड़ी मॉर्गेज ब्रोकर दे कोल कमिटमेंट आउंदी आ उहनूं तुसीं आप पढ़े तो बिना चाहे अपने लॉयर दे कोल लै जाओ तुहाडे कोल एवरी सिंगल राइट आ कि कमिटमेंट दे सारे पेज लैणे जी सारे पेज लैने और अंडररायटर का उत्थे ईमेल लिखा हुंदा तुसी ईमेल करके अंडररायटर दे नाल कन्फर्म कर सकते कि आ राइट कमिटमेंट हैगी कि रोंग ये इंडस्ट्री रेगुलेटड आ जी बाय गवर्नमेंट और उहदे उत्ते सारा कुछ लीगल तरीके दे नाल हुंदा और वो अंडररायटर भी तुहानू कन्फर्म कर दूगा कि आ जिहड़ियां कंडीशन ने यह मीट करनियां पैणियां एंड तुहाडा जिहड़ा लॉयर आ तुहानू एवरी सिंगल कंडीशन दस दूगा दैन यू थिंक कि आ कंडीशन असीं मीट कर सकते हैं कि नहीं जे नहीं कर सकते दैट मीनस तुहाडी मॉर्गेज नहीं होनी क्लोजिंग ते जाके तुहाडे पैसे नहीं होने और वो मॉर्गेज ब्रोकर दे बस तो भी बारी गल जी कई बार की होंगे हैगा क्योंकि जो तुसी जिवें तुसी कहा है कि पहला जी अपना क्लाइंट हर चीज़ दसे ठीक है क्लाइंट का भी फर्ज बनता कि ब्रोकर नूं ठीक हर चीज़ दसे ताकि ब्रोकर उस हिसाब नाल उहदी क्लोजिंग जिहड़ी है मॉर्गेज की अप्रूवल लवे पर एक ब्रोकर का भी इत्थे फर्ज बनता कि क्लाइंट नूं पूरी इंटरव्यू करे क्लाइंट का वो पुछे भी तू इंपलॉयड आ कि सैल्फ इंपलॉयड आ कि बिजनेस के विच आ ठीक है सो वो तो क्लाइंट जिहड़ा ब्रोकर आ उहदी भी कुछ कॉमन सेंस बनती है कि जे क्लाइंट कह रहा भी मैं इस नेचर ऑफ बिजनेस दे विच आ भी इस नेचर ऑफ बिजनेस दे विच की है वाकई जिहड़ा हैगा इंपलॉयड आ सैल्फ इंपलॉयड आ सो जे उहनूं लगता कि भी क्लाइंट इत्थे कुछ गड़बड़ कर रहा ते ओ तो होर फर्दर डॉक्यूमेंट मंगे बिफोर ही सबमिट टू द लैंडर सो पहला जिहड़ा ब्रोकर आ वह अपनी पूरी ड्यू डिलिजेंस करे उस तो बाद जिहड़ा मॉर्गेज लैंडर वास्ते जिहड़ा बैंक नूं उह भेजे तां कि क्यों क्योंकि राणा जी जिहड़ियां बैंक्स ने खासकर जदों असीं मॉर्गेज की एप्लीकेशन करते हैं उदों क्लाइंट की जो सिचुएशन हुंदी है उहदे बेस ते असीं अप्रूवल लैंदे हां उस तो बाद जदों साडे कोले अप्रूवल आ जांदी है उदों फिर असीं बैंक दे बल दे बन जांदे क्योंकि बैंक सानूं कमीशन दिंदा फिर उहदा साडा फर्ज़ बनता कि जो भी असीं प्रॉपर डॉक्यूमेंटेशन क्लाइंट तो लैके अगे बैंक नूं फॉरवर्ड करिए तां कि हर कोई विन विन सिचुएशन रहे तो क्लाइंट नूं भी मॉर्गेज टाइम सिर हो जाए जिहड़ा तुहाडा भी डील प्रॉपर क्लोज हो जाए एक रियल्टर दी ते सानूं भी प्रॉपर कमीशन मिले तां कि जिहड़ा बैंक आ ਉਹ ਵੀ ਕਿਸੇ ਫਰਾਡ ਤੋਂ ਬਚ ਜਾਵੇ ਇੱਕ ਮੈਂ ਬਾਕੀ ਮੇਰੀ ਮੌਰਗੇਜ ਬ੍ਰੋਕਰਾਂ ਨੂੰ ਬੇਨਤੀ ਹੈ ਕਿ
और रियल्टरां नूं स्पैशली मेरी बेनती है कि जो तुहाडे कोल कोई भी मॉर्गेज ब्रोकर आउंदा कि भाई असीं तुहानूं $500 पर डील असीं दिंदे आ, उहनां नूं कहो भाई 500 साडे कोलों लै जाओ, तुसीं क्लाइंट दी प्रॉपर आ जिहड़ी मॉर्गेज करके दिओ, उहनूं प्रॉपर आ जिहड़ा इंट्रस्ट रेट लै के दिओ, तां जिहड़ा क्लाइंट सफर ना करे। और इह राणा जी अजकल बड़ी चीज़ चलदी, तुसीं आ जाओ असीं तुहानूं $1,000 देवांगे, असीं कहिंदे असीं $1,000 कोलों दिंदे आ भाई, ਤੁਸੀਂ ਕੰਮ ਤਾਂ ਸਹੀ ਕਰੋ। ਸੋ ਆਈ ਬਲੀਵ ਇਨ ਇਟ। ਔਰ ਰਾਣਾ ਸਾਹਿਬ ਅਸੀਂ ਕਈ ਵਾਰੀ ਦੇ ਦਿੰਦੇ ਹਾਂ ਵੀ ਆਹ ਚੱਕ $500 ਪਾਈ ਇਹ ਬੰਦੇ ਦੀ ਮੌੜ ਗਏ ਟਾਈਮ 'ਤੇ ਕਰਕੇ ਦੇ ਜੀ। ਔਰ ਇੱਕ ਰੀਅਲਟਰ ਦਾ ਜੇ 8,000 ਨਾਲ ਨਹੀਂ ਢਿੱਡ ਭਰਿਆ ਤਾਂ ਉਹਦਾ 500 ਨਾਲ ਹੋਰ ਨਹੀਂ ਭਰਨਾ ਜੀ। ਔਰ ਜਿਹੜੀ ਤੁਹਾਡਾ ਅਕਾਊਂਟ ਆ ਉਹ 'ਚ ਮਿਹਨਤ ਦੀ ਕਮਾਈ ਦੀ ਬਰਕਤ ਆਉਣੀ ਆ ਜੀ। ਜੇ ਉਹ ਤੁਹਾਡੇ ਕਮਾਈ ਹੱਥਾਂ ਦਸਾਂ ਨਾਵਾਂ ਦੀ ਕਿਰਤ ਨਹੀਂ ਆ ਤਾਂ ਉਹ ਪੈਸਾ ਤੁਹਾਡੇ ਅਕਾਊਂਟ 'ਚ ਨਹੀਂ ਰਹਿਣਾ ਜੀ। ਕਈ ਵਾਰੀ ਕਲਾਇੰਟ ਰਾਣਾ ਜੀ ਮੈਨੂੰ ਕਹਿ ਦਿੰਦੇ ਕੈਰੀ ਸਾਹਿਬ ਤੁਸੀਂ ਇੰਨੇ ਪੈਸੇ ਲੈ ਲਓ ਅਤੇ ਪਰ ਸਾਡੀ ਜਿਹੜੀ ਮੌਰਗੇਜ ਹੈ ਕਿਸੇ ਬੈਂਕ ਤੋਂ ਕਰਵਾ ਦਿਓ। ਮੈਂ ਕਹਿ ਰਹਿਣਾ ਵੀ ਮੇਰਾ ਲਾਇਸੈਂਸ ਪਹਿਲਾਂ ਤੁਹਾਡੀ ਮੌਰਗੇਜ ਬਾਅਦ ਦੇ ਵਿੱਚ ਜੀ, ਠੀਕ ਹੈ। ਸੋ ਇਹ ਜ਼ਰੂਰੀ ਨਹੀਂ ਹੁੰਦਾ ਵੀ ਪੈਸੇ ਦੇ ਕੇ ਹੀ ਤੁਹਾਡਾ ਕੋਈ ਬ੍ਰੋਕਰ ਕੋਈ ਤੁਹਾਡੀ ਜਿਹੜੀ ਆ ਮੌਰਗੇਜ ਕਰ ਦੇਵੇ। ਬਟ ਇੱਥੇ ਮੈਂ ਕਈ ਵਾਰੀ ਕਲਾਇੰਟ ਨੂੰ ਵੀ ਕਹਿ ਦਿੰਦਾ ਹੁੰਦਾ ਵੀ ਜਾਂ ਕਲਾਇੰਟ ਦਾ ਵੀ ਕਈ ਵਾਰੀ ਦੋਸ਼ ਆ, ਕਲਾਇੰਟ ਕਈ ਵਾਰੀ ਪੈਸੇ ਚੱਕ ਕੇ ਸਾਡੇ ਮਗਤਰੇ ਫਿਰਦੇ ਨੇ ਜੀ, ਸਾਤੋਂ 3,000 ਲੈ ਲਓ, ਸਾਡੇ 2,000 ਲੈ ਲਓ। ਜੇ ਅਸੀਂ ਕਹਿੰਦੇ ਹਾਂ ਵੀ ਨਹੀਂ ਤੁਸੀਂ ਬੈਂਕ ਨਾਲ ਨਹੀਂ ਜਿਹੜਾ ਪ੍ਰੂਵ ਹੋ ਸਕਦੇ, ਨਹੀਂ ਜੀ ਤੁਸੀਂ ਜੋ ਮਰਜ਼ੀ ਕਰੋ, ਤੁਸੀਂ ਪੈਸੇ ਲੈ ਲਓ ਸਾਡੇ ਕੋਲੋਂ। ਅਤੇ ਇੱਥੇ ਮੈਂ ਇਹ ਕਹਿਣਾ ਚਾਹੁੰਦਾ ਹੁੰਦਾ ਕਿ ਜਦੋਂ ਤੁਸੀਂ ਕੋਈ ਕਿਸੇ ਵੀ ਬ੍ਰੋਕਰ ਨੂੰ ਮਿਲਦੇ, ਡੋਂਟ ਇਨਵੋਲਵ ਐਨੀ ਮਨੀ ਜੀ। ਜਦੋਂ ਕੋਈ ਬ੍ਰੋਕਰ ਨੂੰ ਵੀ ਕੋਈ ਫੀਸ ਵਗੈਰਾ ਦੀ ਗੱਲਬਾਤ ਕਰਦਾ ਬ੍ਰੋਕਰ, ਤਾਂ ਉਹਨੂੰ ਕਦੇ ਵੀ ਕੈਸ਼ ਨਾ ਦਿਓ, ਇੱਕ ਲੈਟਰ ਆਫ ਡਾਇਰੈਕਸ਼ਨ ਹੁੰਦਾ। ਸੋ ਲੈਟਰ ਆਫ ਡਾਇਰੈਕਸ਼ਨ ਦੇ ਵਿੱਚ ਜਿਹੜਾ ਬ੍ਰੋਕਰ ਆ ਪ੍ਰੋਪਰਲੀ ਮੈਂਸ਼ਨ ਕਰੇ ਕਿੰਨੀ ਬ੍ਰੋਕਰ ਫੀਸ ਆ। ਕਈ ਵਾਰ ਕੀ ਹੁੰਦਾ, ਮੈਂ ਸਟੋਰੀਆਂ ਬੜੀਆਂ ਸੁਣਦਾ, ਉਹ ਲੋਅਰ ਦੇ ਜਾ ਕੇ ਪਤਾ ਲੱਗਦਾ ਵੀ ਜੇ 5,000 ਬ੍ਰੋਕਰ ਫੀਸ ਆ ਜੀ, ਇਹ 7,000 ਬ੍ਰੋਕਰ ਫੀਸ ਆ। ਉਹ ਕਈ ਕੀ ਕਰਦੇ ਨੇ, ਉਹ ਪੇਪਰਾਂ ਦੇ ਵਿੱਚ ਇੱਥੇ ਸੈਨ ਕਰਦੇ, ਇੱਥੇ ਸੈਨ ਕਰਦੇ, ਸੈਨ ਕਰ, ਉਹ ਪਤਾ ਹੀ ਲੱਗਦਾ ਕਲਾਇੰਟ ਨੂੰ ਵੀ ਕਿੰਨੀ ਕੁ ਫੀਸ ਲੱਗੀ ਜੀ। ਸੋ ਜਿਵੇਂ ਇਹਨਾਂ ਨੇ ਕਿਹਾ ਹੈਗਾ ਮੁੰਡੀ ਹੋਣਾ, ਮੁੰਡੀ ਸਾਹਿਬ ਹੋਣਾ ਨੇ ਕਿ ਮੈਂ ਫੀਸ ਦੀ ਗੱਲ ਕੀਤੀ ਆ, ਇਹ ਉਹ ਕੀਤੀ ਕਿ ਜਿਹੜੇ ਕੋਲ ਪ੍ਰੋਪਰ ਡਾਕੂਮੈਂਟੇਸ਼ਨ ਨਹੀਂ ਆ ਜੀ, ਉੱਥੇ ਕਈ ਵਾਰੀ ਉਹਨਾਂ ਨੂੰ ਆਪਣਾ ਜਿਹੜਾ ਬ੍ਰੋਕਰ ਆ ਮੁੜ ਗਿਆ ਬ੍ਰੋਕਰ ਨੂੰ ਆਪਣਾ ਕਮਿਸ਼ਨ ਬਾਇੰਡ ਕਰਨਾ ਪੈਂਦਾ ਬੈਂਕ ਦੇ ਨਾਲ, ਭਈ ਅਸੀਂ ਇੰਨਾ ਕਮਿਸ਼ਨ ਨਹੀਂ ਆ ਤਾਂ ਆਹ ਜਿਹੜਾ ਇੰਟਰਸਟ ਰੇਟ ਆ ਤੁਸੀਂ ਇਹਨੂੰ ਦੇ ਦਿਉ। ਐਂਡ ਉੱਥੇ ਮੈਂ ਕਹਿੰਦਾ ਕਿ ਜਿਹੜਾ ਮੁੜ ਗਿਆ ਬ੍ਰੋਕਰ ਆ ਜੇ ਐਡਾ ਰਿਸਕ ਲੈ ਰਿਹਾ, ਇੰਨਾ ਕੰਮ ਕਰਕੇ ਜਾ ਰਿਹਾ, ਜੇ ਉਹ $1,000 ਚਾਰਜ ਕਰਦਾ ਦੇ ਦਿਓ, ਪਰ ਤੁਹਾਡਾ 5 ਸਾਲ ਦੇ ਵਿਆਜ ਦੇ ਵਿੱਚ $15,000-$20,000 ਬਚ ਜਾਂਦਾ ਜੀ, ਜਿਹੜੇ ਤੁਸੀਂ ਪ੍ਰੋਪਰ ਕੈਲਕੂਲੇਸ਼ਨ ਕਰਦੇ। ਮੈਂ ਇਸ ਹੱਕ 'ਚ ਨਹੀਂ ਵੀ ਕਿਸੇ ਬ੍ਰੋਕਰ ਨੂੰ ਬ੍ਰੋਕਰ ਫੀਸ ਦਿਓ, ਕਿਉਂ? ਕਿਉਂਕਿ ਚਾਹੇ ਤੁਹਾਡਾ ਬ੍ਰੋਕਰ ਕਿੰਨਾ ਵੀ ਤੁਹਾਡੇ ਲਈ ਜਿਹੜਾ ਬਾਏ ਡਾਊਨ ਕਰਕੇ ਦੇ ਰਿਹਾ, ਇਹ ਉਹਦੀ ਡਿਊਟੀ ਹੈ, ਦੈਟਸ ਇਜ਼ ਉਹਦੀ ਰਿਸਪੋਂਸੀਬਿਲਟੀ ਬਣਦੀ ਹੈ, ਤੁਹਾਨੂੰ ਬੈਟਰ ਤੋਂ ਬੈਟਰ ਰੇਟ ਮਾਰਕੀਟ ਪਲੇਸ ਦੇ ਵਿੱਚ ਲੈ ਕੇ ਦੇਵੇ। ਪਰ ਡੋਂਟ ਇਨਵੋਲਵ ਬ੍ਰੋਕਰ ਫੀਸ, ਕਿਉਂਕਿ ਬੈਂਕ ਤਾਂ ਸਾਨੂੰ ਆਲਰੇਡੀ ਵਧੀਆ ਰੇਟ ਵਧੀਆ ਪੈਸੇ ਦੇ ਦਿੰਦੀ ਹੈ। ਸਾਡੀਆਂ ਗੱਲਾਂ ਬਾਤਾਂ ਜੀ ਇਸੇ ਤਰ੍ਹਾਂ ਜਾਰੀ ਰਹਿਣਗੀਆਂ। ਸੋ ਮੇਨ ਹੈ ਕਿ ਤੁਸੀਂ ਅੱਜ ਜ਼ਰੂਰ ਇਸ ਤੋਂ ਲਾਹਾ ਲਵੋਗੇ, ਔਰ ਜਿਹੜੇ ਆਲੇ ਦੁਆਲੇ ਜਦੋਂ ਤੁਸੀਂ ਐਡਵਰਟਾਈਜ਼ਮੈਂਟ ਸੁਣਦੇ ਹੋ, ਸਾਡੀ ਹਮੇਸ਼ਾ ਕੋਸ਼ਿਸ਼ ਇਹ ਰਹੀ ਹੈ ਕਿ ਇੱਕ ਐਡਵਰਟਾਈਜ਼ਰ ਸੀਗਾ ਜੀ ਮੁੰਡੀ ਸਾਹਿਬ, ਤੁਹਾਨੂੰ ਵੀ ਪਤਾ, ਮੇਰੇ ਕੋਲ ਉਹ ਆਏ ਅਤੇ ਜਦੋਂ ਫਿਰ ਮੈਂ ਉਹਨਾਂ ਦਾ ਸੱਜੇ ਖੱਬੇ ਰੈਪੂਟੇਸ਼ਨ ਦੇਖਿਆ ਤਾਂ ਮੈਂ ਆਪ ਹੱਥ ਜੋੜੇ, ਮੈਂ ਕਹਿੰਦੀ ਭਾਈ, ਕਿਉਂਕਿ ਆਪਾਂ ਰੋਜ਼ ਕੈਮਰੇ 'ਤੇ ਬਹਿਣਾ, ਰੋਜ਼ ਮਾਈਕ 'ਤੇ ਬਹਿਣਾ, ਜੇ ਅਸੀਂ ਤੁਹਾਡੀ ਜਗ੍ਹਾ ਹੋਈਏ ਜਿੱਥੇ ਠੱਗੇ ਜਾਈਏ, ਅਸੀਂ ਕੀ ਮਹਿਸੂਸ ਕਰਾਂਗੇ? ਸਮਾਜ ਦੇ ਵਿੱਚ ਜਿਹੜਾ ਨੇ ਉਹ, ਜੇ 20 ਬੰਦੇ ਗੰਦ ਪਾ ਰਹੇ ਨੇ, ਇੱਕ ਬੰਦਾ ਸਫਾਈ ਵਾਲਾ ਹੋਵੇ ਨਾ, ਬਹੁਤ ਫਰਕ ਪੈਂਦਾ। ਜੇ 20 ਗੰਦ ਪਾ ਰਹੇ ਨੇ, ਕਿਵੇਂ ਤੁਸੀਂ ਵੀ ਨਾਲ ਰਲ ਜਾਓ, ਕਿਉਂਕਿ ਬਹੁਤਾ ਫਰਕ ਨਹੀਂ ਪੈਣਾ। ਸੋ ਮੇਨ ਹੈ ਕਿ ਅਸੀਂ ਅਵੇਅਰਨੈਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਸਾਡਾ ਨਿੱਜੀ ਤੌਰ ਦੇ ਉੱਪਰ ਕਿਸੇ ਦੇ ਨਾਲ ਕੋਈ ਵਾਹ ਵਾਸਤਾ ਨਹੀਂ। ਪਰ ਹਾਂ, ਇੱਕ ਬ੍ਰੇਕ ਤੋਂ ਬਾਅਦ ਆਪਾਂ ਜ਼ਰੂਰ ਗੱਲਬਾਤ ਕਰਨੀ ਹੈ। ਮੈਂ ਕੁਝ ਰੀਅਲ ਸਟੇਟ ਏਜੰਟ ਜਿਹੜੇ ਹੁਣ ਨੇ ਜੀ, ਅੱਜ ਤੋਂ ਤਾਂ 5-7 ਸਾਲ ਪਹਿਲਾਂ ਉਹਨਾਂ ਦੀ ਵਾਹ ਵਾਹ ਝੰਡੀ ਸੀਗੀ ਜੀ, ਉਹਨਾਂ ਦੇ ਬਾਰੇ ਮੈਨੂੰ ਸਟੋਰੀਆਂ ਪਤਾ ਲੱਗੀਆਂ ਜੀ। ਜਿਵੇਂ ਹੁਣ ਤੁਹਾਡੇ ਕੋਲ ਪ੍ਰੋਜੈਕਟ ਹੈਗਾ ਨਿਆਗਰਾ ਫਾਲ ਦੇ ਵਿੱਚ ਜੀ, ਅਤੇ ਉਹਨਾਂ ਨੇ ਜੀ ਰੀਅਲ ਸਟੇਟ ਵਾਲਿਆਂ ਨੂੰ ਫੋਨ ਕਰਨਾ ਜੀ ਕਿ ਮੈਂ ਪ੍ਰੋਪਰਟੀ ਦੇਖਣੀ ਨਿਆਗਰਾ ਫਾਲ ਜੀ। ਉਹਨਾਂ ਨੇ ਜੀ ਆਪਣੀ ਕਾਰ ਦੇ ਵਿੱਚ ਰੀਅਲ ਸਟੇਟ ਵਾਲੇ ਦੇ ਨਾਲ ਉੱਥੇ ਬਹਿ ਕੇ ਚੱਲ ਜਾਣਾ ਜੀ ਨਿਆਗਰਾ ਫਾਲ। ਉਹ ਤੋਂ ਕਹਿਣਾ ਵੀ ਜਦ ਹੁਣ ਇੱਥੇ ਤਾਂ ਆਪਾਂ ਆਏ ਹਾਂ ਯਾਰ, ਆ ਪਰਲੇ ਪਾਸੇ ਫਾਲ ਵੀ ਦੇਖ ਆਈਏ, ਪ੍ਰੋਪਰਟੀ ਕੋਈ ਨਹੀਂ ਲੈਣੀ ਹੁੰਦੀ, ਉਹ ਰੀਅਲ ਸਟੇਟ ਦੀ ਕਾਰ ਦੇ ਵਿੱਚ ਬਹਿ ਕੇ ਅਤੇ ਜਾ ਕੇ ਨਿਆਗਰਾ ਫਾਲ ਵੀ ਦੇਖ ਆਉਣਾ। ਜੇ ਕਿਤੇ ਇੱਥੇ ਘਰ ਦਿਖਾਉਣ ਗਏ ਹਾਂ ਬ੍ਰੈਂਪਟਨ ਦੇ ਵਿੱਚ, ਕਹਿੰਦਾ 2 ਮਿੰਟ ਰੋਕੀ ਯਾਰ, ਮੈਂ ਦੁੱਧ ਦੇ 2 ਬੈਗ ਫੜ ਲਿਆ ਜੀ। ਉਹ ਇਸ ਢੰਗ ਦੇ ਨਾਲ ਰੀਅਲ ਸਟੇਟ ਵਾਲਿਆਂ ਨੂੰ ਮਿਸ ਯੂਜ਼ ਕਰਦੇ ਰਹੇ ਨੇ ਜੀ, ਅੱਜ ਕੱਲ੍ਹ ਉਹ ਆਪ ਰੀਅਲ ਸਟੇਟ ਏਜੰਟ ਨੇ ਜੀ। ਖੈਰ, ਤੁਹਾਨੂੰ ਕਿਹੋ ਜਿਹੀਆਂ ਦਿੱਕਤਾਂ ਆਉਂਦੀਆਂ ਨੇ ਆਪਾਂ ਉਹ 'ਤੇ ਵੀ ਗੱਲਬਾਤ ਕਰਨੀ ਹੈ। ਤੁਹਾਡੇ ਮਨ ਦੇ ਵਿੱਚ ਦੋਸਤੋ ਕੋਈ ਸਵਾਲ ਆ ਤਾਂ 416-640-0200 'ਤੇ ਗੱਲਬਾਤ ਕਰ ਸਕਦੇ ਹੋ। ਮੈਨੂੰ ਪਤਾ ਕਿ ਬਹੁਤੇ ਸਵਾਲ ਜਿਹੜੇ ਨੇ ਇਹੋ ਜਿਹੇ ਇਸ਼ੂਜ਼ ਦੇ ਵਿੱਚ ਹੁੰਦੇ ਨਹੀਂ, ਪਰ ਅਸੀਂ ਵੱਧ ਤੋਂ ਵੱਧ ਜਾਣਕਾਰੀ ਜਿਹੜੀ ਹੈ ਜੀ ਉਹ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਕ ਕਮਰਸ਼ੀਅਲ ਬ੍ਰੇਕ ਤੋਂ ਤੁਰੰਤ ਬਾਅਦ ਵਾਪਸ ਪਰਤ ਫਿਰ ਸਵਾਗਤ। ਉਮੀਦ ਹੈ ਕਿ ਹੁਣ ਤੱਕ ਦਾ ਪ੍ਰੋਗਰਾਮ ਤੁਹਾਨੂੰ ਜ਼ਰੂਰ ਚੰਗਾ ਲੱਗਾ ਹੋਵੇਗਾ। ਅੱਜ ਦਾ ਇਹ ਪ੍ਰੋਗਰਾਮ ਫਲਾਇੰਗ ਫੈਸ਼ਨ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ। ਸੋ ਫਲਾਇੰਗ ਫੈਸ਼ਨ ਦੇ ਉੱਪਰ ਬਲੈਕ ਫਰਾਈਡੇ ਸੇਲ ਜਿਹੜੀ ਹੈ ਲੱਗ ਚੁੱਕੀ ਆ। ਇਸ ਬਲੈਕ ਫਰਾਈਡੇ ਸੇਲ ਦੀਆਂ ਕੀਮਤਾਂ ਦਾ ਫਾਇਦਾ ਉਠਾਉਣ ਲਈ ਤੁਹਾਨੂੰ ਗ੍ਰੀਨ ਪਲਾਜ਼ਾ ਮਾਰਟ ਦੇ ਵਿੱਚ ਪਹੁੰਚਣਾ ਹੋਵੇਗਾ।
905-694-9797 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸੋ ਜਿਹੜਾ ਪ੍ਰੋਗਰਾਮ ਦਾ ਸਮਾਂ ਲਾਈਵ ਸਰਦਾਰੀ ਲਾਈਵ ਦਰਾਣਾ ਸਿੱਧੂ ਜਾਂ ਫਿਰ ਜਿਹੜੇ ਸਤਪਾਲ ਜੌਹਲ ਹੋਰਾਂ ਦੇ ਨਾਲ ਪ੍ਰੋਗਰਾਮ ਤੁਸੀਂ ਸੋਮਵਾਰ ਤੇ ਮੰਗਲਵਾਰ ਦੇਖਦੇ ਹੋ। ਸੋ ਜਿਹੜੇ ਮੰਡੇ ਟੂ ਫਰਾਈਡੇ ਇਹ ਪ੍ਰੋਗਰਾਮ 8 ਵਜੇ ਤੋਂ ਲੈ ਕੇ 9:30 ਤੱਕ ਪੇਸ਼ ਕੀਤਾ ਜਾਂਦਾ ਸੀ, ਹੁਣ 7 ਵਜੇ ਤੋਂ ਲੈ ਕੇ ਅਤੇ 8:30 ਵਜੇ ਤੱਕ ਹੋਇਆ ਕਰੇਗਾ। ਜਿਹੜੀਆਂ ਖਬਰਾਂ ਤੁਸੀਂ ਪਹਿਲਾਂ 7:30 ਦੇਖਦੇ ਹੁੰਦੇ ਸੀ ਉਹ ਖਬਰਾਂ ਤੁਸੀਂ ਇਸ ਸ਼ੋਅ ਤੋਂ ਤੁਰੰਤ ਬਾਅਦ ਜਿਹੜੀਆਂ ਉਹ ਦੇਖ ਸਕਿਆ ਕਰੋਗੇ। 8:30 ਵਜੇ ਤੁਸੀਂ ਉਹ ਹਿੰਦੀ ਪੰਜਾਬੀ ਦੇ ਵਿੱਚ ਖਬਰਾਂ ਆਇਆ ਕਰਨਗੀਆਂ। ਉਸ ਤੋਂ ਬਾਅਦ ਇਨਸਾਈਡ ਸਟੋਰੀ ਵਿਦ ਸੁਰਿੰਦਰ ਸਿੰਘ ਉਹ ਤੁਸੀਂ ਦੇਖ ਸਕਿਆ ਕਰੋਗੇ। ਉਸ ਤੋਂ ਬਾਅਦ ਤੁਸੀਂ 9:30 ਵਜੇ ਫਿਲਮ ਦੇਖ ਸਕਿਆ ਕਰੋਗੇ। ਸਟੂਡੀਓ ਕਾਲ ਕਰਨ ਵਾਸਤੇ ਏਅਰ 'ਤੇ ਕਾਲ ਕਰਨ ਵਾਸਤੇ ਫੋਨ ਆ ਜੀ 416-640-0200 ਅਤੇ 647-7620। ਅਤੇ ਜੇ ਤੁਸੀਂ ਸਟੂਡੀਓ ਗੱਲਬਾਤ ਕਰਨੀ ਹੁੰਦੀ ਹੈ ਤਾਂ ਫਿਰ 416-741-9600 5 ਵਜੇ ਤੱਕ ਕਿਸੇ ਹੋਰ ਤੁਸੀਂ ਜਾਣਕਾਰੀ ਵਾਸਤੇ ਸੰਪਰਕ ਕਰ ਸਕਦੇ ਹੋ। ਤਰਵਿੰਦਰ ਸਾਹਿਬ, ਮੈਂ ਤੁਹਾਨੂੰ ਸਵਾਲ ਕਰਨਾ ਚਾਹਾਂਗਾ ਕਿ ਇੱਕ ਆਮ ਤੌਰ ਦੇ ਉੱਪਰ ਹੁੰਦਾ ਕਿ ਕੈਸ਼ਬੈਕ, ਹਾਂਜੀ, ਬੈਂਕਾਂ ਜਿਹੜੀਆਂ ਨੇ ਉਹ ਇਹ ਪ੍ਰੋਡਕਟ ਜਿਹੜੇ ਨੇ ਉਹ ਪ੍ਰਮੋਸ਼ਨ 'ਤੇ ਲਾਏ ਹੁੰਦੇ ਨੇ, ਜੇ ਵੀ ਤੁਸੀਂ ਸਾਡੇ ਕੋਲ ਮੋਰਗੇਜ ਕਰਵਾਉਂਦੇ ਹੋ ਤਾਂ ਕੈਸ਼ਬੈਕ ਲੈ ਸਕਦੇ ਹੋ। ਆਮ ਤੌਰ ਦੇ ਉੱਪਰ ਬੈਂਕਾਂ ਸਿੱਧੀਆਂ ਐਡਵਰਟਾਈਜ਼ਮੈਂਟ ਘੱਟ ਕਰਦੀਆਂ ਨੇ, ਜਿਹੜੇ ਬ੍ਰੋਕਰ ਨੇ ਏਜੰਟ ਨੇ ਉਹ ਐਡਵਰਟਾਈਜ਼ ਕਰਦੇ ਨੇ ਕਿ ਤੁਸੀਂ ਕੈਸ਼ਬੈਕ ਲੈ ਸਕਦੇ ਹੋ ਜਿੰਨੇ ਤੁਸੀਂ ਮੋਰਗੇਜ ਲੈਂਦੇ ਹੋ 9% ਤੁਹਾਨੂੰ ਕੈਸ਼ਬੈਕ। ਕੀ ਇਹੋ ਜਿਹੀਆਂ ਡੀਲਸ ਦੇ ਵਿੱਚ ਫਸਣਾ ਚਾਹੀਦਾ ਜਾਂ ਫਿਰ ਇਹ ਲਾਹੇਵੰਦ ਹੁੰਦੀਆਂ ਨੇ ਜਾਂ ਫਿਰ ਇਹਦੇ ਵਿੱਚ ਵੀ ਗੇੜਾ ਹੋ ਜਾਂਦਾ? ਦੇਖੋ, ਪਹਿਲੀ ਤਾਂ ਗੱਲ, ਜਦੋਂ ਵੀ ਤੁਸੀਂ ਕੈਸ਼ਬੈਕ ਮੋਰਗੇਜ ਲੈਂਦੇ ਆ ਉਦੋਂ ਤੁਹਾਨੂੰ ਬੈਸਟ ਰੇਟ ਨਹੀਂ ਮਿਲਦਾ ਮਾਰਕੀਟ ਪਲੇਸ ਦੇ ਵਿੱਚ। ਜਿਹੜਾ ਰੇਟ ਆ ਉਹ ਤੁਹਾਨੂੰ ਪੋਸਟਡ ਰੇਟ ਮਿਲਦਾ ਹੈਗਾ। ਫਾਰ ਐਗਜ਼ਾਮਪਲ, ਜੇ ਬੈਸਟ ਰੇਟ ਦੀ ਅੱਜ ਗੱਲਬਾਤ ਕਰੀਏ ਤਾਂ 2.99 ਵੀ ਹੈ, 2.99 ਵੀ ਹੋ ਸਕਦਾ। ਬਟ ਜੇ ਇੱਥੇ ਕੈਸ਼ਬੈਕ ਦੀ ਗੱਲ ਆ ਜਾਂਦੀ ਹੈ 5%, ਤਾਂ ਉਹਦਾ ਜਿਹੜਾ ਰੇਟ ਆ ਉਹ 4.79 'ਤੇ ਚਲਾ ਜਾਂਦਾ ਹੈਗਾ। ਅੱਛਾ, ਸੋ ਇਹਦਾ ਇੱਕ ਡਿਸਐਡਵਾਂਟੇਜ ਇਹ ਆ ਕਿ ਜਦੋਂ ਵੀ ਤੁਸੀਂ ਕੈਸ਼ਬੈਕ ਮੋਰਗੇਜ ਲੈਂਦੇ ਹੋ ਤਾਂ ਜਦੋਂ ਤੁਸੀਂ ਇਹਨੂੰ ਤੁੜਵਾਉਂਦੇ ਹੋ, ਰੀਫਾਈਨੈਂਸ ਕਰਾਉਂਦੇ ਹੋ, ਤਾਂ ਇੱਕ ਤਾਂ ਤੁਹਾਨੂੰ ਜਿਹੜੀ ਰੈਗੂਲਰ ਪੈਨਲਟੀ ਪਲੱਸ ਪ੍ਰੋਰੇਟਡ ਵਾਪਸ ਕਰਨਾ ਪੈਂਦਾ ਹੈਗਾ। ਜੋ ਵੀ ਕੈਸ਼ਬੈਕ ਤੁਸੀਂ ਲਿਆ ਉਹ ਬੈਂਕ ਨੂੰ ਵਾਪਸ ਕਰਨਾ ਪੈਂਦਾ। ਠੀਕ ਹੈ। ਸੋ ਦੂਸਰਾ ਇਹ ਹੈਗਾ ਕਿ ਜਦੋਂ ਤੁਸੀਂ ਈਵਨ ਲੈਂਦੇ ਵੀ ਹੋ ਕੈਸ਼ਬੈਕ ਮੋਰਗੇਜ, ਇਹਦਾ ਇੱਕ ਫਾਇਦਾ ਉਹਨਾਂ ਲੋਕਾਂ ਨੂੰ ਆ ਜਿਹੜੇ ਲੋਕ ਜਿਹਨਾਂ ਕੋਲ ਪੈਸੇ ਨਹੀਂ ਹੁੰਦੇ, ਠੀਕ ਹੈ, ਅਤੇ ਜਾਂ ਜਿਹਨਾਂ ਲੋਕਾਂ ਕੋਲ 5% ਕੈਸ਼ਬੈਕ ਹੁੰਦਾ ਅਤੇ ਬਾਅਦ ਦੇ ਵਿੱਚ ਪੈਸੇ ਚਾਹੀਦੇ ਹੁੰਦੇ ਨੇ, ਸਾਰੇ ਪੈਸੇ ਜਿਹੜੇ ਆ ਉਹ ਖਰੀਦ ਕੇ ਘਰ ਲੈ ਲਿਆ ਅਤੇ ਜਿਹੜਾ ਹੁਣ ਵਿੱਚ ਸਮਾਨ ਪਾਉਣਾ ਤਾਂ ਉਸ ਪੈਸੇ ਨਾਲ ਸਮਾਨ ਲੈ ਲਓ, ਉਸ ਪੈਸੇ ਨਾਲ ਉਹ ਸਮਾਨ ਲੈ ਸਕਦੇ ਨੇ ਜਾਂ ਕੋਈ ਰੈਨੋਵੇਸ਼ਨ ਕਰਾਉਣੀ ਆ ਉਹ ਕਰ ਸਕਦੇ ਨੇ ਜੀ। ਪਰ ਇੱਥੇ ਕਈ ਵਾਰ ਜਿਹੜਾ ਕੈਸ਼ਬੈਕ ਦੀ ਆਪਾਂ ਪਹਿਲਾਂ ਵੀ ਸਟੋਰੀਆਂ ਸੁਣਦੇ ਹਾਂ ਜੀ, ਬ੍ਰੋਕਰ ਖਾ ਗਿਆ ਕੈਸ਼ਬੈਕ ਜਾਂ ਕੋਈ ਹੋਰ ਖਾ ਗਿਆ, ਸੋ ਇਹ ਪਹਿਲਾਂ ਇੱਕ ਮੈਨੂੰ ਸਟੋਰੀਆਂ ਵੀ ਸੁਣਨ ਹੋਈਆਂ, ਜਿਵੇਂ ਤੁਸੀਂ ਵੀ ਬ੍ਰੇਕ ਵੇਲੇ ਕਿਹਾ ਸੀਗਾ, ਅਤੇ ਯੈਸ ਇਹ ਸਟੋਰੀਆਂ ਹੋਈਆਂ ਨੇ। ਪਰ ਜਿਹੜਾ ਹੁਣ ਬੈਂਕ ਨੇ ਕਰਤਾ ਹੈਗਾ ਕੈਸ਼ਬੈਕ, ਨਾ ਤਾਂ ਕਿਸੇ ਲੋਅਰ ਦੇ ਕੋਲ ਜਾਂਦਾ ਨਾ ਕਿਸੇ ਮੋਰਗੇਜ ਬ੍ਰੋਕਰ ਕੋਲ ਆਉਂਦਾ। ਜਿਹੜਾ ਕੈਸ਼ਬੈਕ ਆ ਜੋ ਤੁਹਾਡੀ ਮੋਰਗੇਜ ਕਲੋਜ਼ ਹੋ ਜਾਂਦੀ ਆ, ਉਸ ਤੋਂ ਬਾਅਦ ਜਿਹੜਾ ਬੈਂਕ ਆ ਉਹ ਤੁਹਾਡੇ ਅਕਾਊਂਟ ਦੇ ਵਿੱਚ ਕੈਸ਼ਬੈਕ ਪਾ ਦਿੰਦਾ ਹੈਗਾ, ਉਹਨੂੰ ਤੁਸੀਂ ਯੂਜ਼ ਕਰ ਸਕਦੇ ਹੋ, ਹੁਣ ਤੁਸੀਂ ਇਸਤੇਮਾਲ ਕਰ ਸਕਦੇ ਹੋ ਜਾਂ ਫਿਰ ਤੁਸੀਂ ਉਹਨੂੰ ਬੈਂਕ ਦੇ ਵਿੱਚ ਪਿਆ ਰਹਿਣ ਦਿਓ ਜਿਹਦੇ ਵਿੱਚ ਬੈਂਕ ਆਪਣੀਆਂ ਕਿਸ਼ਤਾਂ ਕੱਢੀ ਜਾਵੇ। ਦੈਟਸ ਰਾਈਟ। ਮੁੰਡੀ ਸਾਹਿਬ, ਜਿਹੜਾ ਨਿਆਗਰਾ ਫਾਲ ਦੇ ਵਿੱਚ ਜਿਹੜਾ ਤੁਹਾਡਾ ਜਿਹੜਾ ਪ੍ਰੋਜੈਕਟ ਆ, ਹੁਣ ਆਪਾਂ ਥੋੜ੍ਹੀ ਜਿਹੀ ਉਹਦੀ ਗੱਲਬਾਤ ਕਰ ਲਈਏ। ਨਿਆਗਰਾ ਫਾਲ ਦੇ ਵਿੱਚ ਤੁਸੀਂ ਮੇਰੇ ਖਿਆਲ ਪਿਛਲੇ 1.5 ਸਾਲ ਤੋਂ ਵੇਚ ਰਹੇ, ਹੁਣ ਤੱਕ ਕਿੰਨੇ ਕੁ ਘਰ ਉੱਥੇ ਵੇਚਤੇ ਤੁਸੀਂ ਬ੍ਰੈਂਪਟਨ ਤੋਂ ਬੰਦੇ ਲਿਜਾ ਕੇ? ਜਦੋਂ ਅਸੀਂ ਸ਼ੁਰੂ ਕੀਤਾ ਸੀਗਾ ਜੀ, ਜੇ ਨਿਆਗਰਾ ਫਾਲ ਦੀ ਕਮਿਊਨਿਟੀ ਦੇਖਾਂ ਤੇ ਪੰਜਾਬੀ ਇੰਨੀ ਕੁ ਪਰਸੈਂਟੇਜ ਤੇ ਹੁੰਦੇ ਨੇ, 5-6% ਦੇ ਵਿੱਚ ਉੱਥੇ ਪੰਜਾਬੀ ਆਪਣੇ ਹੋਣਗੇ ਜਿਹੜੇ ਪਰਿਵਾਰ ਨੇ। ਔਰ ਜਦੋਂ ਜਿਹੜਾ ਵੀ ਅਸੀਂ ਉੱਥੇ ਫੇਸ ਲਾਂਚ ਕੀਤਾ, ਚਾਹੇ ਫੇਸ 1, ਫੇਸ 2, ਫੇਸ 3, ਪਹਿਲੀ ਵਾਰ ਬਿਲਡਰ ਦੀ ਸੋਚ ਸੀ ਕਿ ਉੱਥੇ 40 ਕੁ ਘਰ ਸਾਲ ਦੇ ਵਿੱਚ। ਜਦੋਂ ਅਸੀਂ ਫੇਸ 1 ਖੋਲ੍ਹਿਆ, $2,14,000 ਪ੍ਰਾਈਸ ਸੀ, ਡੀਟੈਚ ਹਾਊਸ ਸੀ, ਔਰ ਅਸੀਂ ਫੇਸ 1 ਸਾਰਾ ਹੀ ਇੱਥੇ ਆਪਣੇ ਆਫਿਸ ਦੇ ਵਿੱਚ ਵੇਚ ਗਏ। ਔਰ ਜਦੋਂ ਬਿਲਡਰ ਨੇ ਉੱਥੇ ਜਾ ਕੇ ਡੋਰ ਖੋਲ੍ਹੇ ਤਾਂ ਦੇਖਿਆ ਕਿ ਉੱਥੇ ਲਾਈਨਾਂ ਲੱਗੀਆਂ ਹੋਈਆਂ ਸੀਗੀਆਂ ਜੀ। ਉੱਥੇ ਬਹੁਤ ਸਾਰੀਆਂ ਡਿਫਰੈਂਟ ਕਮਿਊਨਿਟੀ ਸੀ, ਕਿਉਂਕਿ ਉਹਨਾਂ ਨੇ ਨਿਆਗਰਾ ਫਾਲ 'ਚ ਵੀ ਐਡ ਕਰਤੀ, ਔਰ ਲੋਕ ਬਹੁਤ ਜ਼ਿਆਦਾ ਅਪਸੈਟ ਹੋਏ ਉਸ ਚੀਜ਼ ਦੇ ਉੱਤੇ। ਜਦੋਂ ਫੇਸ 2 ਖੋਲ੍ਹਿਆ, ਲੋਕ 6 ਦਿਨ ਪਹਿਲਾਂ ਜਾ ਕੇ ਸੌਂ ਗਏ ਜੀ ਉੱਥੇ। ਦੈਨ ਬਿਲਡਰ ਨੇ ਰੀਅਲਾਈਜ਼ ਕੀਤਾ ਕਿ ਇੰਨੀ ਜ਼ਿਆਦਾ ਹਾਈ ਡਿਮਾਂਡ, 40 ਘਰ ਸੋਚਦੇ ਸੀ ਸਾਲ 'ਚ ਬਣਾਉਣੇ, 400 ਘਰ ਤਿਆਰ ਕਰ ਦਿੱਤਾ ਜੀ। ਔਰ ਜਿਹੜਾ ਅਸੀਂ ਐਡਵਰਟਾਈਜ਼ ਕਰਦੇ ਸੀ ਕਿ ਤੁਹਾਡਾ ਘਰ $1,300 'ਤੇ ਰੈਂਟ 'ਤੇ ਘਰ ਕੀਤਾ ਜਾਣਾ ਜੀ, ਕੋਈ $1,600 'ਤੇ ਚੜਿਆ, ਕੋਈ $2,200 'ਤੇ ਅਸੀਂ ਘਰ ਰੈਂਟ 'ਤੇ ਚੜਾਇਆ, ਕੋਈ 1,800 'ਤੇ। ਅਜੇ ਵੀ ਸਾਡੇ ਕੋਲ ਕੋਈ 150 ਦੇ ਕਰੀਬ ਲੋਕਾਂ ਦੀਆਂ ਈਮੇਲਸ ਪਈਆਂ ਕਿ ਸਾਨੂੰ ਘਰ ਰੈਂਟ ਦੇ ਉੱਤੇ ਚਾਹੀਦਾ। ਇੰਨੀ ਜ਼ਿਆਦਾ ਹਾਈ ਡਿਮਾਂਡ ਏਰੀਏ ਦੇ ਵਿੱਚ ਨਿਆਗਰਾ ਫਾਲਸ ਹੈਗਾ। ਦੈਨ ਵੀ ਰੀਅਲਾਈਜ਼ ਕਿ ਇੱਥੇ ਦੀ ਮਾਰਕੀਟ ਇੰਨੀ ਹੌਟ ਕਿਉਂ ਆ। ਓਨਟਾਰੀਓ ਗਵਰਨਮੈਂਟ ਦਾ ਜਿਹੜਾ ਇਕਨੋਮਿਕ ਡਿਪਾਰਟਮੈਂਟ ਹੈ, ਜਿਹੜੇ ਸਿਟੀ ਨੂੰ ਫੰਡਿੰਗ ਕਰਦੇ ਜਾਂ ਉੱਥੇ ਡਿਵੈਲਪਮੈਂਟ ਹੋਣੀ ਆ ਡਿਵੈਲਪਮੈਂਟ ਡਿਪਾਰਟਮੈਂਟ ਦੇ ਵਿੱਚ, ਦੈਨ ਮੈਂ ਜਿਹੜੀ ਨਿਆਗਰਾ ਫਾਲ ਦੀ ਸਿਟੀ ਆ ਉਹਨਾਂ ਦਾ ਜਿਹੜਾ ਡਿਵੈਲਪਮੈਂਟ ਡਿਪਾਰਟਮੈਂਟ ਆ ਉਹਨਾਂ ਦੇ ਨਾਲ ਮੀਟਿੰਗ ਕੀਤੀ, ਸਾਰੀ ਸਿਟੀ ਦਾ ਪਲਾਨ ਦੇਖਿਆ। ਰਾਣਾ ਜੀ,
सब तो बड़ी आउटलैट माल आ जी ब्रांडड आउटलैट माल आ वह उत्थे बन गई आ। उस तो अलावा जी उ दो तो लैके 3000 के करीब जी उ आने वाले 4 साल जॉब मूव होनी आ। हॉस्पिटल उत्थे बड़ा बन जा रहा जी जिद उन्होंने हैगी आस के 600-700 जी जॉब आ उ मूव होनी आ। सो नैगरा फॉल इस टाइम एक बूमिंग सिटी आ। मैं कहना साढ़े तो ट्रस्ट न करो, तुम सिटी ऑफ नैगरा फॉल्स के कोल जाओ, उन्होंने डिवेलपमेंट प्लैन कढ़ाओ, दैन यू थिंक कि यह जी हम जो घर असं 2014 के इस टाइम 280 का जी। सो जिन्होंने पहलिया के बुक किए ने उन्होंने दो दो घर बुक किए उत्थे जाके और उन्होंने घर असं लीज़ के भी उत्ते करके दते ने। हुण भी जिन्ना असं प्रोडक्ट बेचते हैं नाल ये कहने कि असं पेपर के उत्ते साइन कर दें तुहानू, जे तुसी क्लोजिंग ते जाके उन्हूं बेचना चाहुंदे आ असीं तुहाडे तों बायबैक कर लांगे, ठीक है, और तुहानूं 20000 डॉलर तुहाडे पैसे दे प्रॉफिट दे दांगे। और इन्नी शोर्टी दे नाल मेरा ख्याल कि कोई प्रोडक्ट नहीं बिकदा। और सानूं पता जदों तक 2 साल बाद तक क्लोजिंग होनी आ, जे किसी ने अज 2.5 लाख डॉलर का घर बाय किया तो उन्होंने घर आ 3.5 या 3.20 तक तो चले जाना जी प्राइस वाइज। ये जो साइज़ ने ये कि टाउन हाउसिज ने या फिर सैमी डिटैच घर ने या फिर डिटैच घर ने? ये जिहड़ा बिल्डर आ जी एक कस्टम घर बनाउंदा, इत्थे जिहड़ा मैं देखिया 2500 स्क्वेयर फुट का घर आ, वह उस इस हिसाब के नाल उन्होंने लेयर डिजाइन की है। मेरे नाल जगदीश करेवाल भी गए थे, उन्होंने भी मैं दिखाया, उन्होंने भी देख के अखा खुलियां रह गईं कि आ 1600 स्क्वेयर फुट लगता इदा इदा 3000 स्क्वेयर फुट होंदा। और मैं ये कहना कि तुसी ब्लाइंडली कुछ ना पाए करो, सिर्फ तुसी एक अपनी जिंदगी दे विच 4 घंटे कढ़ो एक दिन दे विच। नैगरा फॉल्स दे विच चलो असी उस पर जाके शॉपिंग तो नहीं तुहाडी करवा सकते, पर इन्ना पे इधरले पासे तुहानू लंच जरूर खिलावांगे, तुहानू चाह पानी पिलावांगे, तुहानू सारा एरिया दिखावांगे। 6-7 मिनट की ड्राइव ब्रॉक यूनिवर्सिटी की, उत्थों 2 मिनट की ड्राइव हाईवे की आ, 4 मिनट की ड्राइव गुरु घर की आ, 4 मिनट की ड्राइव जिहड़े फॉल्स ने उन्हां दी आ, और 3 मिनट की ड्राइव जिहड़ी नैगरा कॉलेज आ। सो एक इहो जी हब दे उत्ते प्रोजेक्ट बन जा रहा जिहड़ा हाई डिमांड एरिए जो नवा हॉस्पिटल बनना, इतों 4 मिनट की ड्राइव आ जी। और मैं ये कहना कि जेडे भी उत्थे अज घर बुक करेंगे बिल्डर ने की करना रहना जी, फरवरी के जाके जेडे हुण उन्हां कोल परमिट आ उन्हें उन्होंने घर बनाने ने, उन्होंने होल्ड कर देना जी। एक घर जिहड़े जदों जाके जॉब्स मूव हो गई, जदों हॉस्पिटल अंडर कंस्ट्रक्शन हो गया बनना शुरू हो गया, जिन्हें डॉक्टर्स मूव होणगे नर्सां मूव होणगियां, सारे डॉक्टर नर्सां नैगरा फॉल्स ते तां है नहीं, वो बाहरों ही मूव होने ने। बहुत सारिया फैमिली अजे भी हैमिल्टन तो उत्थे एवरीडे काम कर जांदियां ने। सो जदों इन्होंने फिर 2 साल बाद खोलणगे लख-लख डॉलर 80,000 डॉलर प्राइस चक के, सो उदों नूं पता लगना कि जिहड़े भैणां भरावां ने अज उत्थे घर बाय कीते ने उन्हां दी वैल्यू की आ। कोई भी सिटी का गवर्नमेंट आ जिहड़ा फ्यूचर वह जिहड़ा प्लैन करदी आ, सिर्फ फॉर एग्जाम्पल गल कर लीए शेलबर्न आ, उत्थे एक नवे इंजन की जाके कंपनी खोलनी है जी, जी। उत्थे 3000 मूव होनी है जॉब, इस टाइम उत्थे दी पापुलेशन 1500 आ, 3000 बंदा मूव होना जिहड़े उत्थे अज बाय कर गए, चाहे किसी ने प्लाजे लई जमीन बाय कर ली, चाहे किसी ने घर लई बाय कर ली, वैल्यू उन्होंने अप्रीशिएट होनी है। जिहड़ा ने उस दिन जाके बाय करना उत्थे तां कंपीटीशन पिया होया जी, एक दूए दे उत्ते बैड लग रही। सो नैगरा फॉल्स इस टाइम जिहड़ा इस पोजिशन दे उत्ते आ कि जिहड़ा भी भैण भरा उत्थे अज बाय करूगा 2 साल बाद उन्हां दी जिहड़ी ग्रंटीड आ जिहड़ी वैल्यू बहुत ज़्यादा उपर जानी, अप्रीशिएट होनी। तो दूसरी गल आ, जे तुसीं लैके प्रॉपर्टी लीज करना चाहुंदे हो मिनीमम 400 डॉलर मैं कहना टीवी रिकॉर्ड भी हो रहा जी, और ये मैनूं पता फेसबुक के उत्ते भी जाना है और सारे पासे जाना, 400 डॉलर मंथली तुहाडी जेब दे विच कैश फ्लो इन्हां घरां तों जांदा आफ्टर तुहाडे सारी कैरिंग कॉस्ट, तुहाडी मॉडगेज कढ के, तुहाडा प्रॉपर्टी टैक्स कढ के, तुहाडा जिहड़ा बिल बत्तियां तां चलो टेनेंट ही पे कर रहा जी, बाकी जिन्ने भी तुहाडे खाते कढ के 400 डॉलर कैश फ्लो मंथली तुहाडी पॉकेट 'ते जा रहा। जिहड़े साडे स्मार्ट टाउन ने 2,09,000 डॉलर दे जी, 1,000 डॉलर दे के तुसीं घर बुक कर सकते जी। अच्छा, 1,000 डॉलर दे के जिहड़े स्मार्ट टाउन आ, और इन्हां दे विच इह आ कि 3 महीने उन्होंने बिल्डर ने तुहानूं दित्ते आ, 5 दिन तुहाडा कंडीशनल पीरियड आ। वह कहिंदे जे 3 महीने च नहीं तुसीं 6 महीने च अपनी पेमेंट अरेंज कर लो, और 6 महीने दे विच तुसीं 20,000 डॉलर दे दो, जे नहीं 6 महीने च कर सकते तुसीं होर 9 महीने दे विच सानूं 20,000 डॉलर दे दो, असीं कंस्ट्रक्शन उदों शुरू करनी आ जदों तुहाडा फुल डिपोजिट साडे कोल 20,000 डॉलर आ जांदा, ठीक है। सो 1,000 डॉलर दे के घर तुसीं बाय कर सकते हो, 2,09,000 डॉलर प्राइस आ, 3 बेडरूम का घर आ, 3 दे विच वाशरूम आ, एक लॉटरी वाली डील आ जी। कोई भी भैन भरा नैगरा फॉल्स के इन्वेस्टमेंट करना चाहता तो रेंट जिहड़ा रेंट आ घर के उत्ते असीं तुहाडा चढ़ा के देना, जे टाउन हाउस बाय करदे हो तुहाडा मिनीमम रेंट आ जिहड़ा 1,400 डॉलर तुहानूं जिहड़ा तुहाडा घर आ चाबी मिलण तों महीने दे विच विच चढ़ा के दिता जाणा, इह साडा साइड दे उत्ते एग्रीमेंट आ जी। जी, सो इह जिहड़े टाउन हाउसिस ने उह किन्ने स्क्वेयर फुट तों शुरू हुंदे ने, ते जिहड़े डिटैच ने सैमी डिटैच ने उह किन्ने तों शुरू हुंदे ने? सैमी डिटैच है नहीं, डिटैच ने जां साडे कोल टाउन्स ने जां डिटैच ने जी। जिहड़े टाउन हाउस ने 1400 स्क्वेयर फुट दे आ जी,
मैं कहना फिर एक बार बणतर जाके देखो इन्हों घर की जेकर तुम बेसमेंट बनवाना चाहते हो तो इन्होंने थोड़े जे पैसे जो थोड़ी बेसमेंट बना के दी जाती है पंजे स्टेनलैस स्टील के अपलायंसिस इनकलूड आ जी हार्डवुड तुहानू मेन फ्लोर से पा के दी जाती है ओक दियां स्टेयर्स आ जी ठीक है इन्हीं तुहानू कुछ अपग्रेड से लैना पैना ओक दियां स्टेयर्स आ जे विंडोज वड्डियां करनियां प्राइस विच इनकलूडेड आ जिहड़े पिकट लगदे पौड़ियां दे उत्ते उह तुहानू आयरन दे ला के दिते जा रहे जी सैपरेट एंट्रेंस आ तुहानू कढ के दिती जा रही आ सो बहुत कुछ आ जिहड़ी होर एक चीज़ तुहानू ऐड ऑन करदा जी ब्रह्मटन जे तुसीं घर लैंदे हो जे तुसीं अपने डिवेलपमेंट चार्जेस कैप नहीं करदे तो तुहानू 10 to 15,000 डॉलर बिल्डर जिहड़े आ जिहड़े हैगे डिवेलपमेंट चार्जेस क्लोजिंग ते जाके पा दिंदे ने पर इत्थे जिन्नी क्लोजिंग कॉस्ट आ इनकलूड आ जी ठीक है ये नहीं कि तुहानू लैवी चार्जेस देने पैने तुहानू ट्री दे देने पैने साडी डील आ बिल्डर दे नाल कि जिन्ने भी साडे भैण भरा इत्थों बाय करनगे आ चीज़ां जिहड़ियां प्राइस विच इनकलूड आ एंड ऑफ द डे गल इत्थे मुक्की तुसीं कॉन्ट्रैक्ट लिखदे हो $1,000 दे के 5 दिन लिए कंडीशन वाला अपना लोअर लभो ओदे कोलो अपना कॉन्ट्रैक्ट पढ़ाओ कि भाई जो डेल मुंडी ने गल्लां कहियां कि ये सच आ कि ये इनकलूड आ जिहड़ी अमेनिटी की गल करते हैं असीं तुहानू आप लै जाणा दिखा के सारा एरिया लै आउणा है तो पर अपना कॉन्ट्रैक्ट अपने लोअर कोलो पढ़ाओ जे 5 दिन च तुसीं सैटिस्फाइड आ गो फॉर इट जे नहीं तां तुसीं उहनूं कैंसल जिहड़े डिटैच करने ओह किहड़े साइज़ तों शुरू हुंदे ने इह 1400 square foot तों शुरू डिटैच डिटैच ठीक है जी जिहड़ी नियाग्रा फॉल्स की कम्युनिटी जिहड़ा उन्हां दा 1400 square foot रहना जी इदां लगदा जिवें 2500 square foot घर हुंदा मैं तदे इह कहिंदा कि एक वारी तुसीं जा के देखो रियल बिल्डर आ जी जी इह इहो जिहा बिल्डर आ फ्लायर भी नहीं छपाउंदे जी अपने उह कहिंदे आह घर साडे मॉडल हाउस बणे पए आ तुसीं दस्सो इहदे नाल दा बणाउणा जां इहदे नाल दा बणाउणा कित्थे की करवाउणा उह कहिंदे जिहड़ा असीं $1,000 फ्लायर छपाउण ते लाउणा असीं तुहानूं इहदे ते ऐड ऑन कर दिंदे आ सो इह टिपिकल जिहड़े बिल्डर आ जी इह उह आ इह कस्टम घर बणा के दिंदे तुहानूं मैं एक गल कहना कि तुम पेपरों से कुछ ना बाय करो तुम साढ़े नाल चलो 10 तरह के मॉडल हाउस बने ने तुम पिक करो जे कोई चेंज करवानी है इंटीरियर जेडे इन्हों डिजाइनर ने इन हाउस बैठे ने और राइट वे तुहाडा जिहड़ा प्लान आ चेंज करके सिटी तो परमिशन लैके तुहानू वीक वादा सद्दे ने भी आहडा घर बन गया इतना बेस्ट वे मैं देखा जी ये बिल्डर का डील कर फिर मैं एक बार यही कहूँगा तुम साढ़े नाल जाओ ज आप सीधे जाके देख आओ जे तुम पसंद आ तो दैन वी विल राइट योर डील अदरवाइज नो पर $2,09,000 प्राइस 3 bedroom के घर की इट्स अमेजिंग जी दोस्तों जो तुम वाइजली इनवैसट करना चाहते हो तो इनवैसट डेल मुंडी होरी जिहड़े ने तकरीबन मैं इन्हां नूं जानदा जी तकरीबन आपां 10-12 साल तो हाँ जी और 10-12 साल तो तकरीबन क्योंकि पहला उपरा उपरा जाने 10-12 साल तो चंगा गूढ़ा इन्हां नूं कई वारी कहिंदा ना बंदा अंदरों जानदा मैं तो इन्हां नूं पिछले अंदरों भी जानदा जी पिछला अंदर हों जी सो मैं तकरीबन इन्हों की श्योरिटी है जी क्योंकि यह आप कम्यूनिटी के विचरन वाले ने और आप मीडिया के यह मेरे को बड़ा बोल्डली बोलते रहे हैं जी 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 सो जो फिर बंदा इदा बोल्डली बोलना हो गांह भविख के बोलना हो तुम माड़ी मोटी कितने चीं पै आप की है तो झट फिर गल आ जाती है भी आप गल करता फिर देखो जी फ्रॉड वाले मैं बिल्कुल सख्त खिलाफ हाँ जी जिहड़ा कम्युनिटी से फ्रॉड करते हैं किसी भी तरह का फ्रॉड करते हैं चाहे तुहाडे नाम की रेपूटेशन खराब करते हैं चाहे पैसों का फ्रॉड करते हैं चाहे तुहानू झूठ बिल के कुछ बेचते हैं जे साडा कितें फ्रॉड इनवॉल्व हुंदा RECO जी RICO एक ऑर्गनाइजेशन है जिथों रियल्टर नू लाइसेंस मिलते हैं जी उन्होंने एक ईमेल करो तो रियल्टर नू सीधा कर लेंगे ने ते जे कि टाइम तुहाडे नाल कोई भी धक्का करता तो गो टू द RICO सेंड दम और गिव दम अ कॉल उन्होंने कोल कंप्लेन लिखाओ डेफिनेटली रियल्टर की जी कंप्लेन फॉलो कर दिया पर जिन्ना साढ़े को प्रोडक्ट मिलना झूठ असी तुहानू बोलना नहीं इमानदारी ना बोलना और हो सकता असी तुहानू रूड लगांगे पहलों पहलों पर तुसी जरूर एप्रीशिएट करोगे जो तुहाडे डॉलर बन गए फोन नंबर दसो 416-313-1313 416-313-1313 साडा फोन नंबर है जी या dailmundi.com ते विजिट कर सकते हो पर मोस्टली तुसी सानू व्हाट्सएप कर सकते हो टैक्सट कर सकते हो फोन कॉल कर सकते हो 416-313-1313 बिल्कुल जी 416 मूरे 30 ला के बाद 13-13 लाई चलो जे 3-4 वध भी 13 ला के फोन तां भी मिल जाणा जी कैनी साहब क्योंकि कैनी धालीवाल होरां दा भी पिछला बड़ा लंबा तजर्बा तकरीबन 150 million तो उपर दीआं मोरगेजेस खुद करवा चुके ने और इन्हों भी आवाज़ इस करके मारी सी क्योंकि यह तुहानू ईमानदारी दे नाल दस सकते हैं तुसी कलों जाओ तो कलों घट्टो घट तुसी उलांभा लैके नहीं आओगे कि राणा जी तुहाडे दसे थां ते असी गए सी ते उत्थे साडे नाल आ वापरी है और क्योंकि इन्हों अपने नालों भी वध फिक्र हुंदा कि मैं
वर्ड टू वर्ड जी गलबात जी जो बाहर जाती है क्योंकि जो वर्बल रैफरेंस हों वो बहुत ज़्यादा मायने रखता। जो एक क्लाइंट जाके सिफ्ट करता कि मैं फलाने बंदे को काम करवाया से उन्हें बहुत वधिया किया उत्थे जाओ असल जी कमाई जी ही होंगी है। तुसी अपना फोन नंबर ते अता पता दसो जी जे थोड़े नाल किसी ने गलबात करनी हो। सो मेरा फोन नंबर हैगा 9058122800 905-812-2800। मेरा ऑफिस हैगा 808 ब्रिटानी रोड वेस्ट सुई नंबर 206 ਜਿਹੜਾ ਮੇਵ ਸੈਨ ਬ੍ਰਿਟਾਨੀਆ ਦੇ ਕਾਰਨਰ ਦੇ ਉੱਤੇ। ਬਿਲਕੁਲ ਜੀ। ਸੋ ਦੋਸਤੋ ਇਹ ਸੀ ਅੱਜ ਦਾ ਪ੍ਰੋਗਰਾਮ। ਕੱਲ ਦੇ ਪ੍ਰੋਗਰਾਮ ਦੇ ਵਿੱਚ ਬਲਦੇਵ ਮੋਟਾਹੋਰੀ ਤਾਂ ਆਉਂਦੇ ਹੁੰਦੇ ਨੇ ਅਤੇ ਨਾਲ ਸੁਜੋਕ ਹੋਮਿਓਪੈਥੀ ਕਲੀਨਿਕ ਤੋਂ ਸਾਡੇ ਨਾਲ ਡਾਕਟਰ ਆਉਣਗੇ। ਕੱਲ ਨੂੰ ਆਪਾਂ ਡੀ ਐਡਿਕਸ਼ਨ 'ਤੇ ਗੱਲਬਾਤ ਕਰਨੀ ਆ। ਸੋ ਜਿਹੜੇ ਚਾਹੇ ਉਹ ਬੱਚੇ ਨੇ ਚਾਹੇ ਉਹ ਜਵਾਨ ਨੇ ਅਤੇ ਚਾਹੇ ਉਹ ਸਾਡੇ ਵੱਡੇ ਨੇ, ਜੇ ਕਿਸੇ ਨੂੰ ਐਡਿਕਸ਼ਨ ਆ ਜੀ, ਚਾਹੇ ਉਹ ਸ਼ਰਾਬ ਪੀਂਦੇ ਨੇ ਜਾਂ ਫਿਰ ਕੋਈ ਹੋਰ ਨਸ਼ਾ ਕਰਦੇ ਨੇ, ਉਹ ਕਿਵੇਂ ਉਸ ਤੋਂ ਛੁਟਕਾਰਾ ਪਾ ਸਕਦੇ ਨੇ, ਜਾਂ ਫਿਰ ਤੁਹਾਡੇ ਘਰ ਦੇ ਵਿੱਚ ਜਿਹੜੇ ਬੱਚੇ ਨੇ ਤੁਹਾਨੂੰ ਲੱਗਦਾ ਸ਼ੱਕ ਆ ਕਿ ਉਹ ਇਹ ਕੁਛ ਖਾਂਦਾ ਪੀਂਦਾ ਲੱਗਦਾ, ਤੁਸੀਂ ਕਿਵੇਂ ਉਸ ਤੋਂ ਉਦੋਂ ਉਹਦਾ ਖੜਾ ਛੁਟਵਾ ਸਕਦੇ ਹੋ। ਸੋ ਜਿੱਥੇ ਨਾਲ ਦੇ ਨਾਲ ਕੌਂਸਲਰ ਦੇ ਤੌਰ ਦੇ ਉੱਪਰ ਬਲਦੇਵ ਮੋਟਾਹੋਰੀ ਹੋਣਗੇ, ਸੋ ਮੈਡੀਕਲ ਸਲਾਹ ਜਿਹੜੀ ਲੈ ਕੇ ਡਾਕਟਰ ਪਰਮਿੰਦਰ ਹੋਣੀ ਕੱਲ੍ਹ ਨੂੰ ਆਉਣਗੇ ਆਪਣੇ ਨਾਲ ਸਹਿਯੋਗ ਹੋਮਿਓਪੈਥੀ ਕਲੀਨਿਕ ਤੋਂ, ਅਤੇ ਉਹਨਾਂ ਦੇ ਨਾਲ ਆਪਾਂ ਡਿਟੇਲ ਦੇ ਵਿੱਚ ਗੱਲਬਾਤ ਕਰਨੀ ਹੈ। ਅਤੇ ਕੱਲ੍ਹ ਤੱਕ ਦਿਓ ਆਗਿਆ, ਕੱਲ੍ਹ ਨੂੰ ਠੀਕ 7 ਵਜੇ ਫਿਰ ਦੁਬਾਰਾ ਆਪਣੀ ਮੁਲਾਕਾਤ ਹੋਵੇਗੀ। ਘੱਟ ਵੱਧ ਸਾਡੇ ਤੋਂ ਕੋਈ ਬੋਲਿਆ ਗਿਆ ਹੋਵੇ ਤਾਂ ਮੁਆਫ਼ੀ, ਅਗਲੀ ਮੁਲਾਕਾਤ ਤੱਕ ਰੱਬ ਰੱਖੇ।